دندوات بندنيان كوار سرب كلا سمرات دولن تيرا خو پربو نانك دي کرات فرت فرت پرویا پریا تاو شرنائے نانك کی پرب بینتی اپنی پلتی لائے لڑ لڑایا تیرے بھروسے میں لڑ لڑایا Thank you.
ਦਰਜ ਕੇ ਬੋਲਣਾ ਸਤਨਾਮ। ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ 'ਚ ਪਹੁੰਚੇ ਹੋ, ਮਹਾਰਾਜ ਕਿਰਪਾ ਕਰਨ, ਮਨ ਇਕਾਗਰ ਹੋਣ, ਚਿੱਤ ਦੀ ਇਕਾਗਰਤਾ ਦੇ ਨਾਲ ਹਰੀ ਦਾ ਜਸ ਕਰੀਏ, ਫਿਰ ਆਪਾਂ ਨੂੰ ਪੂਰਾ ਪੂਰਾ ਫਾਇਦਾ। ਕਈ ਕੋਟਿਕ ਜਗ ਫਲਾ ਸੁਣ ਗਾਵਨ ਹਾਰੇ ਰਾਮ ਪ੍ਰਾਪਤ ਹੋ। ਸੰਸਾਰ ਦੇ ਅੰਦਰ ਉਹ ਪੁਰਸ਼ ਵੀ ਆਉਂਦੇ ਨੇ ਜਿਨ੍ਹਾਂ ਨੂੰ ਇਹ ਜ਼ਿੰਦਗੀ ਦੇ ਪਰਮ ਮਨੋਰਥ ਦਾ ਪਤਾ ਹੈ ਕਿ ਕਰੋੜਾਂ ਜਨਮਾਂ ਦੇ ਭਰਮਣ ਕਰਨ ਤੋਂ ਬਾਅਦ ਮਨੁੱਖਾ ਸਰੀਰ ਸਾਨੂੰ ਪ੍ਰਾਪਤ ਹੋਇਆ, ਇਹਦੀ ਸਫਲਤਾ ਕਿਸ ਤਰ੍ਹਾਂ ਹੋ ਸਕਦੀ ਹੈ, ਕਿਸ ਤਰ੍ਹਾਂ ਅਸੀਂ ਜੰਮਣ ਮਰਨ ਦੇ ਚੱਕਰ 'ਚੋਂ ਨਿਕਲ ਸਕਦੇ ਹਾਂ, ਇਹ ਉਹਨਾਂ ਦੇ ਵਿਚਾਰ ਨੇ। ਉਹਦੇ ਵਾਸਤੇ ਉਹ ਯਤਨ ਕਰਦੇ ਨੇ। ਜਿਹੋ ਜਿਹੀ ਸੋਝੀ ਗੁਰੂ ਮਹਾਰਾਜ ਨੇ ਉਹਨਾਂ ਨੂੰ ਬਖਸ਼ੀ ਹੈ, ਜੈਸੀ ਮਤ ਤੈਸਾ ਪ੍ਰਕਾਰ, ਜੈਸੀ ਮਤ ਦੇ ਤੈਸਾ ਪ੍ਰਕਾਰ, ਪਾਰ ਬ੍ਰਹਮ ਕਰਤਾ ਆਪਣਾ। ਜਿਹੋ ਜਿਹੀ ਮਤ ਦਿੱਤੀ ਹੈ ਉਹਦੇ ਮੁਤਾਬਕ ਉਹ ਰੋਸ਼ਨੀ ਹੈ ਉਹਨਾਂ ਦੇ ਦਿਮਾਗ ਦੇ ਅੰਦਰ। ਦੂਸਰੇ ਉਹਨੇ ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਸੋਝੀ ਨਹੀਂ ਹੈ, ਉਹ ਭੋਗੀ ਅਤੇ ਵਿਸ਼ਈ ਦੋ ਕੈਟੇਗਰੀ ਦੇ ਬੰਦੇ ਹੁੰਦੇ ਨੇ। ਭੋਗਾਂ ਦੇ ਵਿੱਚ ਪੈ ਕੇ, ਵਿਸ਼ਿਆਂ 'ਚ ਪੈ ਕੇ ਆਪਣਾ ਜਨਮ ਬਰਬਾਦ ਕਰ ਦਿੰਦੇ ਨੇ। ਜਾਣਾ ਸਭ ਨੇ ਹੈ, ਇੱਕ ਜਿੱਤ ਕੇ ਜਾਂਦੇ ਨੇ, ਇੱਕ ਹਾਰ ਕੇ ਜਾਂਦੇ। ਮਹਾਰਾਜ ਕਹਿੰਦੇ ਪਿਆਰਿਆ ਤੈਨੂੰ ਪਤਾ ਨਾ ਲੱਗ ਸਕਿਆ ਜ਼ਿੰਦਗੀ ਭਰ ਵੀ ਜੀਵਨ ਦਾ ਮਨੋਰਥ ਕੀ ਹੈ ਅਤੇ ਇਹਦੀ ਸਫਲਤਾ ਕੀ ਹੁੰਦੀ ਹੈ। ਤੈਂ ਤਾਂ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਆਪਣਾ ਜਨਮ ਹਾਰਤਾ, ਇਸ ਤਰ੍ਹਾਂ ਪ੍ਰਵਾਨ ਕਰ ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ ਜਪਿਆ ਨਾ ਨਾਮ ਰਵ ਹਾਰਤਾ ਜੂਏ ਦੇ ਵਿੱਚ ਜਪਿਆ ਨਾ ਨਾਮ ਹਰੀਦਾ ਜੂਏ ਦੇ ਵਿੱਚ ਗਾਫਲਾ
ਕੰਮ ਨੂੰ ਕਰਨ ਵਾਸਤੇ ਸੰਸਾਰ 'ਚ ਆਇਆ ਉਹ ਇਹ ਹੈ ਕਿ ਪਰਮੇਸ਼ੁਰ ਦਾ ਨਾਮ ਜਪ ਕੇ ਆਪਣੇ ਅੰਦਰ ਦੀ ਜੋ ਅਵਸਥਾ ਹੈ ਉਸ ਨੂੰ ਪ੍ਰਾਪਤ ਕਰੇ। ਹਉਮੈ ਦਾ ਰੋਗ ਜੋ ਇਸ ਨੂੰ ਲੱਗਿਆ ਹੋਇਆ ਉਹ ਨਾਮ ਜਪ ਕੇ ਨਾਸ਼ ਕਰੇ। ਆਪਣੇ ਸਰੂਪ ਨੂੰ ਪਛਾਣ ਕੇ ਪਰਮੇਸ਼ੁਰ ਨੂੰ ਆਪਣੇ ਅੰਦਰੋਂ ਹੀ ਮਿਲ ਕੇ ਸੰਸਕਾਰਾਂ ਨੂੰ ਕੱਟ ਕੇ, ਕਰਮਾਂ ਨੂੰ ਕੱਟ ਕੇ, ਆਉਣ ਜਾਣ ਦਾ ਚੱਕਰ ਕੱਟ ਕੇ ਪਰਮ ਅਵਸਥਾ ਸਤਚਿਤ ਆਨੰਦ ਦੀ ਪ੍ਰਾਪਤ ਕਰਕੇ ਪਰਮ ਸੁਖੀ ਹੋਵੇ। ਮਹਾਰਾਜ ਕਹਿੰਦੇ ਇਹ ਨਹੀਂ ਇਹ ਕੰਮ ਕਰਦਾ, ਐਵੇਂ ਹੀ ਦਿਨ ਅਤੇ ਰਾਤ ਗੁਜ਼ਾਰ ਦਿੰਦਾ। ਕਹਿੰਦੇ ਵਿਖਈ ਵਿਸ਼ੇ ਵਿੱਚ ਲਿਪਤ ਜਿਹੜਾ ਪ੍ਰਾਣੀ ਹੈ, ਵਿਸ਼ਿਆਂ 'ਚ ਸਬਜੈਕਟਸ ਦੇ ਵਿੱਚ, ਪੁੱਤਰਾਂ ਧੀਆਂ ਜ਼ਮੀਨਾਂ ਜਾਇਦਾਦਾਂ ਅਹੁਦਿਆਂ ਅਤੇ ਹੋਰ ਅਨੇਕ ਸੰਸਾਰਕ ਵਸਤੂਆਂ ਦੇ ਵਿੱਚ ਜੋ ਪਰਚਿਆ ਹੋਇਆ ਹੈ ਉਹਨੂੰ ਮਹਾਰਾਜ ਵਿਖਈ ਕਹਿੰਦੇ ਨੇ। ਕਹਿੰਦੇ ਐਵੇਂ ਹੀ ਦਿਨ ਅਤੇ ਰਾਤ ਇਸਦਾ ਜ਼ਾਇਆ ਹੁੰਦਾ ਚਲਿਆ ਜਾਂਦਾ। ਗੋਬਿੰਦ ਨਾ ਭਜੈ ਅਹੁਬਦ ਮਾਤਾ, ਇੰਨਾ ਅਭਿਮਾਨ ਹੈ ਇਸਦੇ ਅੰਦਰ, ਉਹਦੇ ਵਿੱਚ ਮੱਤਿਆ ਪਿਆ ਅਤੇ ਪਰਮੇਸ਼ੁਰ ਦਾ ਭਜਨ ਨਹੀਂ ਕਰਦਾ, ਇਸ ਨੂੰ ਇੱਕ ਵਾਧੂ ਚੀਜ਼ ਸਮਝਦਾ। ਕਹਿੰਦੇ ਹੈ ਕਿ ਇਸਦਾ ਫਿਰ ਫਲ ਜਨਮ ਜੂਏ ਜਿਉਂ ਆ ਰਿਹਾ, ਜਨਮ ਆ ਰਿਹਾ ਜਿਵੇਂ ਜੂਏ 'ਚ ਦਾਲ ਆ ਦੇਈ। ਜੂਆ ਪਾਂਡਵਾਂ ਦਾ ਮਸ਼ਹੂਰ ਹੈ, ਇੱਕ ਸ਼ੁਕਨੀ ਨਾਮ ਦਾ ਬਹੁਤ ਹੀ ਚਤਰ ਬੰਦਾ, ਦੁਰਯੋਧਨ ਦਾ ਮਾਮਾ, ਐਕਸਪਾਇਰਡ ਸੀਗਾ ਉਹ ਇਸ ਗੱਲ ਦਾ, ਕਿਉਂਕਿ ਉਹਦੇ ਸਪੈਸ਼ਲ ਕਿਸਮ ਦੇ ਬਣੇ ਹੋਏ ਸੀ ਉਹ ਜਿਹੜੇ ਸਿੱਟਦਾ ਹੁੰਦਾ ਫਲਾਂ, ਉਹ ਹਮੇਸ਼ਾ ਹੀ ਪੌ ਬਾਰਾਂ ਪੈਂਦੀਆਂ ਸੀ, ਕਿਸੇ ਪਾਸਿਓਂ ਕਿਵੇਂ ਸਿੱਟ ਦਿਓ ਉੱਥੇ ਹੀ ਆ ਕੇ ਠਹਿਰਦੀਆਂ ਸੀ। ਉਸ ਨੇ ਪਾਂਡਵਾਂ ਦੇ ਨਾਲ ਜੂਆ ਖਿਲਾਇਆ ਕੌਰਵਾਂ ਨੂੰ, ਇੱਥੇ ਤੱਕ ਹਾਰ ਗਏ ਕਿ ਰਾਜ ਵੀ ਹਾਰਤਾ, ਆਪਣੇ ਤਾਜ ਵੀ ਹਾਰ ਦਿੱਤੇ, ਆਪਣੇ ਆਪ ਨੂੰ ਗੁਲਾਮ ਕਰ ਲਿਆ, ਆਪਣੇ ਆਪ ਨੂੰ ਹਾਰਤਾ, ਦ੍ਰੌਪਦੀ ਨੂੰ ਵੀ ਹਾਰਤਾ। ਇੱਕ ਥੋੜ੍ਹਾ ਜਿਹਾ ਟਾਈਮ ਲੱਗਿਆ, ਬਹੁਤਾ ਨਹੀਂ, ਆਪਣਾ ਸਾਰੀ ਜ਼ਿੰਦਗੀ ਬਰਬਾਦ ਕਰ ਲਈ। ਮਹਾਰਾਜ ਕਹਿੰਦੇ ਐਂ ਇਹ ਜੀਵ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦਾ, ਦੂਸਰਿਆਂ ਨੂੰ ਮਤਾਂ ਦਿੰਦਾ ਵੀ ਨਹੀਂ ਇਹਨੂੰ ਖੇਡਣਾ ਚਾਹੀਦਾ ਸੀ ਜੂਆ, ਗਲਤ ਬਾਤ ਕਰੀ ਉਹਨਾਂ ਨੇ, ਲੇਕਿਨ ਆਪ ਉਸੇ ਖੇਡ ਦੇ ਵਿੱਚ ਪਿਆ ਹੋਇਆ। 24,000 ਸਵਾਸਾਂ ਨੂੰ ਰੋਜ਼ ਹਾਰ ਦਿੰਦਾ, 100 ਸਾਲ ਦੀ ਉਮਰ ਹੋਵੇ ਤਾਂ 88,66,000 ਸਵਾਸ ਹੋਇਆ ਕਰਦੇ ਨੇ ਸਾਰੀ ਉਮਰ ਦੇ, 75 ਸਾਲ ਦੀ ਉਮਰ ਹੋਵੇ 66,44,00,000 ਸਵਾਸ ਹੋਇਆ ਕਰਦੇ ਨੇ। ਇਹ ਸਾਰੇ ਦੇ ਸਾਰੇ ਐਡੇ ਵੱਡੇ ਭੰਡਾਰ ਨੂੰ ਜੂਏ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਅੰਦਰ ਦਾਅ 'ਤੇ ਲਾ ਕੇ ਹਾਰ ਦਿੰਦੇ। ਮਹਾਰਾਜ ਕਹਿੰਦੇ ਖਾਲੀ ਹੱਥ ਜਾਂਦਾ ਦੁਨੀਆ ਤੋਂ, ਫਿਰ ਜੇ ਇਸੇ ਦੀ ਥਾਂ ਦੇ ਉੱਤੇ ਸਤਸੰਗ ਕਰਦਾ ਹੋਵੇ, ਇਹਨੂੰ ਸਮਝ ਆ ਜਾਵੇ ਕਿ ਨਾਮ ਜਪਣਾ ਬਹੁਤ ਉੱਚੀ ਚੀਜ਼ ਹੈ, ਕੋਈ ਔਖਾ ਨਹੀਂ ਹੈ, ਜੀਭ ਦੇ ਨਾਲ ਰਾਮ ਰਾਮ ਅੱਲਾ ਅੱਲਾ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ, ਇਸਦਾ ਫਲ ਕੀ ਹੁੰਦਾ, ਭਰੀਆ ਮਤ ਬਾਪਾਂ ਕਹਿ ਸੰਗ ਉਹ ਤੋਹਫਾ ਨਾਵੈ ਕਿਰ, ਨਾਮ ਦੇ ਪਿਆਰ ਵਿੱਚ ਆ ਕੇ ਮੈਲ ਧੋਤੀ ਜਾਂਦੀ ਹੈ। ਇਸ ਦੀ ਥਾਂ 'ਤੇ ਨਾਮ ਤਾਂ ਇਹ ਜਪਦਾ ਨਹੀਂ ਹੈ, ਨਿੰਦਿਆ ਚੁਗਲੀ ਈਰਖਾ ਵਖੀਲੀ ਅਪਮਾਨ ਦੀਆਂ ਗੱਲਾਂ, ਲਾਲਚ ਦੀਆਂ ਗੱਲਾਂ, ਕ੍ਰੋਧ ਦੀਆਂ ਗੱਲਾਂ। ਮਹਾਰਾਜ ਕਹਿੰਦੇ ਭੈੜੀ ਤੋਂ ਭੈੜੀ ਜਿਹੜੀ ਬਾਤ ਹੈ ਉਹ ਨਿੰਦਿਆ ਦੀ ਹੋਇਆ ਕਰਦੀ ਹੈ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁੱਖ ਮੁਕਤ ਕਰਨ, ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਾ, ਕੁੰਭੀ ਨਰਕ 'ਚ ਵਾਸਾ ਹੁੰਦਾ, ਕਾਲੇ ਮੂੰਹ ਹੁੰਦੇ ਨੇ, ਸੋ 4 ਉਂਗਲ ਦੀ ਜ਼ਬਾਨ ਦੇ ਨਾਲ ਨਿੰਦਿਆ ਕਰਨੀ ਹੈ, 4 ਉਂਗਲ ਦੀ ਜ਼ਬਾਨ ਦੇ ਨਾਲ ਪਰਮੇਸ਼ੁਰ ਦਾ ਨਾਮ ਜਪਣਾ। ਪਰਮੇਸ਼ੁਰ ਦਾ ਨਾਮ ਜੇ ਧਿਆਨ ਦੇ ਨਾਲ ਸਿਰਫ ਇੱਕ ਅੱਖ ਦੇ ਚਮਕੇ ਜਿੰਨੇ ਚਿਰ ਵੀ ਕੋਈ ਜਪ ਲਵੇ, ਐਨੀ ਬੋਡੀ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਮਹਾਂਪਾਪੀ ਹੈ, ਮਹਾਰਾਜ ਕਹਿੰਦੇ ਉਹਨੇ ਫਲ ਦੇਣਾ ਹੀ ਦੇਣਾ। ਅਜਾਮਲ ਪਾਪੀ ਜਗ ਜਾਣੇ ਨਿਮ ਖਵਾਏ ਨਿਸਤਾਰਾ, ਅੱਖ ਦੇ ਚਮਕੇ ਜਿੰਨੇ ਚਿਰ 'ਚ ਜੇ ਉਹਦਾ ਨਿਸਤਾਰਾ ਹੋ ਗਿਆ, ਮਹਾਰਾਜ ਕਹਿੰਦੇ ਫਿਰ ਤਾਂ ਤੇਰਾ ਵੀ ਹੋ ਸਕਦਾ ਪਿਆਰਿਆ,
ਲੇਕਿਨ ਤੂੰ ਇਸ ਗੱਲ ਦੀ ਡੂੰਘਿਆਈ 'ਚ ਜਾ। ਉਸਨੇ ਜੋ ਨਾਮ ਜਪਿਆ ਸੀ, ਨਾਮ ਨਹੀਂ ਸੀ ਜਪਿਆ, ਉਹਨੇ ਆਪਣੇ ਪੁੱਤਰ ਨੂੰ ਹਾਕ ਮਾਰੀ ਸੀ। ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ, ਡਰ ਕੇ ਪੁੱਤਰ ਨੂੰ ਹਾਕ ਮਾਰ। ਹੁਣ ਇਹਨੂੰ ਪਤਾ ਸੀ, ਵਿਦਵਾਨ ਸੀ, ਬਹੁਤ ਪਤਿਤ ਹੋਇਆ ਹੋਇਆ, ਵੀ ਪੁੱਤਰ ਨੇ ਤਾਂ ਸਹਾਇਤਾ ਨਹੀਂ ਕਰਨੀ ਜਮਦੂਤਾਂ ਕੋਲ, ਇੱਥੇ ਤਾਂ ਸਹਾਇਤਾ ਭਗਵਾਨ ਨੇ ਕਰਨੀ ਹੈ। ਇੱਕੋ ਸਾਹ ਰਹਿੰਦਾ ਸੀ, ਸਵਾਸਾਂ ਦੀ ਪੂੰਜੀ ਮੁੱਕ ਚੁੱਕੀ ਸੀ। ਅੱਧੇ ਸਾਹ 'ਚ ਉਹਦਾ ਧਿਆਨ ਰੱਬ ਵੱਲ 'ਚ ਰਹਿ ਗਿਆ, ਵੀ ਹੈ ਵੀ ਪਰਮੇਸ਼ਰ ਜੀ ਤੂੰ ਹੀ ਰੱਖ ਸਕਦਾ। ਕਹਿੰਦੇ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾਰੇ, ਨਾਰਾਇਣ ਕਹਿ ਕੇ ਪੁੱਤਰ ਨੂੰ ਬੁਲਾ ਲਿਆ। ਲੇਕਿਨ ਜਿਸ ਵਕਤ ਪਰਮੇਸ਼ਰ ਵੱਲ ਧਿਆਨ ਗਿਆ, ਮੇਰੇ ਠਾਕਰ ਕੇ ਮਨ ਭਈ ਭਾਵਨੀ ਜਮ ਕੰਕਰ ਮਾਰ ਵਧਾ, ਉਸੇ ਵੇਲੇ ਜਮਦੂਤਾਂ ਨੂੰ ਮਾਰ ਕੇ ਨਸਾਤਾ, ਵੀ ਨਾਮ ਕਿੱਡੀ ਬੜੀ ਚੀਜ਼ ਹੋਈ। ਮਹਾਰਾਜ ਕਹਿੰਦੇ ਇਹਨੂੰ ਨਾਮ ਦੀ ਤਾਂ ਸਮਝ ਨਹੀਂ ਆਉਂਦੀ, ਅਤੇ ਨਿੰਦਿਆ ਵਗੈਰਾ ਦਾ ਨਾਲ ਇਹਦਾ ਪਿਆਰ ਪਿਆ ਹੋਇਆ, ਅਤੇ ਉਹਦੇ ਵਿੱਚ ਪੈ ਕੇ ਇੰਨੇ ਕੀਮਤੀ ਨਾਮ ਨੂੰ ਭੁੱਲਿਆ ਰਹਿੰਦਾ ਹੈ। ਪੜ੍ਹ ਲਓ, ਤੈਨੂੰ ਨਾਮ ਦੀ ਸਮਝ ਨਾ ਬਈ ਆਈ, ਨਿੰਦਿਆ ਪਿਆਰੀ ਜਾਣ ਕੇ ਨਾਮ ਦੀ ਸਮਝ ਨਾ ਆਈ, ਨਿੰਦਿਆ ਪਿਆਰੀ ਜਾਣ ਕੇ ਚੁਗਲੀਆਂ, ਈਰਖਾ, ਵਕੀਲੀਆਂ, ਹੰਕਾਰ ਦੀਆਂ ਗੱਲਾਂ, ਲਾਲਚ ਦੀਆਂ ਗੱਲਾਂ, ਕ੍ਰੋਧ ਦੀਆਂ ਗੱਲਾਂ, ਮੋਹ ਦੀਆਂ ਗੱਲਾਂ, ਇਹਦੇ ਵਿੱਚ ਜੀਵਨ ਬਤੀਤ ਕਰ ਲਿਆ। ਮਹਾਰਾਜ ਕਹਿੰਦੇ ਇਹਦੀ ਥਾਂ 'ਤੇ ਤੈਨੂੰ ਨਾਮ ਦਾ ਨਾ ਪਤਾ ਲੱਗ ਸਕਿਆ, ਇਹ ਨਰਕਾਂ 'ਚ ਲੈ ਜਾਣਗੀਆਂ ਚੀਜ਼ਾਂ, ਸੰਸਕਾਰ ਬਣ ਜਾਣਗੇ, ਹੇਠਾਂ ਨੂੰ ਲੈ ਜਾਣ। ਜੇ ਤੂੰ ਇਹਦੀ ਥਾਂ 'ਤੇ ਕੀਰਤਨ ਕਰਦਾ, ਨਾਮ ਜਪਦਾ, ਪਿਆਰਿਆ ਤੇਰਾ ਛੁਟਕਾਰਾ ਹੋ ਜਾਂਦਾ।
ਉਲਟੇ ਰਸਤੇ ਪੈ ਗਿਆ, ਨਾਮ ਅਮੋਲਾ ਪ੍ਰੀਤ ਨਾ ਤਿਸ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਕਿੰਨਾ ਅਮੋਲ ਹੈ ਕੋਈ ਇਹਦੀ ਕੀਮਤ ਨਹੀਂ ਜਾਣਦਾ। ਇੱਕ ਵਾਰੀ ਅਜਾ ਮਲ ਨੇ ਕਿਹਾ ਸੀ, ਏਕ ਚਿੱਤ ਜੇ ਇੱਕ ਛਿੰਤ ਆਇਓ, ਕਾਲ ਫਾਸ ਕੇ ਬੀਜਣ ਆਇਓ, ਕਿੱਡੀ ਬੜੀ ਕੀਮਤੀ ਚੀਜ਼ ਹੈ, ਇਸ ਦਾ ਤਾਂ ਤੈਨੂੰ ਪਤਾ ਨਾ ਲੱਗਿਆ। ਸਾਖੀ ਆਉਂਦੀ ਹੈ ਕਿ ਕਬੀਰ ਸਾਹਿਬ ਬਾਹਰ ਗਏ ਹੋਏ ਨੇ, ਇੱਕ ਰਾਜੇ ਨੂੰ ਪਤਾ ਲੱਗਿਆ ਕਿ ਸੰਤਾਂ ਦੇ ਕੋਲ ਕੋਈ ਐਸੀ ਸੀਰ ਹੈ ਉਹ ਦੇ ਦਿੰਦੇ ਨੇ ਅਤੇ ਰੋਗੀ ਰਾਜੀ ਹੋ ਜਾਂਦੇ। ਸੰਤਾਂ ਕੋਲ ਕੀ ਹੁੰਦਾ ਹੈ? ਨਾਮ ਹੁੰਦਾ। ਰਾਜਾ ਕੋੜੀ ਸੀ, ਦੁੱਖ ਦਾ ਮਾਰਿਆ ਹੋਇਆ, ਦਰਦ ਦਾ ਮਾਰਿਆ ਹੋਇਆ, ਦੁਖੀ ਹੋ ਕੇ ਜਦ ਕਬੀਰ ਸਾਹਿਬ ਦੇ ਘਰ ਪਹੁੰਚਦਾ ਹੈ, ਪਤਾ ਲੱਗਿਆ ਵੀ ਕਬੀਰ ਸਾਹਿਬ ਤਾਂ ਬਾਹਰ ਗਏ ਹੋਏ ਨੇ ਕਿਸੇ ਭਗਤ ਦੇ ਪਾਸ, ਕਿਸੇ ਪ੍ਰੇਮੀ ਦੇ ਪਾਸ, ਅਤੇ ਮਾਤਾ ਲੋਈ ਘਰ ਹੈ। ਇਹਨੇ ਕਿਹਾ ਵੀ ਮਾਤਾ ਲੋਈ ਵੀ ਕਬੀਰ ਸਾਹਿਬ ਦੇ ਘਰੋਂ ਹੈ, ਇਹ ਵੀ ਸੇਵਾ ਕਰਦੀ ਰਹਿੰਦੀ ਹੈ ਸਾਧੂ ਸੰਤਾਂ ਦੀ, ਇਹ ਕਿਹੜਾ ਘੱਟ ਹੋਣੀ ਹੈ, ਕਬੀਰ ਸਾਹਿਬ ਦੀ ਸੇਵਾ ਕਰਦੀ ਹੈ। ਜੇ ਉਹਨਾਂ ਨੇ ਇਸ਼ਨਾਨ ਕਰਨਾ, ਇਹਨੇ ਜਲ ਭਰਨਾ, ਪ੍ਰਸ਼ਾਦਾ ਛਕਣਾ, ਇਹਨੇ ਬਣਾ ਕੇ ਦੇਣਾ, ਹੋਰ ਤਾਂ ਘਰ 'ਚ ਕੋਈ ਗੱਲ ਹੁੰਦੀ ਓ ਨਹੀਂ ਹੈ। ਇੱਥੇ ਤਾਂ ਰਾਮ 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 ਸਾਰਾ ਦਿਨ ਰਾਮ ਰਾਮ ਚੱਲਦਾ, ਕਿਉਂਕਿ ਸੰਤਾਂ ਦੇ ਕੋਲ ਕੇਵਲ ਨਾਮ ਹੁੰਦਾ, ਊਹਾਂ ਜਪੀਆ ਕੇਵਲ ਨਾਮ, ਨਾਨਕ ਕਰ ਕੇਵਲ ਨਾਮ। ਮਹਾਰਾਜ ਕਹਿੰਦੇ ਸਾਡੇ ਘਰ ਤਾਂ ਨਾਮ ਹੀ ਹੈ, ਹੋਰ ਕੋਈ ਬਾਤ ਨਹੀਂ ਹੈ। ਰਾਜਸੀ ਬਾਤਾਂ, ਦੁਸ਼ਮਣੀ ਦੀਆਂ ਬਾਤਾਂ, ਕ੍ਰੋਧ ਦੀਆਂ, ਲਾਲਚ ਦੀਆਂ, ਬਿਮਾਨ ਦੀਆਂ ਬਾਤਾਂ ਇੱਥੇ ਨਹੀਂ ਹੁੰਦੀਆਂ, ਇੱਥੇ ਨਾਮ ਦੀ ਬਾਤ। ਮਾਤਾ ਜੀ ਨੂੰ ਬੁਲਾਇਆ, ਕਹਿਣ ਲੱਗੀ ਕੀ ਗੱਲ ਹੈ? ਕਹਿਣ ਲੱਗਿਆ ਮਾਤਾ ਜੀ, ਮੈਂ ਤਾਂ ਬੜੀ ਦੂਰੋਂ ਆਇਆ, ਮੇਰਾ ਸਰੀਰ ਕੁਸ਼ਟ ਨਾਲ ਬਹੁਤ ਦੁਖੀ ਹੈ, ਇਲਾਜ ਮੈਂ ਕਰਾਏ ਨੇ, ਕੋਈ ਨਹੀਂ ਹੋ ਸਕਿਆ, ਕਿਰਪਾ ਕਰੋ। ਅਤੇ ਮੈਂ ਸੁਣਿਆ ਵੀ ਕਬੀਰ ਸਾਹਿਬ ਕੋਲ ਕੋਈ ਅਕਸੀਰ ਹੈ, ਉਹ ਰਾਜੀ ਹੋ ਜਾਂਦਾ ਬੰਦਾ। ਉਹ ਕਹਿੰਦੀ ਰਾਜਨ, ਅਕਸੀਰ ਤਾਂ ਸਾਡੇ ਕੋਲ ਕੋਈ ਨਹੀਂ ਹੈ, ਹਾਂ ਪਰਮੇਸ਼ਰ ਦਾ ਨਾਮ ਹੈ, ਬਹਿ ਜਾ ਤੂੰ ਚੌਂਕੜਾ ਮਾਰ ਕੇ। ਕਹਿੰਦੀ ਕਹਿ ਰਾਮ, ਰਾਮ ਕਹਾ ਤਾ। ਕਹਿੰਦੀ ਫੇਰ, ਕਹਿੰਦੀ ਕਹਿ ਰਾਮ, ਫੇਰ ਕਹਾ ਤਾ। ਤੀਸਰੀ ਵਾਰੀ ਫੇਰ ਕਹਿੰਦੀ ਕਹਿ ਰਾਮ। ਜਾ ਕਹਿੰਦੀ ਕੱਪੜੇ ਬਦਲ ਲੈ, ਇਸ਼ਨਾਨ ਕਰ ਲੈ, ਰਾਮ ਤੈਨੂੰ ਰਾਜੀ ਕਰ ਦੇ। ਰਾਜੇ ਨੇ ਜਾ ਕੇ ਇਸ਼ਨਾਨ ਕਰਿਆ, ਹੈਰਾਨ ਹੋ ਗਿਆ ਕਿ ਸਰੀਰ ਦੇ ਉੱਤੇ ਕੋਈ ਕੋੜ ਦਾ ਕੁਛ ਦਾ ਨਿਸ਼ਾਨ ਬਾਕੀ ਨਾ ਰਿਹਾ, ਬਹੁਤ ਪ੍ਰਸੰਨ ਹੋਇਆ। ਸ਼ਹਿਰ ਦੇ ਵਿੱਚ ਗੱਲ ਚੱਲ ਪਈ, ਧੰਨ ਮਾਤਾ ਲੋਈ, ਧੰਨ ਮਾਤਾ ਲੋਈ, ਧੰਨ ਮਾਤਾ ਲੋਈ, ਗੱਲ ਫੈਲ ਗਈ ਸਾਰੇ 'ਚ, ਕਿਉਂਕਿ ਮਾੜੀ ਗੱਲ ਵੀ ਸੰਤਾਂ ਦੀ ਬਹੁਤ ਛੇਤੀ ਫੈਲਦੀ ਹੁੰਦੀ ਹੈ, ਚੰਗੀ ਨੂੰ ਅਜੇ ਦੇਰ ਲੱਗਦੀ ਹੈ, ਮਾੜੀ ਹੋ ਜਾਵੇ ਤਾਂ ਸਾਰੀ ਦੁਨੀਆ 'ਚ ਫੈਲ ਜਾਂਦੀ ਹੈ, ਉੱਚਾ ਨਿਸ਼ਾਨ ਹੁੰਦਾ। ਚੰਦ ਦਾ ਜੋ ਲੱਗਿਆ ਹੋਇਆ ਦਾਗ ਹੈ ਸਾਰੀ ਦੁਨੀਆ ਨੂੰ ਨਜ਼ਰ ਆਉਂਦਾ, ਹੇਠਾਂ ਕੋਈ ਧਰਤੀ ਦੇ ਉੱਤੇ ਕਰੋੜਾਂ ਹੀ ਦਾਗ ਨੇ, ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਸੰਤ ਉੱਚੇ ਹੁੰਦੇ ਨੇ, ਦੂਰੋਂ ਦਿਸਦੇ ਨੇ, ਉਹਨਾਂ ਦਾ ਕੋਈ ਨੁਕਸ ਹੋਵੇ ਉਸੇ ਵੇਲੇ ਪਤਾ ਲੱਗ ਜਾਇਆ ਕਰ। ਸੋ ਇਹ ਉਪਮਾ ਦੀ ਬਾਤ ਸੀ, ਹੌਲੀ ਹੌਲੀ ਸ਼ਹਿਰ ਫੈਲ। ਕਬੀਰ ਸਾਹਿਬ ਹਫ਼ਤੇ ਡੇਢ ਹਫ਼ਤੇ ਬਾਅਦ ਆਏ, ਧੰਨ ਲੋਈ ਹੋ ਰਹੀ ਹੈ। ਕਬੀਰ ਸਾਹਿਬ ਨੇ ਕਿਹਾ ਵੀ ਇਹ ਕੀ ਬਾਤਚੀਤ ਹੈ, ਧੰਨ ਲੋਈ, ਧੰਨ ਕਬੀਰ, ਲੋਈ ਦਾ ਨਾਮ ਕਿਵੇਂ ਆ ਗਿਆ? ਕਹਿੰਦਾ ਮਹਾਰਾਜ, ਲੋਈ ਦਾ ਤਾਂ ਪਤਾ ਹੀ ਨਹੀਂ ਸੀਗਾ, ਇਹਨੇ ਤਾਂ ਸਿਰਫ ਤਿੰਨ ਵਾਰੀ ਰਾਮ ਕਹਾਇਆ ਅਤੇ ਰਾਜਾ ਰਾਜੀ ਕਰਤਾ। ਕਹਿੰਦੇ ਹੈ ਤਿੰਨ ਵਾਰੀ ਨਾਰਾਜ਼ ਹੋ ਗਏ, ਸੰਤਾਂ ਦਾ ਗੁੱਸਾ ਪਾਣੀ 'ਤੇ ਲੀਕ ਹੋਇਆ ਕਰਦਾ, ਮਨਮੁੱਖ ਦਾ ਗੁੱਸਾ ਪੱਥਰ ਦੇ ਉੱਤੇ ਲਕੀਰ ਹੋਇਆ ਕਰਦਾ, ਸੰਤਾਂ ਦੀ ਨਾਰਾਜ਼ਗੀ ਨਾਲ ਦੀ ਨਾਲ ਮੁੱਕ ਜਾਇਆ ਕਰਦੀ, ਮਨਮੁੱਖ ਦੀ ਨਾਰਾਜ਼ਗੀ ਪੁਸ਼ਤਾਂ ਤੱਕ ਨਹੀਂ ਮੁੱਕਿਆ ਕਰਦੀ। ਸੋ ਇਸ ਤਰ੍ਹਾਂ ਆਪ ਨੇ ਚਿਹਰੇ ਦੇ ਉੱਤੇ ਕੁਛ ਵੱਟ ਪਏ ਮੱਥੇ 'ਚ ਵੀ ਹੈ ਐਡਾ ਨੁਕਸਾਨ, ਉਹਨੂੰ ਤਿੰਨ ਵਾਰੀ ਕਹਾਉਣ ਦੀ ਕੀ ਲੋੜ ਸੀ, ਇੱਕ ਵਾਰੀ ਕਹਾ ਦਿੰਦੀ। ਕੁਛ ਨਾਰਾਜ਼ੀ ਜ਼ਾਹਰ ਕਰੀ, ਘਰ ਆਏ, ਮਾਤਾ ਲੋਈ ਅੱਗੇ ਵੱਧ ਕੇ ਲੱਗੀ ਨਮਸਕਾਰ ਕਰਨ, ਕਬੀਰ ਸਾਹਿਬ ਰੁਕੇ ਨਹੀਂ, ਅੱਗੇ ਬਣਦੇ ਪਾਸੇ ਦੀ ਹੋ ਕੇ ਤੁਰ ਗਏ, ਛੇਤੀ ਦੇ ਕੇ ਜਾ ਕੇ ਉਹਨਾਂ ਦਾ ਗਲ ਦਾ ਪਰਨਾ, ਹੱਥ ਦੀ ਸੋਟੀ,
ਅਤੇ ਚਿੱਪੀ ਫੜਨਾ ਲੱਗੀ ਤਾਂ ਉਹਨਾਂ ਨੇ ਪਿੱਠ ਕਰ ਲਈ, ਆਪੇ ਹੀ ਰੱਖ ਦਿੱਤੀ। ਮੱਥਾ ਠਣ ਗਿਆ ਕਿ ਕਿਸੇ ਨੇ ਚੁਗਲੀ ਕਰਤੀ, ਨਾਰਾਜ਼ ਹੋ ਗਏ ਮੇਰੇ ਨਾਲ। ਉਸ ਵੇਲੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਤੁਹਾਡੀ ਨਾਰਾਜ਼ਗੀ ਦਾ ਕੀ ਕਾਰਨ ਹੈ? ਮੈਨੂੰ ਜੇ ਆਰਾ ਲੈ ਕੇ ਦੋ ਟੁਕੜੇ ਕਰ ਦਿਉ, ਮੈਂ ਕਦੇ ਨਹੀਂ ਬੁਰਾ ਮੰਨਦੀ, ਪਰ ਇਹ ਜਿਹੜੀ ਤੁਸੀਂ ਮੇਰੇ ਵੱਲ ਪਿੱਠ ਕਰ ਲਈ ਨਾ, ਮੈਂ ਤਾਂ ਇਹਦੇ ਨਾਲ ਜਿਉਂ ਨਹੀਂ ਸਕਦੀ। ਕਰਬਤ ਭਲਾ ਨਾ ਕਰਬਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ, ਹਾਂ ਵਾਰੀ ਮੁੱਖ ਫੇਰ ਪਿਆਰੇ, ਕਰਬਟ ਦੇ ਮੋਕੋ ਕਾਹੇ ਕੋ ਮਾਰੇ। ਕਰਬਟ ਦੇ ਕੇ ਪਿੱਠ ਦੇ ਕੇ ਨਾ ਮੈਨੂੰ ਮਾਰੋ, ਜਾਉ ਤਨ ਚੀਰੇ ਤੰਗ ਨਾ ਮੋਰ, ਪਿੰਡ ਪਰਾ ਤਾਂ ਪ੍ਰੀਤ ਨਾ ਤੋਰ, ਜੇ ਆਰਾ ਲੈ ਕੇ ਮੇਰੇ ਦੋ ਫਾੜ ਕਰ ਦਿਉ, ਮੈਂ ਸੀ ਤੱਕ ਨਹੀਂ ਕਹਾਂਗੀ ਅਤੇ ਪਿਆਰ ਵੀ ਨਾ ਹਟਾਊਂਗੀ। ਹਮ ਤੁਮ ਬੀਜ ਪਏ ਨਹੀਂ ਕੋਈ, ਤੁਮੇ ਸੋ ਕੰਤ ਨਾਰ ਹਮ ਸੋਏ, ਅਤੇ ਆਪਣੇ ਵਿੱਚ ਕੋਈ ਚੁਗਲ ਵੀ ਨਹੀਂ ਆਇਆ ਵੀ ਚੁਗਲੀ ਕਰਤੀ ਹੋਵੇ। ਮੈਂ ਤੁਹਾਡੀ ਪਤਨੀ ਹਾਂ, ਤੁਸੀਂ ਮੇਰੇ ਪਤੀ ਹੋ, ਕਿਰਪਾ ਕਰਕੇ ਮੈਨੂੰ ਇਹ ਤਾਂ ਬਾਤ ਦੱਸੋ, ਗੱਲ ਕੀ ਹੋ ਗਈ? ਕਹਿਣ ਲੱਗੇ ਗੱਲ ਕੈਤ ਕਬੀਰ ਸੁਣੋ ਰੀ ਲੋਈ, ਆਪ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੇਰੇ ਉੱਤੇ ਬੜੀ ਪ੍ਰਤੀਤ ਸੀ। ਤੂੰ ਸਤਸੰਗ ਕਰਦੀ ਸੀ, ਸੇਵਾ ਕਰਦੀ ਸੀ, ਮਹਾਂਪੁਰਸ਼ਾਂ ਦੇ ਉੱਚੇ ਬਚਨ ਸਰਵਣ ਕਰਦੀ ਸੀ, ਪਰ ਮੈਨੂੰ ਕੀ ਪਤਾ ਵੀ ਤੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿਸੇ ਗੱਲ ਦਾ। ਕਹਿਣ ਲੱਗੀ ਮਹਾਰਾਜ ਇਹ ਗੱਲ ਠੀਕ ਹੈ, ਮੈਂ ਅਣਜਾਣ ਹਾਂ, ਮੈਂ ਅਨਪੜ੍ਹ ਹਾਂ, ਕੁਛ ਆਪਣੀ ਜਾਤ ਵੀ ਐਸੀ ਹੈ, ਲੋਕ ਹਾਸੀ ਕਰਦੇ ਨੇ, ਪਰ ਕਿਰਪਾ ਕਰਕੇ ਮੈਨੂੰ ਖੋਲ੍ਹ ਕੇ ਤਾਂ ਦੱਸੋ ਵੀ ਮੇਰੇ ਤੋਂ ਕਿਹੜਾ ਕਸੂਰ ਹੋ ਗਿਆ ਜਿਹਦੇ ਕਰਕੇ ਤੁਸੀਂ ਨਾਰਾਜ਼ ਹੋ ਗਏ। ਕਬੀਰ ਸਾਹਿਬ ਕਹਿਣ ਲੱਗੇ ਲੈ ਜੇ ਸੁਣਨਾ ਤਾਂ ਮੈਂ ਤੈਨੂੰ ਦੱਸ ਦਿੰਦਾ। ਰਾਮ ਸਵੱਲਣਾ ਲਾਇਆ ਤੈ, ਰਾਮ ਸਵੱਲਣਾ ਲਾਇਆ, ਰਾਮ ਸਵੱਲਣਾ ਲਾਇਆ, ਰਾਮ ਸਵੱਲਣਾ ਲਾਇਆ, ਵੱਲਣਾ ਲਾਇਆ ਰਾਮ ਸਵੱਲਣਾ ਲਾਇਆ, ਰਾਮ ਸਵੱਲਣਾ ਲਾਇਆ, ਰਾਮ ਸਵੱਲਣਾ ਲਾਇਆ, ਕਹਿਤ
ਕਿ ਵੀ ਸੁਣੋ ਰੀਲ ਹੋਈ ਆਪ ਤੁਮਰੀ ਪ੍ਰਤੀਤ ਨਾ ਹੋਈ। ਮੈਂ ਤਾਂ ਇਹ ਸਮਝਦਾ ਸੀ ਵੀ ਤੂੰ ਨਾਮ ਦਾ ਮਹਾਤਮ ਸੁਣਦੀ ਹੈ ਤਾਂ ਤਿੰਨ ਵਾਰੀ ਰਾਮ ਕਿਉਂ ਕਹਾਇਆ। ਕਹਿਣ ਲੱਗੀ ਮਹਾਰਾਜ ਮੇਰੀ ਬੇਨਤੀ ਸੁਣੋ, ਉਹ ਰਾਜੇ ਨੇ ਕਰੋੜਾਂ ਪਾਪ ਕੀਤੇ ਹੋਏ ਸੀ ਜਿਨ੍ਹਾਂ ਦਾ ਫਲ ਬਿਮਾਰੀ ਆਇਆ ਕਰਦੀ। ਸੋ ਇੱਕ ਵਾਰੀ ਮੈਂ ਰਾਮ ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟਣ ਵਾਲਾ ਨਾਮ ਪਹਿਲੀ ਵਾਰੀ ਮੈਂ ਰਾਮ ਕਹਾਇਆ। ਦੂਸਰਾ ਜੋ ਰਾਮ ਕਹਾਇਆ ਸਰਵ ਰੋਗ ਕੋ ਔਖਦ ਨਾਮ, ਸਾਰੀਆਂ ਬਿਮਾਰੀਆਂ ਦਾ ਇਲਾਜ ਪਰਮੇਸ਼ੁਰ ਦਾ ਨਾਮ ਹੈ। ਸੋ ਬਿਮਾਰੀ ਦੂਰ ਕਰਨ ਵਾਸਤੇ ਮੈਂ ਰਾਮ ਕਹਾਇਆ, ਤੀਸਰਾ ਕਾਹਦੇ ਵਾਸਤੇ ਗਾਇਆ ਫਿਰ ਤਾਂ ਮਹਾਰਾਜ? ਤੀਸਰਾ ਅਗਰ ਮੈਂ ਉਸ ਨੂੰ ਨਾਮ ਨਾ ਦਿੰਦੀ ਤਾਂ ਉਹਨੇ ਮੁੜ ਕੇ ਵਿਕਾਰਾਂ ਦੇ ਵਿੱਚ ਪ੍ਰਵਿਰਤ ਹੋ ਜਾਣਾ ਸੀ, ਰਾਜ਼ੀ ਹੋ ਜਾਣਾ ਸੀ, ਰਾਜ਼ੀ ਹੋ ਕੇ ਉਦੋਂ ਵੀ ਜ਼ਿਆਦਾ ਵਿਕਾਰਾਂ 'ਚ ਪੈਣਾ ਸੀ। ਸੋ ਉਹ ਵਿਕਾਰਾਂ ਤੋਂ ਰੋਕਣ ਵਾਸਤੇ ਔਰ ਉਹਦੀ ਰੂਹ ਦਾ ਕਲਿਆਣ ਕਰਨ ਵਾਸਤੇ ਮੈਂ ਤੀਸਰੀ ਵਾਰੀ ਰਾਮ ਉਹਨੂੰ ਨਾਮ ਦੀ ਸ਼ਕਲ ਵਿੱਚ ਦਿੱਤਾ। ਪ੍ਰਸੰਨ ਹੋ ਗਏ, ਕਹਿੰਦੇ ਠੀਕ ਹੈ। ਸੋ ਇਹ ਨਾਮ ਅਮੋਲ ਹੈ ਸਾਈਂ, ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਨ। ਮਹਾਰਾਜ ਕਹਿੰਦੇ ਐਸਾ ਜੋ ਨਾਮ ਅਮੋਲ ਹੈ ਸੰਸਾਰਕ ਜੀਵਨ ਦੇ ਵਿੱਚ ਇਸ ਨੇ ਉਸਦੀ ਕਦਰ ਨਾ ਜਾਣੀ, ਪਿਆਰ ਨਾ ਪਿਆ ਉਸਦਾ ਨਾਮ ਨਾਲ ਅਤੇ ਨਾਮੀ ਨਾਲ। ਨਾਮ ਅਮੋਲਾ ਪ੍ਰੀਤ ਨਾ ਦਿਸਿਓ ਪਰ ਨਿੰਦਾ ਹਿਤਕਾਰੇ, ਨਿੰਦਿਆ ਚੁਗਲੀ ਈਰਖਾ ਵਕੀਲੀ, ਮਾੜੀਆਂ ਗੱਲਾਂ ਕਰਨ ਨੂੰ ਬੜਾ ਪਿਆਰ ਲੱਗਿਆ ਹੋਇਆ, ਬੜਾ ਬੇਅੰਤਾਂ ਦੇ ਨਾਲ ਗੱਲ ਬਣਾ ਬਣਾ ਕੇ ਕਹਿੰਦੇ ਅਤੇ ਕਰਦਾ ਕੀ ਹੈ? ਕਹਿੰਦੇ ਉਹਦੀ ਹਾਲਤ ਐਸੀ ਹੈ ਵੀ ਛੱਪਰ ਬੰਨ ਲਵੇ ਅਤੇ ਅੰਦਰ ਅੱਗ ਜਾਲ ਲਵੇ ਪਾਂਬੜ, ਨਤੀਜਾ ਕੀ ਉਹ ਜਲ ਜੂ। ਛਾਪਰ ਬਾਂਧ ਸਵਾਰਾ ਹੈ ਤ੍ਰਿਣਕੋ ਦੁਆਰਾ ਹੈ ਪਾਵਕ ਜਾਰ, ਕੱਲ ਰਿਪੋਰਟ ਉਠਾਵਾ ਮੁੰਡਾ, ਕੋਈ ਚੀਜ਼ ਚੱਜਦੀ ਨਹੀਂ ਚੱਕੀ ਸਿਰ 'ਤੇ, ਕੱਲਰ ਚੱਕ ਲਿਆ। ਅੰਮ੍ਰਿਤ ਮਨ 'ਤੇ ਡਰ ਹੈ, ਮਿਹਨਤ ਕਰਦਾ ਦਿਨ ਰਾਤ ਸਾਰੀ ਜ਼ਿੰਦਗੀ, ਮਿਹਨਤ ਕਰਕੇ ਕੱਲਰ ਖੱਟ ਲਿਆ ਅਤੇ ਜਿਹੜਾ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਸੀ ਉਹ ਮਨ ਤੋਂ ਸਿੱਟ ਦਿੱਤਾ, ਉਹਦੇ ਵੱਲ ਰੁਚੀ ਨਹੀਂ ਹੋਈ। ਓਡਾ ਬਸਤਰ ਕਾਜਰ ਮੈਂ ਭਰਿਆ, ਕਾਲੀ ਕੋਲੜੀ ਦੇ ਵਿੱਚ ਪਿਆ ਹੋਇਆ ਨਵੇਂ ਅਤੇ ਨਵਾਂ ਚਿੱਟਾ ਕੱਪੜਾ ਪਹਿਨਦਾ, ਬਹੁਤ ਬਹੁਤ ਘਰ ਚਾਰ, ਬਹੁਤ ਬਹੁਤ ਫਿਰ ਚੇਰ ਚਾਰ, ਵਾਰੀ ਵਾਰੀ ਚਾਰਦਾ। ਸੋ ਨਾਮ ਦਾ ਨਹੀਂ ਪਤਾ ਲੱਗਿਆ, ਨਾਮ ਜਿਸਦੇ ਵੀ ਅੰਦਰ ਪ੍ਰਗਟ ਹੋ ਗਿਆ। ਮਹਾਰਾਜ ਕਹਿੰਦੇ ਜਿਸ ਕਾ ਅੰਤਰ ਵਸਾ ਨਿਰੰਕਾਰ ਤਿਸਕੀ ਸੀਖ ਤਰ੍ਹਾਂ ਹੈ ਸੰਸਾਰ, ਉਹਦੇ ਜਿਹੜੇ ਬਚਨ ਨੇ ਉਹ ਸੰਸਾਰ ਨੂੰ ਤਾਰ ਦਿਆ ਕਰਦੇ ਨੇ, ਕਿਉਂਕਿ ਅੰਦਰ ਨਾਮ ਦੀ ਫੋਰਸ ਹੈ। ਇੱਕ ਫੋਕੀ ਗੋਲੀ ਹੁੰਦੀ ਹੈ, ਇੱਕ ਪੱਕੀ ਗੋਲੀ ਹੁੰਦੀ ਹੈ, ਪੱਕੀ ਗੋਲੀ ਨਾਲ ਬੰਦਾ ਕਾਇਲ ਹੋ ਜਾਂਦਾ, ਮਰ ਜਾਂਦਾ। ਜਿਹੜੀ ਫੋਕੀ ਆ ਉਹ ਕੇਵਲ ਪੜਾਕਾ ਹੈ, ਹੋਰ ਕੁਛ ਨਹੀਂ ਕਰਿਆ ਕਰਦੇ। ਸੋ ਇਸ ਤਰ੍ਹਾਂ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਤਾਰਦੇ ਹੋਏ, ਲਾਈਟ ਪਾਉਂਦੇ ਹੋਏ ਉਹਨਾਂ ਦੇ ਮਨਾਂ ਦੇ ਅੰਦਰ। ਅੱਜ ਢਾਕੇ ਗਏ ਹੋਏ ਨੇ, ਢਾਕੇ ਜਾ ਕੇ ਬੜੇ ਕੌਤਕ ਕਰਨ ਤੋਂ ਬਾਅਦ ਆਪ ਨੂੰ ਇਸ ਗੱਲ ਦੀ ਕਿਸੇ ਨੇ ਖਬਰ ਦਿੱਤੀ ਕਿ ਮਹਾਰਾਜ ਸਾਡੇ ਨੇੜੇ ਇੱਕ ਵੱਡਾ ਸਰਦਾਰ ਹੈ, ਉਹ ਡਾਕੇ ਮਾਰਦਾ, ਲੋਕਾਂ ਦੇ ਧਨ ਖੋਹਦਾ, ਜ਼ਬਰ ਕਰਦਾ, ਚੀਕ ਚਿਹਾੜੇ ਪੈਂਦੇ ਨੇ। ਮਹਾਰਾਜ ਉਹ ਫਿਰ ਉਹਨੂੰ ਦਾਨ ਕਰਦਾ, ਦਾਨ ਕਰਕੇ ਕਹਿੰਦਾ ਮੈਂ ਬੜਾ ਦਾਨੀ ਹਾਂ। ਮਹਾਰਾਜ ਕਹਿੰਦੇ ਕੋਈ ਨਾ। ਆਪ ਸਨੇ ਸਨੇ ਚੱਲਦੇ ਚੱਲਦੇ ਉਸ ਨਗਰ 'ਚ ਪਹੁੰਚ ਗਏ ਜਿੱਥੇ ਉਹ ਸਰਦਾਰ ਜ਼ਿਮੀਂਦਾਰ ਭੂਮੀਆਂ ਨਿਵਾਸ ਕਰਦਾ ਸੀ। ਉੱਥੇ ਗਏ ਤਾਂ ਜਿਹੜੇ ਉੱਥੇ ਦੇ ਪਿੰਡ ਦੇ ਰਹਿਣ ਵਾਲੇ ਬੜੇ ਹੀ ਨੇਕ ਪੁਰਸ਼, ਸਾਧੂਆਂ ਦੀ ਸੇਵਾ ਕਰਨ ਵਾਲੇ, ਆਦਰ ਸਤਿਕਾਰ ਕਰਨ ਵਾਲੇ, ਮਹਾਰਾਜ ਨੂੰ ਇੱਕ ਪ੍ਰੇਮੀ ਰਸਤੇ 'ਚ ਮਿਲ ਗਿਆ, ਉਹ ਬੇਨਤੀ ਕਰਕੇ ਆਪਣੇ ਘਰ ਲੈ ਗਿਆ। ਘਰ ਲਿਆ ਹੋਇਆ ਤਾਂ ਉਸੇ ਵੇਲੇ ਜਲ ਭਰ ਲਿਆ ਆ ਤਾਜ਼ਾ, ਪੰਜ ਇਸ਼ਨਾਨਾ ਕਰਾਇਆ ਅਤੇ ਮਹਾਰਾਜ ਜੀ ਨੂੰ ਆਸਣ ਦਿੱਤਾ ਚਾਰਪਾਈ ਦੇ ਉੱਤੇ, ਮਰਦਾਨਾ ਬੈਠ ਗਿਆ। ਉਹਦੇ ਬਾਅਦ ਉਹ ਬਚਨ ਕਰੀ ਜਾਂਦੇ ਨੇ ਲੇਕਿਨ ਖਾਣ ਪੀਣ ਦੀ ਗੱਲ ਨਹੀਂ ਕਰਦੇ ਕੋਈ ਵੀ।
ਮਰਦਾਨੇ ਨੂੰ ਕਿਉਂਕਿ ਮਹਾਰਾਜ ਭੁਖਲਾ ਆਉਂਦੇ ਸੀ, ਕੋਈ ਗੱਲ ਕਰਨੀ ਹੁੰਦੀ ਸੀ, ਬੜਾ ਵੱਡਾ ਮਰਦਾਨਾ ਕੋਈ ਮੂਲੀ ਆਦਮੀ ਨਹੀਂ ਸੀ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਰਹਿ ਕੇ ਕੱਟ ਗਿਆ, ਪਹਾੜਾਂ 'ਤੇ ਚੜ੍ਹ ਗਿਆ, ਕਲਯੁਗ ਵਰਗਿਆਂ ਨਾਲ ਮੁਕਾਬਲਾ ਪਿਆ, ਸਮੁੰਦਰਾਂ ਦੇ ਵਿੱਚ ਗਏ, ਉਹ ਕੋਈ ਐਵੇਂ ਮੂਲੀ ਬੰਦਾ ਨਹੀਂ ਸੀ, ਬਹੁਤ ਬਖਸ਼ੀ ਹੋਈ ਕੋਈ ਰੂਹ ਸੀ ਜਿਹੜੀ ਧੁਰ ਤੋਂ ਦਰਗਾਹ ਤੋਂ ਆ ਕੇ ਗੁਰੂ ਨਾਨਕ ਦਾ ਸਾਥੀ ਬਣੀ। ਲੇਕਿਨ ਇਹ ਅਸੀਂ ਵੀ ਉਹਨੂੰ ਭੁੱਖ ਲਾਉਂਦੇ ਸੀ ਮਹਾਰਾਜ, ਕਹਿਣ ਲੱਗਿਆ ਸੱਚੇ ਪਾਤਸ਼ਾਹ ਪਿੰਡ ਤਾਂ ਬਹੁਤ ਚੰਗਾ ਹੈ, ਜਿੰਨੇ ਵੀ ਆਏ ਨੇ ਬੜੀ ਸ਼ਰਧਾ ਦੇ ਨਾਲ ਨਮਸਕਾਰਾਂ ਕਰਦੇ ਨੇ, ਬਸ ਇੱਕ ਗੱਲ ਦਾ ਦੋਸ਼ ਹੈ ਇਹਨਾਂ ਦੇ ਅੰਦਰ, ਜਲ ਪਾਣੀ ਦੀ ਕੋਈ ਗੱਲ ਨਹੀਂ ਕਰਦਾ। ਕਹਿੰਦੇ ਮਰਦਾਨਿਆਂ ਭੁੱਖ ਲੱਗੀ ਹੋਈ ਹੈ? ਕਹਿੰਦਾ ਹਾਂ ਮਹਾਰਾਜ, ਹੁਣ ਤਾਂ ਪਿੰਡ ਵਿੱਚ ਆਏ ਹੋਏ ਹਾਂ, ਹੁਣ ਤਾਂ ਖਾਵਾਂਗੇ ਹੀ ਸੱਚੇ ਪਾਤਸ਼ਾਹ, ਹੁਣ ਨਾ ਕਿਤੇ ਕਹਿ ਦਿਓ ਵੀ ਇੱਥੇ ਨਹੀਂ ਖਾਣਾ। ਕਹਿੰਦੇ ਕਿਉਂ ਬਾਈ ਪ੍ਰੇਮੀਓ, ਤੁਸੀਂ ਬਾਕੀ ਤਾਂ ਸਾਰੀ ਸੇਵਾ ਕਰ ਰਹੇ ਹੋ, ਅਤੇ ਕੀ ਗੱਲ ਹੈ ਤੁਸੀਂ ਨਾ ਪ੍ਰਸ਼ਾਦ ਪਾਣੀ ਨਾ ਕੋਈ ਜਾ ਕੋਈ ਚੀਜ਼ ਵੀ ਨਹੀਂ ਪੁੱਛਦੇ ਹੈਗੇ, ਅਤੇ ਗ੍ਰਿਸ਼ਤੀ ਦਾ ਧਰਮ ਹੈ ਕਿ ਅਥਿਤੀ ਨੂੰ ਪ੍ਰਸ਼ਾਦ ਪਾਣੀ ਛਕਾਉਣਾ ਅਤੇ ਵੱਡੇ ਤੋਂ ਵੱਡਾ ਪੁੰਨ ਹਾਸਲ ਕਰਨਾ। ਕਹਿੰਦੇ ਸੱਚੇ ਪਾਤਸ਼ਾਹ ਕੀ ਦੱਸੀਏ ਤੁਹਾਨੂੰ, ਇੰਨਾ ਕਹਿ ਕੇ ਨੇਤਰਾਂ 'ਚ ਜਲ ਆ ਗਿਆ ਉਸ ਪ੍ਰੇਮੀ ਦੇ, ਰੋਣ ਲੱਗ ਗਿਆ। ਮਹਾਰਾਜ ਕਹਿੰਦੇ ਕੀ ਗੱਲ ਪਿਆਰਿਆ, ਕੋਈ ਪਾਬੰਦੀ ਲੱਗੀ ਹੋਈ ਹੈ? ਕਹਿੰਦਾ ਹਾਂ ਸੱਚੇ ਪਾਤਸ਼ਾਹ, ਇੱਥੇ ਦਾ ਜੋ ਸਰਦਾਰ ਹੈ, ਵੱਡਾ ਭੂਮੀ ਆ, ਵੱਡੀ ਜ਼ਮੀਨ ਦਾ ਮਾਲਕ ਹੈ, ਅਮੀਰ ਹੈ ਉਹ, ਉਹਨੇ ਸਾਨੂੰ ਸਾਰਿਆਂ ਨੂੰ ਕਿਹਾ ਹੋਇਆ ਕਿ ਕੋਈ ਸਾਧੂ ਆਵੇ, ਤੁਸੀਂ ਹੋਰ ਸੇਵਾ ਕਰੋ, ਪੱਖਾ ਚੱਲੋ, ਚਰਨ ਧੋਵੋ, ਹੋਰ ਜਿਹੜੀ ਵੀ ਹੁੰਦੀ ਹੈ ਬਿਸਤਰਾ ਦੇਵੋ, ਲੱਤਾਂ ਘੁੱਟੋ, ਹੋਰ ਕੋਈ ਵੀ ਸੇਵਾ ਕਰ ਲਓ, ਪਰ ਪਛਾਦਾ ਪਾਣੀ ਨਹੀਂ ਛਕਾਉਣਾ। ਕਹਿੰਦੇ ਕਹਿੰਦਾ ਕੀ ਹੈ? ਕਹਿੰਦਾ ਸੱਚੇ ਪਾਤਸ਼ਾਹ ਉਹ ਐਂ ਕਹਿੰਦਾ ਹੈ ਵੀ ਸਾਧੂ ਆਏ ਨੇ, ਤੁਸੀਂ ਜੇ ਉਹਨਾਂ ਦੀ ਸੇਵਾ ਪੂਰੀ ਤਰ੍ਹਾਂ ਨਾ ਕਰ ਸਕੇ ਤਾਂ ਦੋਸ਼ ਮੈਨੂੰ ਲੱਗੇਗਾ, ਇਸ ਕਰਕੇ ਉਹਨਾਂ ਦੇ ਖਾਣ ਦੀ ਪੀਣ ਦੀ ਸੇਵਾ ਮੈਂ ਹੀ ਕਰੂੰਗਾ। ਸਾਨੂੰ ਹੁਕਮ ਨਹੀਂ ਹੈ ਵੀ ਕਿਸੇ ਸਾਧੂ ਨੂੰ ਤੁਸੀਂ ਪ੍ਰਸ਼ਾਦਾ ਛਕਾਓ, ਸੋ ਇਸ ਕਰਕੇ ਮਹਾਰਾਜ ਅਸੀਂ ਕੀ ਕਰੀਏ, ਸਾਤੋਂ ਜ਼ਬਰਦਸਤੀ ਪੁੰਨ ਖੋਲੇ ਉਹਨੇ, ਸਾਨੂੰ ਪੁੰਨ ਨਹੀਂ ਕਰਨ ਦਿੰਦਾ, ਮਾੜੇ ਮੋਟੇ ਗ੍ਰਿਸ਼ਤੀ ਹੋ ਕੇ ਅਸੀਂ ਪੁੰਨ ਕਰਦੇ ਹਾਂ, ਕਿਉਂਕਿ ਸਾਡਾ ਧਰਮ ਹੈ ਜਿਹੜਾ ਗ੍ਰਿਸ਼ਤੀ ਹੈ ਉਹਨੂੰ ਧਰਮ ਕਰਨਾ, ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ। ਸੱਚੇ ਪਾਤਸ਼ਾਹ ਅਸੀਂ ਧਰਮ ਕਮਾਉਣਾ, ਸੋ ਗ੍ਰਹਿ ਜੋ ਨਿਗ੍ਰਹਿ ਕਰੇ, ਜਪ ਤਪ ਸੰਜਮ ਭੀਖਿਆ ਕਰੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਰ, ਕਿਉਂਕਿ ਗ੍ਰਿਸ਼ਤੀ ਦਾ ਕਰਮ ਹੈ ਧਰਮ ਕਰਨਾ, ਦਾਨ ਕਰਨਾ, ਪੁੰਨ ਕਰਨਾ। ਕਹਿੰਦੇ ਜਿਹੜਾ ਪੁੰਨ ਦਾਨ ਕਰਦਾ ਗ੍ਰਿਸ਼ਤੀ, ਉਹ ਕਹਿੰਦੇ ਜਦੋਂ ਗੰਗਾ ਦੇ ਨੀਰ ਵਰਗਾ ਹੋ ਜਾਂਦਾ ਪਵਿੱਤਰ, ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਪਿਆ ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕੀ। ਸੱਚੇ ਪਾਤਸ਼ਾਹ ਉਹ ਪੁੰਨ ਸਾਨੂੰ ਨਹੀਂ ਮਿਲਦਾ, ਕਿਉਂਕਿ ਗ੍ਰਿਸ਼ਤੀ ਦਾ ਧਰਮ ਹੁੰਦਾ ਹੈ ਪੁੰਨ ਦਾਨ ਕਰਨਾ। ਕ੍ਰਿਸ਼ਨ ਮਹਾਰਾਜ ਮਹਾਭਾਰਤ ਦਾ ਭਿਆਨਕ ਯੁੱਧ ਲੜ ਰਹੇ ਨੇ, ਅੱਜ ਦਾ ਜਿਹੜਾ ਦਿਨ ਹੈ ਉਹ ਬੜਾ ਹੀ ਸਖਤ ਹੈ, ਕਿਉਂਕਿ ਇੱਕ ਪਾਸੇ ਕਰਨ ਹੈ ਮਹਾਬਲੀ ਮਹਾਦਾਨੀ ਅਤੇ ਇੱਕ ਪਾਸੇ ਅਰਜਨ, ਅਰਜਨ ਵੱਲ ਕ੍ਰਿਸ਼ਨ ਮਹਾਰਾਜ ਨੇ ਅਤੇ ਉਹਦੇ ਵੱਲ ਉਹਦਾ ਤਪ ਪੁੰਨ ਦਾਨ ਹੈ, ਫੈਸਲਾ ਨਹੀਂ ਹੋ ਰਿਹਾ, ਐਸੇ ਸਖਤ ਵਾਰ ਆ ਰਹੇ ਨੇ ਇੱਕ ਦੂਜੇ ਦੇ, ਕੁਛ ਨਹੀਂ ਹੋ ਰਿਹਾ। ਅਖੀਰ ਅਰਜਨ ਨੇ ਉਸਦੇ ਰਥ ਦਾ ਪਹੀਆ ਤੋੜਤਾ, ਰਥ ਖੜ ਗਿਆ, ਇਹਨੇ ਰਥ ਘੁਮਾਇਆ, ਉਹ ਪਹੀਆ ਚੁੱਕਣ ਵਾਸਤੇ ਵਿੱਚ ਪਾਉਣ ਵਾਸਤੇ ਹੇਠਾਂ ਉਤਰਿਆ, ਉਸ ਵੇਲੇ ਅਰਜਨ ਨੇ ਬਾਣ ਮਾਰ ਕੇ ਉਸਨੂੰ ਧਰਤੀ 'ਤੇ ਸੁੱਟਤਾ, ਗਿਰ ਗਿਆ। ਅਤੇ ਕ੍ਰਿਸ਼ਨ ਮਹਾਰਾਜ ਨੇ ਦੋਵੇਂ ਬਾਹਾਂ ਉੱਪਰ ਚੱਕ ਕੇ ਕਿਹਾ, ਕਹਿੰਦੇ ਅਰਜਨ ਅੱਜ ਪੁੰਨ ਦਾਨ ਦੀ ਪੁੰਨ ਦੀ ਰਾਤ ਪੈ ਗਈ ਰਾਤ। ਕਹਿੰਦੇ ਕਿਉਂ ਮਹਾਰਾਜ? ਕਹਿੰਦੇ ਕਰਨ ਜਿਹੜਾ ਹੈ ਇਹ ਪੁੰਨ ਦਾ ਅਵਤਾਰ ਸੀ, ਦਾਨ ਦਾ ਅਵਤਾਰ, ਮਹਾਦਾਨੀ ਅੱਜ ਮਾਰਿਆ ਗਿਆ। ਕਹਿੰਦੇ ਮਹਾਰਾਜ ਤੁਹਾਨੂੰ ਬੜਾ ਦਰਦ ਹੈ ਇਸ ਬੰਦੇ ਨਾਲ, ਇਹਨੇ ਤਾਂ ਸਾਡੀਆਂ ਭੂਤਨੀਆਂ ਭੁਲਾ ਛੱਡੀਆਂ ਸੀ, ਬੜੀ ਮੁਸ਼ਕਿਲ ਦੇ ਨਾਲ ਇਸ ਤੋਂ ਬਚੇ ਹਾਂ, ਕਿੰਨੀ ਵਾਰੀ ਆਪਣਾ ਝੰਡਾ ਕੱਟਤਾ,
ਕਿੰਨੀ ਵਾਰੀ ਇਹ ਝੰਡੇ ਦਾ ਜਿਹੜਾ ਲੱਕੜੀ ਸੀ ਉਹ ਕੱਟ ਦਿੱਤੀ, ਬੜੀ ਮੁਸ਼ਕਲ ਨਾਲ ਬਚਿਆ ਮਹਾਰਾਜ, ਤੁਸੀਂ ਤਾਂ ਬੜੀ ਤਾਰੀਫ ਕਰਦੇ ਹਾਂ। ਕਹਿੰਦੇ ਅਰਜਨ ਤੈਨੂੰ ਨਹੀਂ ਇਸ ਗੱਲ ਦਾ ਪਤਾ, ਐਡਾ ਮਹਾਨ ਬਲੀ ਸੀ, ਮੈਂ ਤਰਲੋਕੀ ਦਾ ਭਾਰ ਤੇਰੇ ਰਸਤੇ ਦਿੱਤਾ ਹੋਇਆ ਸੀ, ਫਿਰ ਵੀਹ ਕਰਮਾਂ ਪਿੱਛੇ ਹਟਾਉਂਦਾ ਸੀ ਜਾਂ ਬਾਣ ਮਾਰਦਾ ਸੀ। ਜੇ ਤੈਂ ਦਾਨ ਦੀ ਬਾਤ ਸੁਣਨੀ ਹੈ ਆ ਜਾ, ਤੈਨੂੰ ਦਿਖਾ। ਯੋਗ ਮਾਇਆ ਦੇ ਨਾਲ ਤਿੰਨਾਂ ਸਰੀਰ ਬਦਲ ਲਿਆ ਦੋਹਾਂ। ਕ੍ਰਿਸ਼ਨ ਮਹਾਰਾਜ ਨੇ ਇੱਕ ਬ੍ਰਾਹਮਣ ਦਾ ਸਰੀਰ ਬੁੱਢੇ ਦਾ ਧਾਰ ਲਿਆ, ਚਲਿਆ ਗਿਆ ਜਾ ਕੇ ਕਹਿਣ ਲੱਗਿਆ, ਮਹਾਰਾਜ ਕਰਨ ਮੈਂ ਗਰੀਬ ਬ੍ਰਾਹਮਣ ਤੇਰੇ ਦਰ 'ਤੇ ਆਇਆ, ਮੇਰੀ ਲੜਕੀ ਦੀ ਸ਼ਾਦੀ ਹੈ ਅਤੇ ਇੱਧਰਲੇ ਪਾਸੇ ਤੂੰ ਧਰਤੀ 'ਤੇ ਪਈ ਹੈ ਅਤੇ ਦਲਿੱਦਰ ਦਾ ਵੈਰੀ ਹੈ ਤੂੰ, ਜੇ ਤੂੰ ਹੀ ਚਲਿਆ ਗਿਆ ਤਾਂ ਫਿਰ ਦਲਿੱਦਰ ਦੁਨੀਆ ਦੇ ਉੱਤੇ ਛਾ ਜਾਏਗਾ, ਮੈਂ ਗਰੀਬ ਬ੍ਰਾਹਮਣ ਤੇਰੇ ਕੋਲ ਆਇਆ, ਤੂੰ ਮੇਰੀ ਮਦਦ ਕਰ, ਮੇਰੀ ਲੜਕੀ ਦੀ ਸ਼ਾਦੀ ਹੈ, ਮੈਨੂੰ ਪੁੱਛ ਦੇ। ਕਹਿਣ ਲੱਗਿਆ, ਐ ਬ੍ਰਾਹਮਣ, ਇਸ ਵੇਲੇ ਮੇਰਾ ਖੂਨ ਨਿਕਲ ਰਿਹਾ, ਨਿਗਾਹ ਮਾਰ ਕੇ ਦੇਖ ਕਿੱਥੇ ਤੱਕ ਚਲਿਆ ਗਿਆ, ਅਤੇ ਅੰਤ ਦੇ ਸਮੇਂ ਮੈਂ ਆਪਣੇ ਪ੍ਰਾਣਾਂ 'ਤੇ ਪ੍ਰਭੂ ਦੀ ਯਾਦ ਵਿੱਚ ਪਿਆ, ਅਤੇ ਹੁਣ ਤਾਂ ਮੇਰੇ ਕੋਲ ਕੋਈ ਚੀਜ਼ ਨਹੀਂ, ਮੈਂ ਸ਼ਰਮਿੰਦਾ, ਮੈਂ ਤੈਨੂੰ ਕੀ ਦੇਵਾਂ, ਜੇ ਮੇਰੀ ਅੱਖ ਲੈ ਕੇ ਤੇਰਾ ਕੁਛ ਬਣਦਾ ਮੇਰੀਆਂ ਅੱਖਾਂ ਕੱਢ ਲੈ, ਜੇ ਸਰੀਰ ਦਾ ਕੋਈ ਮੇਰਾ ਅੰਗ ਤੇਰੇ ਕੰਮ ਆ ਸਕਦਾ ਅੰਗ ਵੱਢ ਲੈ, ਹੋਰ ਕੋਈ ਚੀਜ਼ ਤੈਨੂੰ ਚਾਹੀਦੀ ਆ ਉਹ ਲੈ ਲੈ ਜੋ ਮੇਰੇ ਕੋਲ ਹੈ, ਪਰ ਮੈਂ ਕੀ ਕਰਾਂ, ਇਸ ਵੇਲੇ ਮੇਰੇ ਕੋਲ ਦਾਨ ਦੇਣ ਨੂੰ ਕੋਈ ਚੀਜ਼ ਨਹੀਂ ਹੈ, ਹੱਥ ਨਾਲ ਮੈਂ ਦੇ। ਉਹ ਵਿਗੜ ਗਿਆ ਬ੍ਰਾਹਮਣ, ਕਹਿਣ ਲੱਗਿਆ, ਝੂਠ ਬੋਲਦਾ, ਮੈਂ ਤੈਨੂੰ ਸ਼ਰਾਪ ਦੇ ਦਾਂਗਾ, ਤੇਰੇ ਕੋਲ ਹੈ ਦੇਣ ਵਾਸਤੇ ਯਾਰ ਤੂੰ ਛੁਪਾ ਰਿਹਾ। ਕਹਿਣ ਲੱਗਿਆ, ਮਹਾਰਾਜ ਕ੍ਰੋਧਿਤ ਨਾ ਹੋਵੋ, ਕਿਰਪਾ ਕਰੋ ਮੇਰੇ ਗਰੀਬ ਦੇ ਉੱਤੇ ਅਤੇ ਮੈਨੂੰ ਦੱਸੋ ਕਿ ਮੇਰੇ ਕੋਲ ਕੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦੇਵਾਂ। ਉਸ ਵੇਲੇ ਕਹਿਣ ਲੱਗੇ ਕਿ ਕਰਨ, ਤੇਰੇ ਪਾਸ ਤੇਰੇ ਦੰਦਾਂ ਦੇ ਵਿੱਚ ਸੋਨਾ ਲੱਗਿਆ ਹੋਇਆ, ਉਹ ਤੂੰ ਮੈਨੂੰ ਦੰਦ ਤੋੜ ਕੇ ਦੇ ਸਕਦਾ। ਕਹਿਣ ਲੱਗਿਆ, ਹਾਂ ਮੈਂ ਭੁੱਲ ਗਿਆ, ਬੜੀ ਮੇਰੀ ਭੁੱਲ ਹੋਈ, ਕਿਰਪਾ ਕਰੋ ਇਹ ਬ੍ਰਾਹਮਣ ਦੇਵਤਾ ਮੈਨੂੰ ਇੱਕ ਪੱਥਰ ਫੜਾ ਦਿਓ ਤਾਂ ਕਿ ਮੈਂ ਦੰਦ ਭੰਨ ਕੇ ਦੇ ਦਾਂ। ਉਸ ਵੇਲੇ ਉਹ ਕਹਿਣ ਲੱਗੇ, ਮੈਂ ਪੱਥਰ ਨਹੀਂ ਫੜਾ ਸਕਦਾ, ਉਹ ਪੱਥਰ ਤੇਰੇ ਨੇੜੇ ਹੀ ਪਿਆ, ਤੂੰ ਚੁੱਕ ਲੈ, ਹੁਣ ਹਿਲੋ ਤਾਂ ਹੁੰਦਾ ਨਹੀਂ ਹੈ, ਇੱਕ ਇੱਕ ਇੰਚ ਝਟਕੇ ਮਾਰ ਮਾਰ ਕੇ ਉੱਧਰ ਨੂੰ ਜਾਣਾ ਸ਼ੁਰੂ ਕਰਤਾ, ਅਖੀਰ ਪੱਥਰ ਤੱਕ ਚਲਿਆ ਗਿਆ, ਅਤੇ ਜਦੋਂ ਪੱਥਰ ਚੱਕ ਕੇ ਮਾਰਨ ਲੱਗਿਆ ਉਸ ਵੇਲੇ ਕ੍ਰਿਸ਼ਨ ਮਹਾਰਾਜ ਜੀ ਨੇ ਵਿਸ਼ਨੂੰ ਭਗਵਾਨ ਦਾ ਰੂਪ ਧਾਰ ਕੇ ਬਾਂਹ ਫੜ ਲਈ, ਭਗਵਾਨ ਮੰਗਾ ਲਏ, ਵੈਕੁੰਠ ਧਾਮ ਨੂੰ ਭੇਜ ਦਿੱਤਾ। ਕਹਿੰਦੇ, ਕਿਉਂ ਅਰਜਨ, ਅਣਹੁੰਦਾ ਆਪ ਵੰਡਾਏ, ਹੈ ਨਾ ਅਣਹੁੰਦਾ ਵਡਾਉਂਦਾ, ਇਹ ਮਹਾਂਦਾਨੀ ਹੈ, ਪੁੰਨ ਦਾਨ ਕਾ ਕਰੇ ਸਰੀਰ, ਜਿਹੜਾ ਪੁੰਨ ਅਤੇ ਦਾਨ ਦਾ ਆਪਣਾ ਸਰੀਰ ਕਰ ਲਵੇ, ਸੋ ਗਿਰੀ ਗੰਗਾ ਕਾ ਨੀਰ, ਮਹਾਂ ਪਵਿੱਤਰ ਗ੍ਰਿਸ਼ਤੀ ਹੁੰਦਾ, ਸਾਨੂੰ ਭੁੱਲ ਜਾਂਦਾ, ਸਾਡੇ ਯਾਦ ਨਹੀਂ ਰਹਿੰਦਾ ਕਿ ਗੁਰੂ ਦਸਮੇਸ਼ ਪਿਤਾ ਨੇ ਆਪਣਾ ਹੀ ਸਰੀਰ ਪੁੰਨਦਾਨ ਦਾ ਨਹੀਂ ਸੀ ਕਰਿਆ, ਸਰਬੰਸ ਸਾਰਾ ਪੁੰਨਦਾਨ ਦਾ ਕਰਕੇ ਐਸੀ ਘਟਨਾ ਐਸੀ ਹਾਲਤ ਵਰਤਾਈ, ਉਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਪਿਤਾ ਮਾਰਿਆ ਪੁੱਤਰ ਚਾਰੇ ਮਾਰੇ, ਸਿੰਘਾ ਤੇਰੀ ਸ਼ਾਨ ਬਦਲੇ, ਮਾਰਿਆ ਪੁੱਤਰ ਚਾਰੇ ਮਾਰੇ, ਸਿੰਘਾ ਤੇਰੀ ਸ਼ਾਨ ਬਦਲੇ, ਬਦਲੇ ਮਾਰਿਆ ਪੁੱਤਰ ਨਾਰੀ ਵਾਰੇ ਬਦਲੇ।
ਕੀਤਾ। ਇਸ ਦੇਸ਼ ਦੀ ਕਲਿਆਣ ਵਾਸਤੇ ਪਿਤਾ ਨੂੰ ਵਾਰ ਦਿੱਤਾ। ਆਪਣਾ ਇੰਨਾ ਕੋਈ ਹਰਜ ਨਹੀਂ ਸੀ ਹੁੰਦਾ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ, ਕਿੰਨੋ ਵੱਡੋ ਕਲੂ ਮੈਂ ਸੱਕ। ਤਿਲਕ ਵੀ ਦੂਸਰਿਆਂ ਦੇ ਲੱਗਦਾ ਸੀ, ਗਊ ਨੂੰ ਵੀ ਉਹ ਮੰਨਦੇ ਸੀ। ਉਹਦੀ ਉਹਨੂੰ ਬਚਾਉਣ ਵਾਸਤੇ ਕਿੱਡੀ ਬੜੀ ਸੁਪਰੀਮ ਕੁਰਬਾਨੀ ਦੇ, ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾਤੇ, ਆਪ ਵੀ ਸ਼ਹੀਦ, ਮਾਤਾ ਵੀ ਸ਼ਹੀਦ, ਸਾਰਾ ਸਰਬੰਸ ਦਾਨ ਵਿੱਚ ਦੇ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਦਾਨ ਜੋ ਹੈ ਉਸਨੂੰ ਵੀ ਕਹਿੰਦੇ ਨੇ ਕਿ ਮਹਾਂਦਾਨੀ ਸੀ ਕਰਨ, ਪਰ ਕਿੰਨਾ ਬੜਾ ਦਾਨ ਹੈ ਗੁਰੂ ਮਹਾਰਾਜ ਦਾ ਸਾਡੇ ਉੱਤੇ, ਕਿੱਡਾ ਅਹਿਸਾਨ ਹੈ। ਸੋ ਮਹਾਰਾਜ ਕਹਿੰਦੇ ਇਹ ਚੀਜ਼ਾਂ ਤਾਂ ਨਹੀਂ ਖੱਟ ਰਿਹਾ, ਇਹਦੀ ਥਾਂ 'ਤੇ ਕੱਲਰ ਦੀ ਪੋਟ ਉਠਾ ਰਿਹਾ ਸਿਰ ਦੇ ਉੱਤੇ। ਅੰਮ੍ਰਿਤ ਮਨ 'ਤੇ ਡਾਰੇ ਓਡਾ ਵਸਤਰ ਕਾਜਰ ਮੈਂ ਪਰਿਆ, ਬਹੁਰ ਬਹੁਰ ਫਿਰ ਚਾਰ। ਮਹਾਰਾਜ ਕਹਿਣ ਲੱਗੇ ਕਿ ਪਿਆਰਿਆ ਤੁਹਾਨੂੰ ਹੁਕਮ ਨਹੀਂ ਪ੍ਰਸ਼ਾਦ ਪਾਣੀ ਨਾ ਮਹਾਰਾਜ, ਅਸੀਂ ਤਾਂ ਜਲਮ ਨਹੀਂ ਭੁਲਾ ਸਕਦੇ। ਡਾਡਾ ਹੈ ਸਾਡਾ ਸਰਦਾਰ, ਬੜਾ ਡੰਡ ਦਿੰਦਾ ਸਖਤ, ਅਤੇ ਇਸ ਕਰਕੇ ਅਸੀਂ ਖਿਮਾ ਮੰਗਦੇ ਹਾਂ ਕਿ ਆਪ ਦਾ ਕੁਛ ਅਸੀਂ ਆਪਦੀ ਸੇਵਾ ਨਹੀਂ ਕਰ ਸਕੇ, ਕਿਉਂਕਿ ਸਾਨੂੰ ਆਗਿਆ ਨਹੀਂ ਹੈ। ਸਾਨੂੰ ਪੁੰਨਦਾਨ ਤੋਂ ਵਾਂਝਿਤ ਕਰ ਦਿੱਤਾ ਹੈ ਉਸਨੇ, ਹਾਲਾਂਕਿ ਗ੍ਰਿਸਤੀ ਦਾ ਧਰਮ ਪੁੰਨਦਾਨ ਕਰਨਾ ਹੋਇਆ ਕਰ। ਮਹਾਰਾਜ ਕਹਿੰਦੇ ਅੱਛਾ, ਉਹਦਾ ਘਰ ਕਿੱਥੇ ਹੈ? ਅਤਾ ਪਤਾ ਪੁੱਛਿਆ ਅਤੇ ਗੁਰੂ ਮਹਾਰਾਜ ਭਾਈ ਭੂਮੀਏ ਦੇ ਉਸ ਸਰਦਾਰ ਦੇ ਘਰ ਚਲੇ ਜਾਂਦੇ। ਨੌਕਰ ਚਾਕਰ ਬਹੁਤ ਗਹਿਮਾ ਗਹਿਮ ਹੋ ਰਹੀ ਹੈ ਲੰਗਰ ਦੇ ਵਿੱਚ, ਗਹਿਮਾ ਗਹਿਮ। ਬਹੁਤ ਸਾਰੇ ਅਥਿਤੀ ਪ੍ਰਸ਼ਾਦਾ ਛਕ ਕੇ ਅਸੀਸਾਂ ਦੇ ਜਾ ਰਹੇ। ਗੁਰੂ ਨਾਨਕ ਸਾਹਿਬ ਜਦ ਪਹੁੰਚੇ, ਅਜੀਬ ਨੁਹਾਰ ਖਿੱਚ ਪੈਣ ਵਾਲੀ, ਅੰਮ੍ਰਿਤ ਡੁੱਲਦੇ ਨੈਣ ਅਤੇ ਨਿਰੀ ਪਿਆਰ ਦੀ ਮੂਰਤ ਦੇਖ ਕੇ ਜਿਹੜੇ ਉਹਨਾਂ ਦੇ ਕਰਮਚਾਰੀ ਸੀ ਉਹਨਾਂ ਨੇ ਜਾ ਕੇ ਦੱਸਿਆ ਕਿ ਭੂਮੀਆਂ ਸਾਹਿਬ, ਸਰਦਾਰ ਜੀ, ਅੱਜ ਕੋਈ ਐਸਾ ਮਹਾਤਮਾ ਆਇਆ ਜਿਹਨੂੰ ਦੇਖਦੀ, ਜਿਹਦੇ ਵੱਲ ਨਿਗਾਹ ਜਾਵੇ ਉਹ ਖਿੱਚ ਪੈ ਜਾਂਦੀ, ਆਪਣਾ ਆਪਣਾ ਲੱਗਦਾ, ਓਪਰਾ ਨਹੀਂ ਲੱਗਦਾ, ਆਪਣਾ ਲੱਗਦਾ। ਇੰਨਾ ਪਿਆਰ ਵਾਲਾ ਅਸੀਂ ਅੱਜ ਤੱਕ ਤਾਂ ਦੇਖਿਆ ਨਹੀਂ, ਅਤੇ ਮੈਨੂੰ ਤਾਂ ਐਂ ਲੱਗਦਾ ਕਿ ਆਪਣੇ ਪੁੰਨਾਂ ਨੂੰ ਫਲ ਲੱਗ ਗਿਆ ਅਤੇ ਪਰਮੇਸ਼ੁਰ ਆਪ ਇਹ ਰੂਪ ਧਾਰ ਕੇ ਆ ਗਿਆ ਉਹਨਾਂ ਦਾ, ਅਤੇ ਛੇਤੀ ਕਰੋ ਤੁਸੀਂ, ਕਿਤੇ ਐਸਾ ਨਾ ਹੋਵੇ ਵਾਪਸ ਚਲੇ ਜਾਣ। ਭੂਮੀਆਂ ਉਸੇ ਤਰ੍ਹਾਂ ਦੇ ਨਾਲ ਬੜੀ ਸ਼ਰਧਾ ਨਾਲ ਨੰਗੇ ਪੈਰੀਂ ਹੱਥ ਜੋੜੇ ਹੋਏ ਨੇ, ਗਲ 'ਚ ਪੱਲਾ ਪਾਇਆ ਹੋਇਆ, ਅਤੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ। ਮਹਾਰਾਜ ਨੂੰ ਆਦਰ ਸਤਿਕਾਰ ਦੇ ਨਾਲ ਉੱਚੇ ਥਾਂ 'ਤੇ ਬਿਹਾਲਿਆ, ਆਪ ਹੇਠਾਂ ਬੈਠੇ ਹੱਥ ਬੰਨ ਕੇ, ਅਤੇ ਬੇਨਤੀ ਕੀਤੀ ਕਿ ਮਹਾਰਾਜ ਆਪਨੇ ਤਾਂ ਮੇਰੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੈ, ਅਤੇ ਅੱਜ ਤਾਂ ਐਂ ਹੋਇਆ ਕਿ ਕੀੜੀ ਦੇ ਘਰ ਵਿੱਚ ਨਾਰਾਇਣ ਪ੍ਰਭੂ ਆ ਗਏ, ਅਤੇ ਮੈਂ ਜਿੰਨੇ ਜੋਗਾ ਹਾਂ ਆਪਦੀ ਸੇਵਾ ਕਰਨ ਨੂੰ, ਆਪ ਕਿਰਪਾ ਕਰੋ, ਪ੍ਰਸ਼ਾਦ ਪਾਣੀ ਤਿਆਰ ਹੈ, ਪਹਿਲਾਂ ਪ੍ਰਸ਼ਾਦ ਛਕੋ, ਫਿਰ ਮੈਨੂੰ ਕੋਈ ਹੋਰ ਜੋ ਸੇਵਾ ਹੋਵੇ ਦੱਸੋ, ਮੈਂ ਬੜੀ ਖੁਸ਼ੀ ਦੇ ਨਾਲ ਸੇਵਾ ਕਰਨ ਨੂੰ ਤਿਆਰ ਹਾਂ। ਮਹਾਰਾਜ ਕਹਿੰਦੇ ਭਾਈ ਭੂਮੀਆਂ, ਇਹ ਲੰਗਰ ਹਰ ਵਕਤ ਚੱਲਦਾ ਰਹਿੰਦਾ ਹੈ? ਕਹਿੰਦੇ ਹਾਂ ਮਹਾਰਾਜ। ਸਾਧੂ ਪ੍ਰਸ਼ਾਦੇ ਛਕਦੇ ਨੇ? ਕਹਿੰਦੇ ਹਾਂ। ਫਿਰ ਪਿਆਰਿਆ ਤੇਰੀ ਕਿਰਤ ਕੀ ਹੈ, ਐਡਾ ਖਰਚ ਤੂੰ ਕਿਵੇਂ ਸੰਭਾਲ ਲੈਣਾ? ਸੋਚਣ ਲੱਗ ਗਿਆ, ਕਿਉਂਕਿ ਨਿਰਾ ਸੱਚ ਹੋਵੇ ਉੱਥੇ ਝੂਠ ਆ ਹੀ ਨਹੀਂ ਸਕਦਾ, ਉਸ ਮੰਡਲ ਦੇ ਵਿੱਚ ਝੂਠ ਨਹੀਂ ਪ੍ਰਵੇਸ਼ ਕਰਿਆ ਕਰਦਾ ਜਿੱਥੇ ਸੱਚ ਦਾ ਰਾਜ ਹੋਵੇ। ਝੂਠ ਬੋਲਣਾ ਚਾਹੁੰਦਾ ਹੈ ਲੇਕਿਨ ਬੋਲ ਨਹੀਂ ਸਕਦਾ। ਕਹਿੰਦੇ ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ, ਤੇਰੇ ਸਾਹਮਣੇ ਮੇਰੇ 'ਚ ਤਾਕਤ ਨਹੀਂ ਰਹੀ ਕਿ ਮੈਂ ਝੂਠ ਬੋਲ ਦੇਵਾਂ, ਕੋਈ ਲਾਰਾ ਲਾ ਦਾ। ਤੈਂ ਪੁੱਛਿਆ ਵੀ ਕਿਰਤ ਕੀ ਕਰਦਾ ਮੈਂ, ਲੰਗਰ ਕਿਵੇਂ ਚੱਲਦੇ ਆ, ਵੀ ਸੱਚੇ ਪਾਤਸ਼ਾਹ ਇਹ ਮੈਂ ਤੇਰੇ ਤੋਂ ਨਹੀਂ ਲੁਕਾ ਸਕਦਾ, ਦੁਨੀਆ ਤੋਂ ਲੁਕਾਇਆ ਹੋਇਆ। ਉਹ ਹੈ ਕਿ ਮੇਰੇ ਕੋਲ ਬੜੇ ਜਾਬਰ ਬੰਦੇ ਨੇ, ਦਿਨ ਦੇ ਅੰਦਰ ਮੇਰਾ ਭੇਖ ਇਹ ਹੈ, ਰਾਤ ਨੂੰ ਮੇਰਾ ਭੇਖ, ਜਦ ਸਭ ਸੌਂ ਜਾਂਦੇ ਨੇ ਤਾਂ ਉਸ ਵੇਲੇ ਮੈਂ ਲੋਕਾਂ ਨੂੰ ਲੁੱਟਣ ਵਾਸਤੇ ਘਰ ਤੋਂ ਨਿਕਲ ਜਾਂਦਾ, ਅਤੇ ਲੁੱਟਦਾ ਮਾਲ ਲਿਆਉਣਾ, ਲਿਆ ਕੇ ਉਹਦੇ ਨਾਲ ਪਾਤਸ਼ਾਹ ਮੈਂ ਲੰਗਰ ਚਲਾਉਣਾ, ਮੈਂ ਨਹੀਂ ਖਾਂਦਾ, ਮੈਂ ਆਪਣੇ ਘਰ ਇੱਕ ਦਾਣਾ ਵੀ ਨਹੀਂ ਵੜਨ ਦਿੱਤਾ ਅੱਜ ਤੱਕ। ਕਹਿੰਦੇ ਭੂਮੀਆਂ ਫਿਰ ਇਹ ਪੁੰਨ ਕਰਦਾ ਨਾ ਤੂੰ? ਕਹਿੰਦਾ ਹਾਂ ਮਹਾਰਾਜ।
ਕਹਿੰਦੇ ਇੱਕ ਗੱਲ ਦੱਸ, ਜਿਹੜਾ ਤੂੰ ਕੰਮ ਕਰਦਾ ਇਹ ਪੁੰਨ ਹੈ ਕਿ ਪਾਪ ਹੈ ਜਿਹੜਾ ਧਨ ਖੋਣਾ ਹੈ? ਕਹਿੰਦਾ ਮਹਾਰਾਜ ਪਾਪ ਹੈ। ਕਹਿੰਦੇ ਫਿਰ ਇਹ ਤੂੰ ਦੱਸ ਵੀ ਜਿਹੜੀ ਚੀਜ਼ ਧਰਤੀ 'ਚ ਬੀਜੀਏ, ਪਾਪ ਬੀਜੀਏ ਤਾਂ ਪਾਪ ਦਾ ਫਲ ਲੱਗਦਾ, ਪੁੰਨ ਬੀਜੀਏ ਪੁੰਨ ਦਾ ਫਲ ਲੱਗਦਾ। ਸਾਨੂੰ ਇਹ ਗੱਲ ਸਮਝਾ ਦੇ, ਬੀਜਦਾ ਤੂੰ ਪਾਪ ਹੈ ਅਤੇ ਲੈਣੇ ਚਾਹੁੰਦਾ ਪੁੰਨ, ਪਾਪ ਪੁੰਨ ਕਿਵੇਂ ਬਣ ਜਾਣਗੇ ਪਿਆਰਿਆ? ਕਿੱਥੋਂ ਪਾਲਦਾ ਤੂੰ ਦਾਖ ਬਜੋਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਪਾਲਦਾ ਵੇ ਦਾਖ ਬਜੋਰੀਆਂ, ਕਿੱਕਰਾਂ ਦੇ ਬੀਜ ਬੀਜ ਕੇ ਦੇਖ ਬਾਈ ਪਾਉਣੀਆਂ। ਗੱਲ ਆਪਾਂ ਮੰਤਕ ਅਤੇ ਦਲੀਲ ਦੀ ਅਤੇ ਇਨਸਾਫ ਦੀ ਕਰਦੇ ਹਾਂ। ਤੂੰ ਆਪ ਇਹ ਦੱਸ ਵੀ ਕੋਈ ਆਦਮੀ ਕਿੱਕਰਾਂ ਦੇ ਬੀਜ ਬੀਜੇ, ਜਦੋਂ ਬੀਜ ਖਰੀਦਦਾ ਬਹੁਤ ਸੋਹਣੇ ਨੇ, ਕਾਲੀਆਂ ਘੇਰੇ ਕਾਲੇ ਘੇਰੇ ਬਹੁਤ ਇਹ ਵਧੀਆ ਬੀਜ 'ਤੇ ਪਏ ਹੁੰਦੇ, ਉਸ ਵੇਲੇ ਉਹਨੂੰ ਪਤਾ ਨਹੀਂ ਹੁੰਦਾ ਇਸ ਬੀਜ ਦੇ ਢਿੱਡ ਵਿੱਚ ਕੰਡੇ ਵੀ ਛੁਪੇ ਹੋਏ। ਤੂੰ ਐਂ ਦੱਸ, ਅੰਗੂਰ ਦਾ ਬੀਜ ਖੁੜਦਰਾ ਹੁੰਦਾ ਅਤੇ ਕਿੱਕਰ ਦਾ ਬੀਜ ਸੋਹਣਾ ਹੁੰਦਾ, ਬੀਜਣ ਨੂੰ ਬੜਾ ਪਿਆਰਾ ਲੱਗਦਾ, ਇਹ ਅੱਜ ਤੱਕ ਕਦੇ ਹੋਇਆ ਵੀ ਕਿੱਕਰਾਂ ਬੀਜ ਕੇ ਅੰਗੂਰ ਲੱਗੇ ਹੋਣ? ਕਹਿੰਦਾ ਨਾ ਮਹਾਰਾਜ, ਕਦੇ ਵੀ ਨਹੀਂ ਲੱਗਦੇ। ਕਦੇ ਐਂ ਹੋਇਆ ਵੀ ਉੱਨ ਕੱਤਦਾ ਅਤੇ ਰੇਸ਼ਮ ਪਹਿਨਣਾ ਚਾਹੁੰਦਾ ਹੋਵੇ, ਮਿਲਜੂ ਰੇਸ਼ਮ? ਕਹਿੰਦਾ ਨਾ ਮਹਾਰਾਜ। ਫਿਰ ਭੂਮੀਆਂ ਤੂੰ ਐਂ ਦੱਸ ਵੀ ਜਦੋਂ ਤੂੰ ਖੋਣਾ ਹੈ ਉਹ ਲੋਕ ਖੁਸ਼ੀ ਨਾਲ ਦਿੰਦੇ ਨੇ ਤੈਨੂੰ? ਕਹਿੰਦਾ ਨਹੀਂ ਮਹਾਰਾਜ, ਚੀਖ ਪੁਕਾਰ ਹੁੰਦੀ। ਉਹਨਾਂ ਦੀਆਂ ਲੋੜਾਂ ਵੀ ਤੂੰ ਸਾਰੀਆਂ ਖੋਹ ਲਿਆਉਣਾ ਨਾ, ਮਿਹਨਤ ਕਰ ਕਰਕੇ ਉਹਨਾਂ ਨੇ ਧਨ ਕਮਾਇਆ, ਆਪਣੇ ਕਾਰਜਾਂ ਨੂੰ ਸਿੱਧ ਕਰਨ ਵਾਸਤੇ ਰੱਖਿਆ ਹੈ। ਕੋਈ ਬੱਚਾ ਕਿਸੇ ਨੇ ਪੜ੍ਹਾਉਣਾ ਹੈ, ਕਿਸੇ ਨੇ ਵਿਆਹਣਾ ਹੈ, ਕਿਸੇ ਨੇ ਕਿਸੇ ਬਿਮਾਰ ਦੇ ਉੱਤੇ ਖਰਚ ਕਰਨਾ ਹੈ, ਕਿਸੇ ਨੇ ਕਿਸੇ
ਹੋਰ ਥਾਂ ਕਰਨਾ ਅਤੇ ਤੂੰ ਅਚਾਨਕ ਝਪਟਾ ਮਾਰ ਕੇ ਉਹਨਾਂ 'ਤੇ ਖੋ ਲਿਆਉਣਾ ਅਤੇ ਉਹ ਰੋਂਦੇ ਕਰਲਾਉਂਦੇ ਨਹੀਂ ਹੈ। ਕਹਿੰਦਾ ਮਹਾਰਾਜ ਉਹ ਤਾਂ ਬੜੇ ਰੋਂਦੇ ਨੇ, ਚੀਕਾਂ ਮਾਰਦੇ ਨੇ। ਫਿਰ ਤੂੰ ਐਂ ਦੱਸ ਵੀ ਕਿਸੇ ਦਾ ਦਿਲ ਦੁਖੀ ਕਰਨਾ ਪੁੰਨ ਹੋਇਆ ਕਰਦਾ ਕਿ ਪਾਪ ਹੋਇਆ ਕਰਦਾ? ਆਪੇ ਹੀ ਦੱਸ। ਜੇ ਤੇਤੋਂ ਕੋਈ ਖੋਣ ਵਾਲਾ ਤੇਤੋਂ ਜਾਬਰ ਆ ਜਾਵੇ ਫਿਰ ਤੂੰ ਕਹੇਗਾ ਵੀ ਇਹ ਪੁੰਨ ਕਰ ਰਿਹਾ? ਨਹੀਂ ਮਹਾਰਾਜ, ਇਹ ਪਾਪ ਦੀ ਬਾਤ। ਫਿਰ ਤੂੰ ਪਾਪ ਕਰਦਾ ਹੋਇਆ ਨਾ, ਇਹ ਜਿਹੜੇ ਪਾਪ ਕਰਦਾ ਹੈ, ਪਰਮੇਸ਼ੁਰ ਦਾ ਨਿਯਮ ਐਸਾ ਹੈ ਪਿਆਰਿਆ, ਕੀਤਾ ਹੋਇਆ ਕਰਮ ਜਿਹੜਾ ਹੈ ਉਹਨੇ ਫਲ ਦਿੱਤੇ ਤੇ ਬਗੈਰ ਨਹੀਂ ਮਿਟਣਾ। ਫਲ ਦਿੱਤੇ ਬਾਜ ਨਾ ਜਾਣਾ, ਫਲ ਦਿੱਤਿਆਂ ਬਾਜ ਨਾ ਜਾਣਾ, ਤੇਰੀਆਂ ਕਰਮਾਂ ਨੇ ਪਿਆਰਿਆ ਪਿਆਰਿਆ, ਤੇਰੀਆਂ ਕਰਮਾਂ ਨੇ ਫਲ ਦਿੱਤਿਆਂ। ਫਿਰ ਗੱਲ ਸਿੱਧੀ ਹੋ ਗਈ ਨਾ, ਤੈਂ ਕਰੇ ਕਰਮ, ਕਰਮ ਤਾਂ ਐਸੇ ਕਰੇ ਜਿਹਦੇ ਵਿੱਚ ਚੀਖ ਬੁਖਾਰ ਰੋਣਾ ਧੋਣਾ ਖੋ ਖਿੰਝ ਸ਼ਾਮਿਲ ਹੈ। ਤੂੰ ਇੱਕ ਗੱਲ ਸਾਨੂੰ ਸਮਝਾ ਦੇ ਵੀ ਜਦੋਂ ਜ਼ਿਮੀਂਦਾਰ ਖੇਤ ਦੇ ਵਿੱਚ ਕੋਈ ਬੀਜ ਪਾ ਦੇ ਉਹ ਹਰਾ ਹੁੰਦਾ ਕਿ ਨਹੀਂ ਹੁੰਦਾ? ਕਹਿੰਦਾ ਹੁੰਦਾ। ਦੇਖਦਾ ਨਾ ਰੋਜ਼ ਜਿਸ ਚੀਜ਼ ਦਾ ਬੀ ਪਾਇਆ ਜਾਵੇਗਾ ਉਹੀ ਚੀਜ਼ ਹਰੀ ਹੋਏਗੀ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਹੁਣ ਜਦ ਤੂੰ ਇਸ ਧਰਤੀ ਦੇ ਵਿੱਚ ਇਸ ਸੰਸਾਰ ਦੇ ਅੰਦਰ ਪਾਪ ਦਾ ਬੀ ਪਾਉਣਾ ਹੈ, ਹੁਣ ਪਾਪ ਹਰਾ ਹੋਏਗਾ ਕਿ ਪੁੰਨ ਹਰਾ ਹੋਏਗਾ? ਕਹਿੰਦਾ ਮਹਾਰਾਜ ਉੱਧਰਲੇ ਪਾਸਿਓਂ ਤਾਂ ਪਾਪ ਇਹ ਹਰਾ ਹੋਏਗਾ, ਪਰ ਮੇਰੀ ਅਗਲੀ ਗੱਲ ਵੀ ਸੁਣ ਲਓ ਮਹਾਰਾਜ। ਕਹਿੰਦੇ ਤੇਰੀ ਅਗਲੀ ਗੱਲ ਫੇਰ ਸੁਣਾਂਗੇ, ਪਹਿਲਾਂ ਆਪਾਂ ਕਿਸੇ ਗੱਲ ਦਾ ਨਿਰਣਾ ਲੈ ਲਈਏ। ਕਹਿੰਦੇ ਫਿਰ ਪਾਪ ਹੋਏ ਨਾ, ਪਾਪਾਂ ਦਾ ਫਲ ਭੋਗਣਾ ਪੈਣਾ। ਤਿੰਨ ਕਿਸਮ ਦੇ ਕਰਮ ਹੁੰਦੇ ਨੇ, ਇੱਕ ਕਿਰਿਆਮਾਨ ਕਰਮ ਜਿਹੜੇ ਡੇ ਟੂ ਡੇ ਅਸੀਂ ਕਰਦੇ ਹਾਂ, ਇਹ ਕਿਰਿਆਮਾਨ ਕਰਮ ਜਿਹੜੇ ਨੇ ਇਹ ਜਮ੍ਹਾਂ ਹੋ ਜਾਂਦੇ ਨੇ ਉੱਪਰ ਜਾ ਕੇ ਅੰਤਸ਼ਕਰਨ ਦੇ ਵਿੱਚ। ਉਹ ਜਮ੍ਹਾਂ ਹੋਏ ਕਰਮਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ।
ਉਹਦੇ ਵਿੱਚੋਂ ਭੁਗਤਾਉਣ ਵਾਸਤੇ ਜਦੋਂ ਜਨਮ ਧਾਰਦਾ ਪਰਾਲਬਧ ਦੀ ਕੋਟੀ ਵਿੱਚ ਆ ਜਾਂਦੇ ਨੇ ਕਰਮ, ਕੋਈ ਮਾੜੇ ਥਾਂ ਚਲਿਆ ਜਾਂਦਾ, ਕਿਸੇ ਦਾ ਸਾਥ ਨਹੀਂ ਬਣਦਾ, ਇਸਤਰੀ ਹੋਰ ਸਵਾਦੀ, ਪਤੀ ਹੋਰ ਸਵਾਦ, ਉਹ ਨਸ਼ੇ ਖਾਈ ਜਾਂਦਾ, ਘਰ ਉਜਾੜੀ ਜਾਂਦਾ, ਕਰਮਾਂ ਦਾ ਦੋਸ਼ ਹੈ ਉਸ ਵਿੱਚ, ਕੀਤਾ ਹੋਇਆ ਭੁਗਤਣਾ ਪੈਂਦਾ, ਜਿਹੜਾ ਕੀਤਾ ਉਹ ਭੁਗਤਣਾ ਹੈ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾ, ਉਹ ਤਾਂ ਹਰ ਹਾਲਤ 'ਚ ਆਦਮੀ ਨੂੰ ਭੋਗਣਾ ਪੈਣਾ ਹੈ, ਚਾਹੇ ਰੋ ਕੇ ਭੋਗ ਲੈ ਚਾਹੇ ਹੱਸ ਕੇ ਭੋਗ ਲੈ, ਕਿਉਂਕਿ ਬੀਜਿਆ ਜਾ ਚੁੱਕਿਆ ਪਰਾਲਬਧ ਕੋਟੀ 'ਚ ਕਰਮ ਆ ਗਿਆ, ਉਹਨੂੰ ਕੋਈ ਟਾਲ ਨਹੀਂ ਸਕਿਆ ਕਰਦਾ ਕਿਸੇ ਤਰ੍ਹਾਂ ਨਾਲ। ਸਾਧੂ ਸੰਤ ਤੇਰੇ ਕੋਲ ਆਉਂਦੇ ਨੇ ਨਾ, ਕਹਿੰਦਾ ਹਾਂ, ਕੋਈ ਕਥਾ ਵਾਰਤਾ ਵੀ ਕਰਦੇ ਹੁੰਦੇ ਨੇ, ਕਹਿੰਦਾ ਮਹਾਰਾਜ ਉਹ ਤਾਂ ਦਸ ਦਸ ਦਿਨ ਠਹਿਰਦੇ ਨੇ, ਸਤਸੰਗ ਲੱਗਦੇ ਨੇ, ਆ ਜਿਹੜੇ ਤੁਸੀਂ ਬਚਨ ਕਰਦੇ ਹੋ ਇਹ ਤਾਂ ਮੈਂ ਬਹੁਤ ਵਾਰੀ ਸੁਣੇ ਨੇ, ਪਰ ਮੇਰੇ ਅੰਦਰ ਇਹਨਾਂ ਨੇ ਅਸਰ ਨਹੀਂ ਕਦੇ ਕਰਿਆ, ਅੱਜ ਤਾਂ ਐਂ ਅੰਦਰ ਨੂੰ ਜਾਂਦੇ ਨੇ, ਮੈਂ ਸਮਝ ਨਹੀਂ ਸਕਦਾ, ਇਹ ਤਾਂ ਘਾਉ ਪਾਉਂਦੇ ਜਾਂਦੇ, ਛੇਕ ਕਰਦੇ ਜਾਂਦੇ ਨੇ, ਐਂ ਪੜ ਲਓ ਨੇ ਮੇਰੇ ਲਾਗਤ ਹੀ ਪੋਏ ਗਿਰ ਪਿਰਿਆ ਭਰਿਆ ਚਲੇ। ਪਾਤਸ਼ਾਹ ਮੈਨੂੰ ਨਹੀਂ ਪਤਾ ਕਿ ਤੇਰੇ ਬੋਲਾਂ ਵਿੱਚ ਕੀ ਜਾਦੂ ਹੈ, ਪਰ ਇੱਕ ਇੱਕ ਗੱਲ ਮੇਰੇ ਅੰਦਰ ਲਹਿੰਦੀ ਤੁਰੀ ਜਾਂਦੀ ਹੈ, ਲਹਿੰਦੀ ਉਹ ਨਹੀਂ ਹੈ, ਮੈਂ ਕੀ ਦੱਸਾਂ, ਮੇਰੇ ਅੰਦਰ ਕੁਛ ਬਹੁਤ ਘਮਸਾਨ ਮੱਚ ਪਿਆ, ਬੜੀ ਹਿਲਜੁਲ ਪੈਦਾ ਕਰ ਦਿੱਤੀ ਹੈ ਸ਼ਬਦ ਤੇਰੇ, ਪਰ ਮੈਂ ਤਾਂ ਐਂ ਲੱਗਦਾ ਵੀ ਇਹ ਸਹਿ ਨਹੀਂ ਸਕਦੇ। ਪਾਤਸ਼ਾਹ ਮੈਂ ਬਹੁਤ ਸੰਤਾਂ ਤੋਂ ਇਹ ਗੱਲਾਂ ਪਹਿਲਾਂ ਸੁਣ ਚੁੱਕਿਆ, ਪਰ ਉਹ ਜੋ ਬਾਤਾਂ ਸੀ ਮੈਂ ਕਿਹਾ ਵੀ ਸੰਤ ਇਵੇਂ ਜਿਵੇਂ ਗੱਲਾਂ ਕਰਦੇ ਹੁੰਦੇ, ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ, ਪਰ ਤੇਰੇ ਵਰਗੀ ਗੱਲ ਤਾਂ ਕਿਸੇ ਨੇ ਅੱਜ ਤੱਕ ਕਰੀ ਨਹੀਂ।
ਮੈਂ ਮੰਨਦਾ ਠੀਕ ਹੈ, ਜਿਹੜਾ ਮੈਂ ਖੋਹ ਖਿੰਝ ਕੇ ਲਿਆਉਂਦਾ ਪਾਤਸ਼ਾਹ, ਉਹ ਮੈਂ ਘਰ ਤਾਂ ਲੈ ਕੇ ਨਹੀਂ ਜਾਂਦਾ, ਬਾਹਰ ਰੱਖਿਆ ਹੋਇਆ। ਕਹਿੰਦੇ ਭੂਮੀਆਂ, ਅਸੀਂ ਤਾਂ ਤੈਨੂੰ ਇੱਕ ਸਵਾਲ ਕਰਦੇ ਹਾਂ, ਬਾਹਰ ਔਰ ਅੰਦਰ ਦੀ ਗੱਲ ਫੇਰ ਕਰਾਂਗੇ। ਤੂੰ ਇਹ ਦੱਸ, ਜਿਹੜੇ ਤੂੰ ਕਰਮ ਕਰਦਾ ਹੈ ਇਹ ਬੀਜਦਾ ਹੈ ਨਾ? ਕਹਿੰਦਾ ਹਾਂ। ਫਿਰ ਇਹਦਾ ਫਲ ਵੀ ਭੋਗਣਾ ਪਏਗਾ। ਜਦੋਂ ਫਲ ਭੋਗੇਗਾ ਉਸ ਵੇਲੇ ਤੈਨੂੰ ਬਹੁਤ ਔਖ ਹੋ ਜਾਣੀ ਹੈ। ਕਾਲੇ ਲੇਖ ਨਾ ਲਿਖੀ ਵੇ ਮਨਾ ਮੇਰਿਆ, ਲਿਖਾ ਦੇਣਾ ਔਖਾ ਹੋਊਗਾ। ਫਰੀਦਾ, ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲਿਖ, ਆਪਣਾ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ। ਕਾਲੇ ਲੇਖ ਨਾ ਲਿਖ, ਲੇਖਾ ਦੇਣਾ ਬੜਾ ਔਖਾ ਹੋ ਜਾਏਗਾ।
ਲੇਖਾ ਦੇਣਾ ਤਾਂ ਸਹੇਲਾ, ਜੋ ਦਿਲ ਸੂਚੀ ਹੋਏ ਤੇ ਸੱਚੇ ਦੀਵਾਨ ਮੈਂ ਪੱਲਾ ਨੂੰ ਪਕੜੇ ਪਏ। ਸੱਚੇ ਪਾਤਸ਼ਾਹ ਮੇਰੀ ਵੀ ਬੇਨਤੀ ਸੁਣ ਲਓ ਨਾ। ਕਹਿੰਦੇ ਦੱਸ, ਕਹਿੰਦਾ ਮਹਾਰਾਜ ਮੈਂ ਪੁੰਨ ਵੀ ਨਾਲ ਕਰਦਾ, ਕਾਹਦਾ ਪੁੰਨ ਕਰਦੇ, ਲੁੱਟ ਕੇ ਲਿਆਉਣਾ ਫਿਰ ਗਾਹਾਂ ਕੀ ਕਰਦੇ। ਕਹਿੰਦਾ ਮਹਾਰਾਜ ਮੈਂ ਤੁਹਾਡੇ ਵਰਗੇ ਸਾਧੂਆਂ ਨੂੰ ਪ੍ਰਸ਼ਾਦਾ ਛਕਾਉਂਦਾ, ਉਹਦੇ ਵਿੱਚੋਂ ਵਸਤਰ ਦਿੰਦਾ, ਰਹਿਣ ਨੂੰ ਜਗ੍ਹਾ ਬਣਾਈ ਹੈ, ਸਾਰੀਆਂ ਸਹੂਲਤਾਂ ਇਸ਼ਨਾਨ ਕਰਨ ਦੀਆਂ, ਕੱਪੜਾ ਲੀੜਾ ਜੋ ਮੰਗਦਾ ਮੈਂ ਦਿੰਦਾ ਸੱਚੇ ਪਾਤਸ਼ਾਹ, ਮੈਂ ਤਾਂ ਨਹੀਂ ਨਾ ਉਹ ਖਾਂਦਾ। ਕਹਿੰਦੇ ਭੂਮੀਆਂ ਇੱਕ ਗੱਲ ਦੱਸ, ਭਲਾ ਜੇ ਤੇਰੀ ਗੱਲ ਵੀ ਮੰਨ ਲਈਏ ਨਾ, ਉਹ ਤੇਰੀ ਮਲਕੀਅਤ ਤਾਂ ਹੈ ਨਹੀਂ ਨਾ, ਤੈਨੂੰ ਤਾਂ ਕੋਈ ਪੁੰਨ ਲੱਗਿਆ ਨਾ ਉਸਦਾ, ਕਿਉਂਕਿ ਬਗਾਨਾ ਮਾਲ ਹੈ, ਬਗਾਨੀ ਚੀਜ਼ ਲਿਆ ਕੇ ਪਾਪ ਕਰਕੇ ਤੂੰ ਦਿੰਦਾ। ਦੂਸਰੀ ਤੈਨੂੰ ਅਸੀਂ ਗੱਲ ਦੱਸਦੇ ਹਾਂ, ਇਹਨੂੰ ਤੂੰ ਦਾਨ ਕਹਿਣਾ ਨਾ? ਕਹਿੰਦਾ ਹਾਂ ਦਾਨ ਕਹਿਣਾ। ਕਹਿੰਦੇ ਇਸ ਦਾਨ ਦੇ ਵਿੱਚ ਹੌਕੇ ਨੇ, ਇਸ ਦਾਨ ਦੇ ਵਿੱਚ ਬਦ ਦੁਆਵਾਂ ਨੇ। ਇਹ ਦਾਨ ਜਿਹੜਾ ਤਾਂ ਕੋਈ ਸਾਧੂ ਸੰਤ ਖਾਏਗਾ, ਤੂੰ ਉਹਨਾਂ ਨਾਲ ਵੀ ਧੱਕਾ ਕਰਦਾ ਪਿਆਰਿਆ, ਪੁੰਨ ਦੀ ਥਾਂ 'ਤੇ ਉਹਨਾਂ ਨਾਲ ਵੀ ਪਾਪ ਕਰਦਾ, ਉਹਨਾਂ ਦੀਆਂ ਲੱਗੀਆਂ ਹੋਈਆਂ ਬਿਰਤੀਆਂ ਟੁੱਟ ਜਾਣਗੀਆਂ, ਬਿਘਨ ਉਹਨਾਂ ਦੇ ਸਰੀਰ 'ਤੇ ਆ ਜਾਣਗੇ, ਭਜਨ ਕਰਨ ਤੋਂ ਹਟ ਜਾਣਗੇ, ਫਿਰ ਤੇਰਾ ਪੁੰਨ ਹੋਇਆ ਕਿ ਪਾਪ ਹੋਇਆ? ਉੱਧਰ ਵੀ ਤੇਰਾ ਪਾਪ ਹੈ, ਇੱਧਰ ਵੀ ਤੇਰਾ ਪਾਪ ਹੈ। ਇੱਕ ਵਾਰੀ ਇੱਕ ਮਹਾਤਮਾ ਕਥਾ ਕਰਦੇ ਸੀ, ਉਸ ਦੇਸ਼ ਦਾ ਰਾਜਾ ਇੱਕ ਵਾਰੀ ਲੰਘਿਆ, ਉਹਨੇ ਬੈਠ ਕੇ ਸੋਚਿਆ, ਜਾਂਦੇ ਜਾਂਦੇ ਨੇ ਕਿ ਕੁਛ ਦੇਰ ਬੈਠ ਕੇ ਕਥਾ ਸੁਣੀ, ਜਾਣਦਾ ਕੋਈ ਨਹੀਂ ਸੀ, ਉੱਥੇ ਕੋਈ ਵਿਵੇਕ ਐਸਾ ਧਾਰਿਆ ਹੋਇਆ ਸੀ, ਉਹ ਚੁੱਪ ਕਰਕੇ ਬਹਿ ਗਿਆ ਸੰਗਤ 'ਚ। ਬਹੁਤ ਸੋਹਣੀ ਲੱਗੀ, ਰੋਜ਼ ਆਉਣਾ ਸ਼ੁਰੂ ਕਰ। ਇੱਕ ਦਿਨ ਬੇਨਤੀ ਕਰੀ ਕਿ ਮਹਾਰਾਜ ਇੱਥੇ ਇੰਨੀਆਂ ਸਹੂਲਤਾਂ ਨਹੀਂ ਹੈ, ਕਿਰਪਾ ਕਰੋ, ਮੈਂ ਇਸ ਦੇਸ਼ ਦਾ ਰਾਜਾ, ਤੁਸੀਂ ਮਹਿਲਾਂ ਦੇ ਵਿੱਚ ਨਿਵਾਸ ਕਰੋ, ਮੈਨੂੰ ਤੁਹਾਡੇ ਉੱਤੇ ਬੜੀ ਸ਼ਰਧਾ ਹੋ ਆਈ ਹੈ, ਅਤੇ ਤੁਸੀਂ ਇਹ ਗੱਲ ਕਰੋ ਮਹਿਲਾਂ ਦੇ ਵਿੱਚ ਰਹੋ, ਉੱਥੇ ਹੀ ਮੈਂ ਸਤਸੰਗ ਦਾ ਸਥਾਨ ਬਣਾ ਦਿੰਦਾ, ਪਰਜਾ ਆਏਗੀ ਉਹਨਾਂ ਨੂੰ, ਜਲ ਵਾਲੇ ਨੂੰ ਜਲ ਮਿਲੇਗਾ, ਪ੍ਰਸ਼ਾਦ ਪਾਣੀ ਵਾਲੇ ਨੂੰ ਪ੍ਰਸ਼ਾਦ ਪਾਣੀ ਮਿਲੇਗਾ, ਅਤੇ ਇਸ ਤਰ੍ਹਾਂ ਕਥਾ ਵੀ ਹੁੰਦੀ ਰਹੇਗੀ, ਅਤੇ ਮਹਿਲਾਂ ਦੇ ਵਿੱਚ ਕਥਾ ਹੋਣ ਨਾਲ ਸੰਗਤ ਵੀ ਬਹੁਤੀ ਆਉਣੀ ਸ਼ੁਰੂ ਹੋ ਜਾਏਗੀ, ਇੱਥੋਂ ਬਹੁਤਾ ਉਧਾਰ ਹੋ ਜਾਏ। ਪੰਜ ਚਾਰ ਵਾਰੀ ਰਾਜੇ ਨੇ ਕਿਹਾ ਸੰਤਾਂ ਨੂੰ ਮਨਾ ਲਏ। ਕਹਿੰਦੇ ਰਾਜਨ ਹੋਰ ਤਾਂ ਠੀਕ ਹੈ ਸਾਰਾ, ਪਰ ਇੱਥੇ ਅਸੀਂ ਮਧੂਕੜੀ ਖਾਂਦੇ ਹਾਂ, ਅਸੀਂ ਤੁਰ ਜਾਂਦੇ ਹਾਂ ਪਿੰਡ ਦੇ ਅੰਦਰ, ਸ਼ਹਿਰ ਦੇ ਅੰਦਰ, ਜਿੱਧਰ ਸਾਡਾ ਮੂੰਹ ਹੋਵੇ ਜਾ ਕੇ ਸਤਿਨਾਰਾਇਣ ਦੀ ਆਵਾਜ਼ ਦਿੰਦੇ ਹਾਂ, ਜਿਹੜਾ ਕੋਈ ਸਲਾਇਆ ਹੁੰਦਾ ਆਪਣੇ ਹੱਥ 'ਤੇ ਧਰ ਲੈਂਦੇ ਹਾਂ, ਖਾ ਲੈਂਦੇ, ਇੱਕ ਪ੍ਰਸ਼ਾਦਾ ਲਿਆ ਇੱਕ ਨਾਲ ਗੁਜ਼ਾਰਾ, ਦੋ ਨਾਲ ਲਿਆ ਦੋ ਨਾਲ, ਅਸੀਂ ਆਨੰਦ ਰਹਿੰਦੇ ਹਾਂ ਇਹ ਛਕ ਛਕਾ ਕੇ। ਅਤੇ ਇੱਥੇ ਤੁਹਾਡੇ ਜਦ ਅਸੀਂ ਆ ਜਾਣਾ, ਇੱਥੇ ਰਾਜ ਅੰਸ਼ ਦਾ ਅੰਨ ਸਾਨੂੰ ਖਾਣਾ ਪੈਣਾ, ਰਾਜ ਅੰਸ਼ ਦਾ ਅੰਨ ਸ਼ੁੱਧ ਨਹੀਂ ਹੋਇਆ ਕਰਦਾ ਮਹਾਰਾਜ, ਇਸ ਕਰਕੇ ਮੈਂ ਬੇਨਤੀ ਕਰਦਾ ਮੈਂ ਇੱਥੇ ਬੜਾ ਸਿਖਾਲਾ। ਕਬੀਰ ਭਲੀ ਮਧੂਕੜੀ, ਨਾਨਾ ਵਿਦਕੋ ਨਾਚ, ਦਾਵਾ ਕਾਨੂੰਨ ਸੋ ਨਹੀਂ, ਕਹਿੰਦੇ ਵੱਡੋ ਦੇਸ਼ ਵੱਡ ਰਾਜ ਹੈ ਹੀ ਨਹੀਂ, ਜਿਹਾ ਜਿਹਾ ਮਿਲ ਜਾਂਦਾ ਛਕ ਲਈਦਾ ਪਰਾ ਲਵ ਦੇ ਮੁਤਾਬਕ। ਕਹਿੰਦਾ ਨਹੀਂ ਮਹਾਰਾਜ, ਬਹੁਤ ਸੋਧ ਕੇ ਅੰਨ ਬਣਿਆ ਕਰੇਗਾ, ਤੁਸੀਂ ਫਿਕਰ ਨਾ ਕਰੋ। ਰਾਜੇ ਨੂੰ ਲੈ ਆਇਆ ਆਪਣੇ ਬੈਡਰੂਮ ਦੇ ਬਰਾਬਰ ਥਾਂ ਦੇ ਤਾ, ਬਾਥਰੂਮ ਸਾਂਝਾ ਸੀ, ਕਹਿਣ ਲੱਗਿਆ ਮਹਾਰਾਜ ਪਹਿਲਾਂ ਇਸ਼ਨਾਨ ਕਰ ਲਿਆ ਕਰੋ, ਅਸੀਂ ਗ੍ਰਿਸਤੀ ਲੋਕ ਹਾਂ, ਅਸੀਂ ਦਿਨ ਚੜ੍ਹੇ ਕਰ ਲਿਆ ਕਰਾਂਗੇ। ਉਹਦੇ ਰਹਿਣ ਦੇ ਨਾਲ ਇਹ ਹੋਇਆ ਕਿ ਉਹ ਵੀ ਅੰਮ੍ਰਿਤ ਵੇਲੇ ਜਾਗਣ ਲੱਗ ਗਏ, ਭਜਨ ਕਰਨ ਲੱਗ ਗਏ। ਕਾਫੀ ਸਮਾਂ ਲੰਘ ਗਿਆ, ਇੱਕ ਦਿਨ ਐਸਾ ਹੋਇਆ ਕਿ ਰਾਣੀ ਨੇ ਇਸ਼ਨਾਨ ਪਹਿਲਾਂ ਕਰ ਲਿਆ। ਰਾਣੀ ਉਸ ਦਿਨ ਬਾਹਰੋਂ ਆਏ ਸੀਗੇ, ਰਾਜਾ ਅਤੇ ਰਾਣੀ ਕਿਸੇ ਡਿਨਰ ਤੋਂ, ਉਸ ਵੇਲੇ ਰਾਣੀ ਦੇ ਪੂਰੇ ਹਾਰ ਸ਼ਿੰਗਾਰ ਪਾਏ ਹੋਏ ਸੀ, ਅਤੇ ਉਸ ਨੇ ਜਦੋਂ ਨਹਾਉਣ ਗਈ, ਉਹ 9 ਲੱਖਾਂ ਹਾਰ ਸੀ ਉੱਥੇ ਕੀਲੇ 'ਤੇ ਟੰਗ ਕੇ ਇਸ਼ਨਾਨ ਕਰਨ ਲੱਗ ਪਈ। ਵਾਪਸ ਆਈ ਭੁੱਲ ਗਈ, ਬਾਥਰੂਮ ਖੁੱਲ੍ਹਾ ਸੀ, ਸੰਤ ਉੱਠੇ ਉਹਨਾਂ ਨੇ ਇਸ਼ਨਾਨ ਕਰਨ ਵਾਸਤੇ ਰੋਸ਼ਨੀ ਜਗਾਈ, ਅਤੇ ਜਦੋਂ ਨਿਗਾਹ ਪਈ ਚਿਲਮਿਲ ਚਿਲਮਿਲ ਕਰੇ ਉਹ ਹਾਰ, ਮਨ ਵਿੱਚ ਵਿਕਾਰ ਆ ਗਿਆ, ਹਾਰ ਚੁੱਕਿਆ, ਬਾਹਰ ਆ ਗਏ, ਨਾਤੇ ਨਹੀਂ ਹੈਗੇ।
ਉੱਥੋਂ ਹੀ ਪੋਟਲੀ ਬੰਨੀ, ਮਹਿਲਾਂ ਤੋਂ ਬਾਹਰ ਹੋ ਗਏ। ਪਹਿਰੇਦਾਰਾਂ ਨੂੰ ਪਤਾ ਹੀ ਸੀ ਵੀ ਸੰਤ ਜੀ ਰਹਿੰਦੇ ਨੇ, ਮੌਜ ਦੇ ਮਾਲਕ ਹੈ, ਕਦੇ ਜਿੱਥੇ ਜੀ ਕਰਦਾ ਜਾ। ਉਹਨਾਂ ਨੇ ਟੋਕਿਆ ਨਾ, ਉਸ ਤੋਂ ਬਾਅਦ ਉਹ ਮਹਿਲਾਂ 'ਚੋਂ ਨਿਕਲ ਕੇ ਪੂਰੇ ਜ਼ੋਰ ਨਾਲ ਨੱਠਦਾ ਹੀ ਗਿਆ ਬਈ ਕਿਤੇ ਜਾਗ ਨਾ ਆ ਜਾਏ, ਰਾਣੀ ਨੂੰ ਪਤਾ ਨਾ ਲੱਗ ਜਾਏ। ਇਹ ਹਾਰ ਬੜਾ ਕੀਮਤੀ ਹੈ, 9 ਲੱਖ ਰੁਪਈਆ ਉਹਨਾਂ ਦਿਨਾਂ 'ਚ 9 ਕਰੋੜ ਵਰਗਾ ਸੀ, ਵੀ ਇਹ ਬਹੁਤ ਵੱਡਾ ਆਸ਼ਰਮ ਬਣਾਵਾਂਗੇ, ਇਹਨੂੰ ਵੇਚ ਕੇ ਬਹੁਤ ਵੱਡੀ ਮਹਿਮਾ ਹੋਏਗੀ, ਵੱਡੀਆਂ ਸਹੂਲਤਾਂ ਹੋਣਗੀਆਂ, ਬਹੁਤ ਮਸ਼ਹੂਰ ਮੰਦਰ ਬਣਾਵਾਂਗੇ। ਐਸੀਆਂ ਸਲਾਹਾਂ ਕਰਦਾ ਜੰਗਲਾਂ 'ਚ ਹੀ ਹੁੰਦਾ ਹੋਇਆ ਦੌੜਿਆ ਹੀ ਚਲੇ ਗਿਆ। ਇਹ ਦਰਜਨ ਦਿਨ ਚੜ੍ਹਿਆ, ਰਾਣੀ ਨੂੰ ਲੋੜ ਪਈ, ਹਾਰ ਦੀ ਤਲਾਸ਼ ਹੋਣੀ ਸ਼ੁਰੂ ਹੋ ਗਈ। ਅਖੀਰ ਯਾਦ ਆ ਗਿਆ ਰਾਣੀ ਦੇ ਵੀ ਮੈਂ ਤਾਂ ਬਾਥਰੂਮ 'ਚ ਲਾਇਆ ਸੀ। ਉੱਥੇ ਪੁੱਛਿਆ, ਖਿਆਲ ਹੋਇਆ ਵੀ ਸੰਤ ਬਾਅਦ 'ਚ ਇਸ਼ਨਾਨ ਕਰਦੇ ਸੀ, ਉਹ ਸ਼ਾਇਦ ਉਹਨਾਂ ਨੇ ਲੈ ਲਿਆ ਹੋਵੇ। ਤੀਸਰਾ ਬੰਦਾ ਅੰਦਰ ਕੋਈ ਨਹੀਂ ਆਇਆ। ਰਾਜੇ ਪਾਸ ਬਾਤ ਚੰਦ ਪੰਥੀ ਰਾਜੇ ਨੇ ਕਿਹਾ ਵੀ ਸੰਤਾਂ ਦਾ ਪਤਾ ਕਰੋ ਕਿੱਥੇ ਨੇ। ਪਹਿਰੇਦਾਰਾਂ ਨੇ ਕਿਹਾ ਕਿ ਮਹਾਰਾਜ ਉਹ ਤਾਂ 2 ਵਜੇ ਤੜਕਿਓ ਚਲੇ ਗਏ ਨੇ, ਮੁੜ ਕੇ ਨਹੀਂ ਆਏ। ਸ਼ੱਕ ਪੈ ਗਿਆ ਰਾਜੇ। ਉਹਨੇ ਕਿਹਾ ਵੀ ਜੰਗਲਾਂ ਦੇ ਵਿੱਚ ਤਲਾਸ਼ ਕਰੋ। ਲੇਕਿਨ ਉਹ ਹੱਥ ਨਾ ਆਇਆ, ਦੂਸਰੇ ਰਾਜੇ ਦੇ ਰਾਜ ਚਲੇ ਗਏ, ਛੋਟੇ ਛੋਟੇ ਰਾਜ ਹੁੰਦੇ, ਉੱਥੇ ਗਿਆ ਹੋਇਆ। ਉਸਨੇ ਇੱਕ ਸੋਹਣਾ ਮੰਦਰ ਦੇਖ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਬਿਮਾਰ ਹੋ ਗਿਆ, ਅਤੀਸਾਰ ਲੱਗ ਗਏ, 2.5 ਮਹੀਨੇ ਮਰੋੜੇ ਹਟੇ, ਸੁੱਕ ਕੇ ਤੀਲੇ ਵਰਗਾ ਹੋ ਗਿਆ। ਇਹਦਾ ਰਾਜੇ ਨੇ ਕਿਹਾ ਵੀ ਜੇ ਉਹ ਸੰਤ ਮਿਲਣ ਤਾਂ ਇੱਕਦਮ ਮੇਰੇ ਪੇਸ਼ ਕਰੇ। ਉਹ ਜਿਸ ਵਕਤ ਥੋੜ੍ਹਾ ਰਾਜੀ ਹੋਇਆ ਤਾਂ ਉਹਨੇ ਉਹ ਹਾਰ ਚੁੱਕਿਆ ਪੋਟਲੀ, ਉਸੇ ਰਾਜੇ ਦੇ ਰਾਜ ਵਿੱਚ ਵਾਪਸ ਆ ਗਿਆ। ਕਚਹਿਰੀ ਲੱਗੀ ਹੋਈ ਸੀ, ਸਿੱਧਾ ਰਾਜੇ ਦੇ ਦਰਬਾਰ 'ਚ ਰਹਿ ਗਏ। ਰਾਜੇ ਨੇ ਵੀ ਦੇਖਿਆ, ਪਛਾਣ ਤਾਂ ਆਵੇ ਪਰ ਬਹੁਤ ਪਤਲਾ ਹੋ ਚੁੱਕਿਆ ਸੀ, ਬਿਮਾਰ ਸੀ, ਬੋਲ ਵਿੱਚ ਵੀ ਫਰਕ ਪਿਆ ਹੋਇਆ, ਸਰੀਰ ਵਿੱਚ ਵੀ ਫਰਕ ਪਿਆ ਹੋਇਆ, ਅੱਖਾਂ ਗੜੀਆਂ ਪਈਆਂ, ਜਾਬਾਂ ਨਿਕਲੀਆਂ ਹੋਈਆਂ। ਪਛਾਣਨ ਦੀ ਕੋਸ਼ਿਸ਼ ਕਰੇ ਪਰ ਪਛਾਣ ਨਾ। ਉਹਨੇ ਪੋਟਲੀ ਲਿਜਾ ਕੇ ਰਾਜੇ ਦੇ ਟੇਬਲ 'ਤੇ ਰੱਖ ਦਿੱਤੀ। ਲਓ ਮਹਾਰਾਜ, ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੈਂ ਤੇਰਾ ਚੋਰ। ਇਹ ਕੀ ਹੈ? ਕਹਿੰਦੇ 9 ਲੱਖਾਂ ਹਾਰ। ਕਹਿੰਦੇ ਇਹ ਚੋਰ, ਪਹਿਲਾਂ ਤੂੰ ਇਹ ਦੱਸ ਤੇਰੀ ਪਹੁੰਚ ਕਿਵੇਂ ਹੋ ਗਈ ਮਹਿਲਾਂ ਤੱਕ? ਕਹਿੰਦਾ ਮਹਾਰਾਜ ਮੈਂ ਚੋਰ ਨਹੀਂ ਸੀ, ਮੈਂ ਸੰਤ ਸੀ ਜਿਹਨੂੰ ਤੁਸੀਂ ਬੈੱਡਰੂਮ ਦਿੱਤਾ ਸੀ, ਅਤੇ ਮੈਂ ਇਹੀ ਗੱਲ ਪੁੱਛਣ ਵਾਸਤੇ ਤੁਹਾਡੇ ਕੋਲ ਆਇਆ ਕਿ ਮੇਰੀ ਬੁੱਧੀ ਭ੍ਰਿਸ਼ਟ ਕਿਵੇਂ ਹੋ ਗਈ। ਮੈਂ ਤੁਹਾਡਾ ਰਾਜ ਅੰਨ ਖਾਧਾ, ਮੇਰੀ ਬੁੱਧੀ ਭ੍ਰਿਸ਼ਟ ਹੋ ਗਈ ਅਤੇ ਮੈਂ ਚੋਰ ਬਣ ਗਿਆ, ਅਤੇ ਹੁਣ ਮੈਨੂੰ ਇੰਨੇ ਮਰੋੜੇ ਲੱਗੇ ਨੇ ਕਿ ਉਹ ਖੂਨ ਜਿਹੜਾ ਸੀ ਮਾੜਾ ਉਹ ਨਿਕਲ ਗਿਆ, ਲੋਭ ਰੱਤ ਜਿਹੜੀ ਸੀ, ਅਤੇ ਹੁਣ ਮੈਨੂੰ ਇਹ ਤਾਂ ਤੁਸੀਂ ਦੱਸੋ ਵੀ ਇਹ ਪਰਿਵਰਤਨ ਕਿਵੇਂ ਹੋਇਆ, ਖੋਜ ਕਰਕੇ ਦੱਸੋ ਵੀ ਉਹ ਰਾਜ ਅੰਨ ਕਿੱਥੋਂ ਆ ਰਿਹਾ ਸੀ। ਜਦੋਂ ਇਹ ਗੱਲ ਇਨਕੁਆਇਰੀ 'ਚ ਆਈ ਤਾਂ ਉਹਨਾਂ ਨੇ ਦੱਸਿਆ ਕਿ ਇੱਕ ਵਿਆਜ ਖੋਰ ਗਰੀਬਾਂ ਦਾ ਅਨਾਜ ਚੁੱਕ ਕੇ ਲਿਆਇਆ ਸੀ, ਗਰੀਬ ਦਾ, ਉਹਦੇ ਘਰ ਇੱਕ ਪਾਈਆ ਦਾਣੇ ਮਨਾ ਛੱਡ ਕੇ ਆਇਆ। ਉਹ ਦਾਣੇ ਮਹਾਰਾਜ ਉਸਨੇ ਲਿਆ ਕੇ ਰੱਖੇ, ਅਤੇ ਇੱਧਰੋਂ ਸਰਕਾਰ ਨੇ ਉਹ ਤੋਂ ਟੈਕਸ ਲੈਣਾ ਸੀ ਦਾਣਿਆਂ 'ਚ, ਉਹਨੇ ਉਹੀ ਦਾਣੇ ਚੁਕਾ ਤੇ, ਅਤੇ ਮਹਾਰਾਜ ਉਹ ਲੰਗਰ 'ਚ ਬਣਦੇ ਰਹੇ। ਉਹ ਮਾੜਾ ਅੰਨ ਸੀ, ਕਹਿੰਦੇ ਉਹ ਮਾੜੇ ਅੰਨ ਨੇ ਅਸਰ ਕੀ ਕਰਿਆ, ਸੰਤ ਦੀ ਬੁੱਧੀ ਵੀ ਭ੍ਰਿਸ਼ਟ ਕਰ ਦਿੱਤੀ। ਕਹਿੰਦੇ ਮਹਾਰਾਜ ਇਹ ਮੇਰਾ ਦੋਸ਼ ਨਹੀਂ, ਤੇਰੇ ਅੰਨ ਦਾ ਦੋਸ਼ ਹੈ, ਤੇਰਾ ਅੰਨ ਮਾੜਾ ਮੈਂ ਖਾਧਾ ਅਤੇ ਉਹਦਾ ਨਤੀਜਾ ਕੀ ਹੋਇਆ ਕਿ ਮੈਂ ਚੋਰ ਬਣ ਗਿਆ, ਮੇਰਾ ਜਪ ਤਪ ਜੋ ਵੀ ਸੀ ਸਾਰੇ ਦਾ ਸਾਰਾ ਮੇਰਾ ਭ੍ਰਿਸ਼ਟ ਹੋ ਗਿਆ, ਕੇਵਲ ਅੰਨ ਖਾਣ ਦੇ ਨਾਲ, ਮਾੜਾ ਅੰਨ ਖਾਣ ਦੇ ਨਾਲ। ਇੱਕ ਵਾਰੀ ਬਾਬਾ ਕਰਮ ਸਿੰਘ ਜੀ ਕੁਰਸੀ 'ਤੇ ਬੈਠੇ ਨੇ, ਇੱਕ ਕੋਈ ਆਫਿਸਰ ਆਇਆ, ਉਹਨੇ 1,000 ਰੁਪਈਆ ਸੰਤਾਂ ਦੇ ਅੱਗੇ ਮੱਥਾ ਟੇਕਤਾ। ਉਹਨਾਂ ਦਿਨਾਂ 'ਚ 1,000 ਰੁਪਈਆ ਲੱਖ ਤੋਂ ਵੀ ਵੱਧ ਵੈਲਿਊ ਦਾ। ਮਹਾਤਮਾ ਭਜਨ ਕਰਨ ਵਾਲੇ ਬੰਦਗੀ ਵਾਲੇ ਤ੍ਰਿਕਾਲਦਰਸ਼ੀ ਸੀ, ਇੱਕਦਮ ਉਹਨਾਂ ਨੇ ਦੇਖ ਲਿਆ ਵੀ ਮਾੜਾ ਰੁਪਈਆ ਆ ਗਿਆ।
ਜੋੜਾ ਪਾਇਆ ਹੋਇਆ ਸੀ, ਜੋੜੀ ਦੀ ਨੋਕ ਨਾਲ ਉਹ ਪੈਰ ਲਾ ਕੇ ਪਰੇ ਨੂੰ ਕਰਦਿਆਂ, ਉਹ ਬੈਠਾ ਸੀ ਨੇੜੇ, ਫਿਰ ਹੱਥ ਨਾਲ ਨੇੜੇ ਨੂੰ ਕਰਦੇ, ਅਤੇ ਇਹਨੇ ਨੂੰ ਜਦ 5-7 ਵਾਰੀ ਐਂ ਹੋਇਆ, ਬਾਬਾ ਜੀ ਕਹਿੰਦੇ ਯਾਰ ਰੁਪਈਆ ਚੱਕ ਲੈ, ਅਸੀਂ ਨਹੀਂ ਲੈਣਾ। ਕਹਿੰਦਾ ਮਹਾਰਾਜ ਇਹਦੇ 'ਚ ਕੀ ਦੋਸ਼ ਹੈ? ਕਹਿੰਦੇ ਦੋਸ਼ ਦੱਸ ਦਈਏ ਸਾਰਿਆਂ ਦੇ ਸਾਹਮਣੇ, ਪਰ ਅਸੀਂ ਤੇਰੀ ਫੇਰ ਵੀ ਲਿਹਾਜ਼ ਕਰਦੇ ਹਾਂ, ਇਹਨੂੰ ਚੁੱਕ ਲੈ, ਸਾਡੇ ਕਿਸੇ ਕੰਮ ਨਹੀਂ ਹੈ ਰੁਪਈਆ। ਇਹ ਤੂੰ ਰਿਸ਼ਵਤ ਲਈ ਹੈ ਕਿ ਨਹੀਂ? ਹੌਲੀ ਦੇਖੇ ਕਹਿੰਦੇ, ਕਹਿੰਦੇ ਅਸੀਂ ਤੇਰਾ ਪਰਦਾ ਫਾਸ਼ ਕਰ ਦਾਂਗੇ, ਇਹ ਰੁਪਈਏ ਚੱਕ ਲੈ, ਇਹਦੀ ਸਾਨੂੰ ਨਹੀਂ ਲੋੜ ਤੇਰੇ ਰੁਪਈਆਂ ਦੀ। ਉਹ ਜਿਹੜੇ ਸਾਧ ਦੇ ਪੇਟ ਵਿੱਚ ਅੰਨ ਜਾਊ, ਕੋਈ ਵਸਤਰ ਪਹਿਨੂਗਾ, ਉਹਦਾ ਤਾਂ ਪੱਠਾ ਬਹਿ ਜਾਣਾ ਇਹਦੇ ਨਾਲ। ਮੈਂ ਸਾਧ ਮਾਰਨੇ ਨਹੀਂ ਹੈ, ਮੈਂ ਤਾਂ ਬਚਾ ਕੇ ਰੱਖਣੇ, ਭਜਨ ਬੰਦਗੀ ਚਲਾਉਣੇ। ਇਹਨੇ ਨੂੰ ਇੱਕ ਮਾਈ ਆ ਗਈ, ਦੂਰ ਖੜ੍ਹੀ ਹੈ, ਵਸਤਰ ਮੈਲੇ ਨੇ, ਪਸੀਨਾ ਆਇਆ ਹੋਇਆ। ਬਾਬਾ ਜੀ ਕਹਿਣ ਲੱਗੇ ਉਹ ਮਾਈ ਨੂੰ ਲਿਓ। ਮਾਈ ਨੇੜੇ ਆ ਗਈ, ਮਾਈ ਭੇਟਾ ਵਾਸਤੇ ਜੇਬ 'ਚੋਂ ਇੱਕ ਲੀਰ ਕੱਢੀ, 5-6 ਗੰਢਾਂ ਦਿੱਤੀਆਂ ਹੋਈਆਂ। ਉਹ ਹੌਲੀ ਹੌਲੀ ਖੋਲ੍ਹ ਕੇ ਬਾਬਾ ਜੀ ਨੂੰ ਜਦ ਚਰਨਾਂ 'ਤੇ ਰੱਖਣ ਲੱਗੀ, ਬਾਬਾ ਜੀ ਨੇ ਹੱਥ ਅੱਗੇ ਕਰਤਾ, ਕਹਿੰਦੇ ਲਿਆ ਮਾਤਾ 5 ਪੈਸੇ। ਕਦੇ ਇਹ ਹੱਥ 'ਚ ਰੱਖ ਲੈਂਦੇ ਨੇ, ਕਦੇ ਇਹ 'ਚ। ਉਹਨੇ ਕਿਹਾ ਹੋਏ 5 ਪੈਸਿਆਂ 'ਤੇ ਰੀਝ ਗਏ, ਮੇਰੇ 1000 ਰੁਪਈਏ 'ਤੇ ਨਹੀਂ ਰੀਝੇ। ਕਹਿਣ ਲੱਗੇ ਪ੍ਰੇਮੀਆਂ ਪੁੱਛੇ ਮਾਤਾ ਨੂੰ ਵੀ ਇਹ ਕਿਵੇਂ ਲਿਆਈਏ, ਇਹਦਾ ਸਰਬੰਸ ਦਾਨ ਕਰ ਰਹੀ ਹੈ ਮਾਤਾ, 5 ਪੈਸੇ ਕਿਵੇਂ ਜੋੜੇ ਨੇ? ਤਾਂ ਕਹਿਣ ਲੱਗੀ ਮਹਾਰਾਜ ਮੇਰਾ ਪਤੀ ਚੜ੍ਹਾਈ ਕਰ ਗਿਆ, ਬੱਚੇ ਚੜ੍ਹਾਈ ਕਰ ਗਏ, ਵਡੇਰੀ ਉਮਰ 80 ਸਾਲ ਤੋਂ ਉੱਤੇ ਹਾਂ ਮੈਂ, 85 ਸਾਲ ਤੋਂ ਲੋਕਾਂ ਦੇ ਮੈਂ ਪੀਣ ਪੀਣੀ ਆ, ਕੱਪੜੇ ਧੋਣੀ ਆ, ਘਰ ਲਿਪਦੀਆਂ, ਭਾਂਡੇ ਮਾਂਜਦੀਆਂ, ਮਹਾਰਾਜ ਪ੍ਰਸ਼ਾਦਾ ਤਾਂ ਮੈਨੂੰ ਦੇ ਦਿੰਦੇ ਨੇ, ਵਸਤਰ ਫਟ ਜਾਵੇ ਕੋਈ ਬੀਬੀ ਪਰਮੇਸ਼ਰ ਤੋਂ ਆਉਂਦੇ ਭੈ ਵਾਲੀ ਮੈਨੂੰ ਵਸਤਰ ਵੀ ਦੇ ਦਿੰਦੀ ਹੈ, ਕਦੇ ਕਦੇ ਮੇਲੇ ਮਸਾਵੇ 'ਤੇ ਮੈਨੂੰ 1 ਪੈਸਾ ਵੀ ਮਿਲ ਜਾਂਦਾ। ਮਹਾਰਾਜ ਮੈਂ 1 ਸਾਲ 'ਚ 5 ਪੈਸੇ ਜੋੜੇ ਨੇ, ਹੁਣ ਮੈਂ 30 ਮੀਲ ਤੋਂ ਆਈ ਹਾਂ, ਕਿਰਾਇਆ ਮੇਰੇ ਕੋਲ ਹੈ ਨਹੀਂ ਸੀ, 10 ਮੀਲ ਮੈਂ ਰੋਜ਼ ਕਰਕੇ ਰਹਿ ਪੈਂਦੀ ਸੀ, ਅਤੇ ਅੱਜ 3ਰੇ ਦਿਨ ਮੈਂ ਤੁਹਾਡੇ ਦਰਬਾਰ 'ਚ ਪਹੁੰਚੀ ਹੈ ਮਹਾਰਾਜ, ਇਹ ਮੈਂ 5 ਪੈਸੇ ਭੇਟਾ ਲੈ ਕੇ। ਕਹਿੰਦੇ ਕਿਉਂ ਭਾਈ ਗੁਰਮੁਖ? ਇਹ ਕਿਰਤ ਕਮਾਈ ਹੈ, ਇਹ ਮਿਹਨਤ ਦੀ ਕਮਾਈ ਹੈ, ਮਿਹਨਤ ਦਾ ਕੀਤਾ ਹੋਇਆ ਜਿਹੜਾ ਦਾਨ ਹੈ ਉਹ ਲੱਗਿਆ ਕਰਦਾ, ਦੂਸਰਾ ਜਿਹੜਾ ਇਸ ਤਰ੍ਹਾਂ ਦਾ ਦਾਨ ਹੈ ਉਹ ਤਾਂ ਦਾਨ ਲੈਣ ਵਾਲੇ ਦਾਤੇ ਨੂੰ ਵੀ ਪਾਪ ਲੱਗਦਾ ਹੈ ਅਤੇ ਜਿਹੜਾ ਲੈਂਦਾ ਉਹਨੂੰ ਵੀ ਪਾਪ ਲੱਗਦਾ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ ਨੇ। ਸਾਨਾਂ ਦੀ ਕਮਾਈ ਫਲ ਦੀ ਦਾਨ ਦੇ ਕੇ ਸਾਧੂਆਂ ਨੂੰ, ਨਾਂ ਦੀ ਕਮਾਈ ਫਲ ਦੀ ਦਾਨ ਦੇ ਕੇ ਸਾਧੂਆਂ ਨੂੰ। ਆਹ
मेरे प्यारे दान दे के साधुआ मेरे प्यारे दान दे के साधुआ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ ਰਿਸ਼ਵਤ ਦਾ ਦਾਨ ਨਹੀਂ ਫੜਿਆ ਕਰਦਾ ਰਿਸ਼ਵਤ ਦਾ ਦਾਨ ਪਹਿਲਾਂ ਤੋਂ ਆਪ ਦੁਖੀ ਹੋਇਆ ਪਾਪ ਦਾ ਭਾਗੀ ਹੋਇਆ ਫਿਰ ਜਿਹੜਾ ਉਸ ਦਾਨ ਨੂੰ ਵਰਤਦਾ ਉਹ ਵੀ ਪਾਪ ਦਾ ਨਾਲ ਭਾਗੀ ਹੁੰਦਾ ਹਿੱਸੇ ਤਾਂ ਉਹਦੇ ਵੀ ਪਾਪਾਂ ਦਾ ਫਲ ਆਉਣਾ ਹੀ ਆਉਣਾ ਮਹਾਰਾਜ ਕਹਿੰਦੇ ਭੂਮੀਆਂ ਫਿਰ ਇਹ ਦੱਸ ਬਈ ਪਿਆਰਿਆ ਤੇਰਾ ਫਿਰ ਫਲ ਲੱਗਿਆ ਪੁੰਨ ਲੱਗਿਆ ਕਿ ਪਾਪ ਲੱਗਿਆ ਦੂਰਾ ਪਾਪ ਕਰਿਆ ਪਹਿਲਾਂ ਉਹਨਾਂ ਤੋਂ ਖੋਇਆ ਫਿਰ ਤੂੰ ਸਾਧੂਆਂ ਨੂੰ ਖਿਲਾਇਆ ਉਹ ਸਾਧੂਆਂ ਦਾ ਤਪ ਨਸ਼ਟ ਹੋ ਗਿਆ ਖਾ ਕੇ ਪਿਆਰਿਆ ਇਸ ਤਰ੍ਹਾਂ ਨਾਲ ਨਹੀਂ ਮਾੜਾ ਅੰਨ ਮਾੜਾ ਅਸਰ ਕਰਦਾ ਕਾਲ ਕਮਾਈ ਕੀਤਾ ਹੋਇਆ ਚਾਹੇ ਤੂੰ ਥੋੜ੍ਹਾ ਜਿਹਾ ਖਿਲਾ ਦੇਵੇਂ ਇੱਕ ਤੂੰ ਹੋਰ ਬੜਾ ਔਗੁਣ ਕਰਦਾ ਤਾਂ ਸਾਰੇ ਪਿੰਡ ਦੇ ਪੁੰਨਦਾਨ ਖੋਲੇ ਆਪ ਤਾਂ ਤੂੰ ਪਾਪ ਕਰਦਾ ਪੁੰਨ ਕਰ ਨਹੀਂ ਰਿਹਾ ਹੁਣ ਨੇਚਾ ਹੋ ਗਿਆ ਨਾ ਤੈਨੂੰ ਕਹਿੰਦਾ ਫਿਰ ਧੱਕੇ ਨਾਲ ਤੂੰ ਸਾਰੇ ਪਿੰਡ ਨੂੰ ਨਹੀਂ ਦਾਨ ਕਰ ਦਿੰਦਾ ਉਹ ਇਹਨਾਂ ਗ੍ਰਸਤੀਆਂ ਦਾ ਤਾਂ ਥੋੜ੍ਹਾ ਥੋੜ੍ਹਾ ਪੁੰਨ ਕਰਕੇ ਹੀ ਭਲਾ ਹੋਇਆ ਕਰਦਾ ਉਹ ਵੀ ਤੈਂ ਖੋਲਿਆ ਉਹ ਵੀ ਤੇਰੇ ਸਿਰ ਪਾਪ ਸੋ ਪਿਆਰਿਆ ਦੇਖ ਤੈਨੂੰ ਅਸੀਂ ਗੱਲ ਸਮਝਾਈਏ ਲੇਖੇ ਦੇਣੇ ਪੈਂਦੇ ਨੇ ਅੱਗੇ ਜਾ ਕੇ ਜੇ ਤਾਂ ਚੰਗੇ ਕੰਮ ਕਰੇ ਤਾਂ ਰੂਹ ਜਿਹੜੀ ਆ ਉੱਚੀ ਸੁੱਚੀ ਹੋ ਜਾਂਦੀ ਹੈ ਹਲਕੀ ਚੀਜ਼ ਉੱਪਰ ਨੂੰ ਉੱਡਦੀ ਹੈ ਨਾ ਕਹਿੰਦਾ ਹਾਂ ਦੇਖ ਫਿਰ ਉੱਪਰ ਨੇ ਸਵਰਗ ਸਵਸਥ ਥਾਂ 'ਤੇ ਸੂਖਸ਼ਮ ਮੰਡਲਾਂ 'ਚ ਬਹੁਤ ਭਾਰੇ ਮੰਡਲਾਂ 'ਚ ਨੇ ਨਰਕ ਜੇ ਭਾਰੀ ਚੀਜ਼ ਹੈ ਜਿਹੜੀ ਉਹ ਹੇਠਾਂ ਨੂੰ ਲੈ ਕੇ ਜਾਂਦੀ ਹੈ ਕਹਿੰਦਾ ਹਾਂਜੀ ਭਾਰੀ ਹੇਠਾਂ ਨੂੰ ਹਲਕੀ ਹੋਵੇ ਤਾਂ ਉੱਪਰ ਨੂੰ ਜਾਂਦੀ ਹੈ ਕਹਿੰਦੇ ਦੇਖ ਤੈਨੂੰ ਅਸੀਂ ਸਮਝਾਉਂਦੇ ਹਾਂ ਜਿਹੜਾ ਦੁਨੀਆ ਨਾਲ ਪਿਆਰ ਕਰਨਾ ਨਾ ਪਰਮੇਸ਼ਰ ਰੂਪ ਸਮਝ ਕੇ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਪਿਆਰ ਕਰਨਾ ਇਹ ਉੱਚੀਆਂ ਚੀਜ਼ਾਂ ਨੇ ਸੇਵਾ ਕਰਨੀ ਹੈ ਸੇਵਾ ਦੇ ਨਾਲ ਪਰਮੇਸ਼ਰ ਦੇ ਨਾਲ ਪਿਆਰ ਪੈਂਦਾ ਕਿਉਂਕਿ ਸੇਵਾ ਕਰੂ ਤਾਂ ਜੇ ਪਰਮੇਸ਼ਰ ਦੇ ਬੰਦੇ ਸਮਝੇ ਇੱਕ ਵਾਰੀ ਜਦ ਈਸਾਈ ਇੱਥੇ ਆਏ ਤਾਂ ਇੱਥੇ ਇੱਕ ਰਮਨ ਨਾਮ ਦਾ ਰਿਸ਼ੀ ਹੋਇਆ ਕਰਦਾ ਸੀ ਉਹਦੇ ਬਾਰੇ ਇਹ ਮਸ਼ਹੂਰ ਸੀ ਇਹ ਰੋਜ਼ 2 ਘੰਟੇ ਰੱਬ ਨਾਲ ਗੱਲਾਂ ਕਰਦਾ ਈਸਾਈਆਂ ਨੇ ਸੁਣਿਆ ਇਕੱਠੇ ਹੋ ਕੇ ਆ ਗਏ ਸਾਰੇ ਮਿਸ਼ਨਰੀ ਜਿਹੜੇ ਸੀ ਕਹਿਣ ਲੱਗੇ ਰਿਸ਼ੀ ਮਹਾਰਾਜ ਅਸੀਂ ਸੁਣਿਆ ਤੂੰ 2 ਘੰਟੇ ਰੱਬ ਨਾਲ ਗੱਲਾਂ ਕਰਦਾ ਸਾਨੂੰ ਰੱਬ ਦਿਖਾ ਸਕਦਾ ਕਹਿੰਦਾ ਹਾਂ ਕਹਿੰਦੇ ਕਿੱਥੇ ਕਹਿੰਦੇ ਫਲਾਣੇ ਪਿੰਡ ਉਜਾੜ ਦੇ ਵਿੱਚ ਆ ਜਾਇਓ ਉੱਥੇ ਇੱਕ ਝੌਂਪੜੀ ਬਣੀ ਹੋਈ ਹੈ ਉੱਥੇ ਤੁਹਾਨੂੰ ਮੈਂ ਦੱਸਾਂਗਾ ਵੀ ਰੱਬ ਨਾਲ ਕਿਵੇਂ ਗੱਲ ਕਰੀਏ ਈਸਾਈ ਦਿੱਤੇ ਹੋਏ ਵਕਤ 'ਤੇ ਆ ਗਏ ਅਤੇ ਉਹਦਾ ਰਮਨ ਰਿਸ਼ੀ ਆ ਗਿਆ ਉਹਦੇ ਹੱਥ ਵਿੱਚ ਰੂੰ ਹੈ ਪੱਟੀਆਂ ਨੇ ਕੁਛ ਦਵਾਈਆਂ ਨੇ ਉਹ ਝੌਂਪੜੀ ਦੇ ਅੰਦਰ ਚਲਿਆ ਗਿਆ ਇਹ ਵੀ ਜਾਣ ਲੱਗੇ ਲੇਕਿਨ ਐਡੀ ਐਡੀ ਬਦਬੂ ਉਸ ਥਾਂ ਦੇ ਉੱਤੇ ਅੰਦਰ ਵੜ ਨਾ ਸਕੇ ਬਾਹਰ ਬੈਠ ਗਏ ਉਸਨੇ ਉਹ ਇੱਕ ਜੋੜਾ ਸੀ ਪਤੀ ਪਤਨੀ ਦਾ ਦੋਵੇਂ ਬਿਮਾਰ ਸੀ ਕੋਹੜ ਹੋਇਆ ਹੋਇਆ ਸੀ ਦੋਹਾਂ ਕੋਈ ਨੇੜੇ ਨਹੀਂ ਸੀ ਲੱਗਦਾ ਰੋਟੀ ਵੀ ਦੂਰੋਂ ਡੰਡਿਆਂ ਨਾਲ ਬੰਨ੍ਹ ਕੇ ਰੱਖ ਕੇ ਜਾਂਦੇ ਇਹਨੇ ਜਾ ਕੇ ਉਹਨਾਂ ਦੇ ਸਾਰੇ ਜਿੰਨਾ ਸਰੀਰ ਸੀ ਰੂੰ ਦੇ ਨਾਲ ਸਾਫ਼ ਕਰਿਆ ਉਹਦੇ ਬਾਅਦ ਮਲਮ ਲਾਈ ਮਲਮ ਲਾ ਕੇ ਪੱਟੀਆਂ ਬੰਨੀਆਂ
ਫਿਰ ਪ੍ਰਸ਼ਾਦਾ ਲੈ ਗਿਆ ਆਪਣੇ ਹੱਥ ਨਾਲ, ਪਹਿਲਾਂ ਉਹਨੂੰ ਛਕਾਇਆ ਫਿਰ ਉਹਨੂੰ ਛਕਾਇਆ, ਪੂਰੇ 2 ਘੰਟੇ ਲੱਗ ਗਏ। ਜਦ ਪਾਦਰੀਆਂ ਦੇ ਕੋਲ ਆਇਆ ਕਹਿਣ ਲੱਗਿਆ, ਪਾਦਰੀ ਸਾਹਿਬ ਮੇਰਾ ਤਾਂ ਰੱਬ ਇਹ ਹੈ, ਇਹ ਮੇਰੇ ਨਾਲ ਗੱਲਾਂ ਕਰਦੇ ਆ, ਮੈਂ ਪਰਮੇਸ਼ੁਰ ਨਾਲ ਮਿਲਿਆ ਹੁੰਦਾ ਕਿਉਂਕਿ ਪਰਮੇਸ਼ੁਰ ਸਭ ਦੇ ਅੰਦਰ ਵੱਸਦਾ ਹੈ, ਸੋ ਮੈਂ ਤਾਂ ਇੱਥੇ ਪਰਮੇਸ਼ੁਰ ਨਾਲ ਟਾਕ ਕਰਨ ਆਉਣਾ। ਮੰਨ ਗਏ। ਸੋ ਮਹਾਰਾਜ ਕਹਿੰਦੇ ਪਿਆਰਿਆ, ਜਿਹੜੀ ਸੇਵਾ ਕਰਨੀ ਹੈ ਰੂਹ ਨੂੰ ਉੱਚਾ ਕਰਦੀ ਹੈ। ਮਹਾਤਮਾ ਕੁਛ ਨਹੀਂ ਲੈਣਾ ਹੁੰਦਾ ਸੰਤਾਂ ਨੇ ਕਿਸੇ ਤੋਂ, ਸੰਤ ਬੁੱਧੂ ਸ਼ਾਹ ਹੁੰਦੇ, ਉਹਨਾਂ ਨੇ ਚੁਰਸਤੇ ਵਿੱਚ ਆ ਕੇ ਤੰਦੂਰ ਲਾ ਲਿਆ। ਤੰਦੂਰ ਲਾਇਆ ਤਾਂ ਆਉਂਦੇ ਜਾਂਦੇ ਬਗੈਰ ਇਸ ਦੇ ਕਿ ਮੁਸਲਮਾਨ ਹੈ ਕਿ ਹਿੰਦੂ ਹੈ ਜਾਂ ਇਹ ਸਿੱਖ ਹੈ, ਇੱਕੋ ਆਵਾਜ਼ ਦਿੰਦੇ ਸੀ ਵੀ ਪ੍ਰਸ਼ਾਦਾ ਛਕੋ ਪਾਈ ਪੰਗਤਾਂ ਲਓ। ਉਹਨਾਂ ਨੇ ਚੁਰਾਹੇ ਦੇ ਵਿੱਚ ਤੰਦੂਰ ਲਾਇਆ ਹੋਇਆ ਅਤੇ ਤੰਦੂਰ 'ਤੇ ਆਪ ਪ੍ਰਸ਼ਾਦੇ ਲਾਉਂਦੇ, ਦਾਲਾਂ ਵਰਤਾਉਂਦੇ ਅਤੇ ਬਰਤਨ ਮਾਂਜਦੇ ਰਹਿੰਦੇ, ਇਸ ਤਰ੍ਹਾਂ ਸੇਵਾ ਕਰਦੇ ਸੀ। ਬੇਅੰਤ ਮਹਾਤਮਾ ਕਰਦੇ ਨੇ। ਸੋ ਕਹਿਣ ਲੱਗੇ ਨਾਮ ਜਪਣ ਨਾਲ ਰੂਹ ਉੱਚੀ ਹੁੰਦੀ ਹੈ, ਦੂਸਰਿਆਂ ਦਾ ਦਰਦ ਵੰਡਾਉਣ ਨਾਲ ਰੂਹ ਉੱਚੀ ਹੁੰਦੀ ਹੈ, ਹਮਦਰਦੀ ਕਰਨ ਨਾਲ। ਹਮਦਰਦੀ ਦੇ ਬਚਨ ਜਿਹੜੇ ਨੇ ਦਵਾਈ ਤੋਂ ਜ਼ਿਆਦਾ ਕੰਮ ਕਰਦੇ ਨੇ। ਖੇਵਾ ਕਰਨ ਨਾਲ ਜਿਹੜਾ ਹੈ ਰੂਹ ਉੱਚੀ ਹੁੰਦੀ ਹੈ। ਕਹਿੰਦੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਜਾ ਰਹੇ ਨੇ, ਨਾਲ ਬੋਡੀਗਾਰਡ ਨੇ, ਕਾਫੀ ਉਹਨਾਂ ਨਾਲ ਬੜੇ ਬੜੇ ਆਫਿਸਰ ਨੇ, ਅਤੇ ਅਚਾਨਕ ਦਰਖਤਾਂ ਦੇ ਝੁੰਡ ਕੋਲੋਂ ਲੰਘੇ ਤਾਂ ਮਹਾਰਾਜੇ ਦੇ ਮੋਢੇ 'ਤੇ ਆ ਕੇ ਇੱਟ ਲੱਗੀ। ਬੋਡੀਗਾਰਡਾਂ ਨੇ ਕਿਹਾ ਵੀ ਇੱਟ, ਮਹਾਰਾਜਾ ਰਣਜੀਤ ਸਿੰਘ 'ਤੇ ਕੋਈ ਮਾਰ ਜਾਵੇ। ਇੱਕਦਮ ਦੌੜੇ ਮਹਾਰਾਜਾ ਰਣਜੀਤ ਸਿੰਘ, ਕਹਿੰਦਾ ਮਾਰਨਾ ਨਹੀਂ ਹੈ ਉਸ ਬੰਦੇ ਨੂੰ, ਮੇਰੇ ਕੋਲ ਲੈ ਕੇ ਆਓ, ਸਿਰ ਮੈਂ ਪੁੱਛਣਾ ਵੀ ਇੱਟ ਕਿਉਂ ਮਾਰੀ ਹੈ। ਉਹ ਜਦੋਂ ਖੰਦਕ ਲੰਘੇ ਤਾਂ ਛੋਟੇ ਛੋਟੇ ਬੱਚੇ ਬੇਰ ਝਾੜਦੇ ਨੇ, ਉਹ ਬੱਚੇ ਘੇਰ ਲਏ, ਬਹੁਤ ਡਰ ਗਏ ਬੱਚੇ, ਚੀਕਾਂ ਮਾਰਦੀਆਂ ਉਹਨਾਂ ਨੇ ਮੋਢਿਆਂ ਤੋਂ ਫੜ ਕੇ ਮਹਾਰਾਜੇ ਕੋਲ ਲਿਆਉਂਦੇ। ਮਹਾਰਾਜ ਕਹਿੰਦੇ ਕਿਹਨੇ ਇੱਟ ਮਾਰੀ ਆ? ਸਾਰਿਆਂ ਨੇ ਕਹਿ ਤਾ ਵੀ ਇਹਨੇ ਮਾਰੀ ਆ, ਛੋਟਾ ਜਿਹਾ ਬੱਚਾ ਉਹ। ਕਹਿੰਦੇ ਬੇਟਾ ਮੈਂ ਤਾਂ ਤੇਰਾ ਕੁਛ ਵਿਗਾੜਿਆ ਨਹੀਂ, ਤੂੰ ਮੇਰੇ ਕਾਹਤੋਂ ਇੱਟ ਮਾਰੀ? ਕਹਿੰਦਾ ਮਹਾਰਾਜ ਮੈਂ ਤੁਹਾਡੇ ਨਹੀਂ ਮਾਰੀ। ਕਹਿੰਦੇ ਮਾਰੀ? ਕਹਿੰਦੇ ਬੇਰੀ ਦੇ। ਕਹਿੰਦੇ ਬੇਰੀ ਨੇ ਤੇਰਾ ਕੀ ਵਿਗਾੜਿਆ ਸੀ? ਕਹਿੰਦੇ ਮਹਾਰਾਜ ਵਿਗਾੜਿਆ ਤਾਂ ਕੁਛ ਨਹੀਂ, ਉਹਨੂੰ ਬੇਰ ਲੱਗੇ ਹੋਏ ਸੀ, ਮੈਂ ਬੇਰ ਝਾੜਦਾ ਸੀ। ਕਹਿੰਦੇ ਅੱਛਾ, ਬੇਰੀ ਜਿਹੜੀ ਹੈ ਇੱਟ ਮਾਰੇ ਤਾਂ ਫਿਰ ਬੇਰ ਦੇ ਦਿੰਦੀ ਹੈ? ਕਹਿੰਦੇ ਹਾਂ। ਆਲੇ ਦੁਆਲੇ ਦੇਖਣ ਲੱਗ ਗਏ, ਘਬਰਾਏ ਨਹੀਂ, ਤੈਸ਼ ਵਿੱਚ ਨਹੀਂ ਆਏ, ਬੜਾ ਹੀ ਟਰਮਾ ਹੈ ਮਨ 'ਚ, ਬੱਚੇ ਨਾਲ ਹਮਦਰਦੀ ਹੈ, ਉਹਦੀ ਇਨੋਸੈਂਸੀ ਦੇ ਉੱਤੇ ਬਹੁਤ ਪਿਆਰ ਵਿੱਚ ਨੇ। ਨਾਲ ਸੀ ਜਿਹੜਾ ਮੁਨਸ਼ੀ, ਉਹਨੂੰ ਕਹਿੰਦੇ ਐਂ ਕਰ, ਜੇਬ 'ਚ ਮੇਰੇ ਪੈਸਾ ਤਾਂ ਕੋਈ ਨਹੀਂ ਹੈ ਜਿਹੜਾ ਮੈਂ ਇਹਨੂੰ ਦੇ ਦਾਂ, ਇਹਨੂੰ ਬੁੱਢਣਪੁਰ ਦੇ ਨਾਲ 2 ਪਿੰਡ ਲਿਖ ਦੇ, ਰਾਜੇ ਦੇ ਇੱਟ ਲੱਗੀ ਆ, ਰਾਜੇ ਨੂੰ ਵੀ ਕੁਛ ਦੇਣਾ ਚਾਹੀਦਾ। ਇਹ ਤਾਂ ਬੇਰ ਮੰਗਦਾ ਸੀ ਅਤੇ ਰਾਜੇ ਦੇ ਆ ਲੱਗੀ, ਹੁਣ ਰਾਜੇ ਦਾ ਫਰਜ਼ ਹੈ, ਉਹ ਬੇਰ ਹੀ ਬੇਰ ਦੇ ਦਿੰਦੀ ਹੈ ਇੱਟ ਖਾ ਕੇ, ਅਤੇ ਰਾਜੇ ਨੂੰ ਕੀ ਦੇਣਾ ਚਾਹੀਦਾ? 2 ਪਿੰਡ ਲਿਖ ਦਿੱਤੇ ਇੱਕ ਜਗੀਰ ਦੇ। ਖੇਵਾ ਦਾ ਦਰਜਾ ਬਹੁਤ ਹੋਇਆ ਕਰਦਾ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਜ਼ਿੰਦਗੀ 'ਚ ਆਪਣੇ ਹੱਥ ਨਾਲ ਇੱਕ ਵੀ ਬੰਦਾ ਮਾਰਿਆ ਨਹੀਂ ਅਤੇ ਆਪਣੇ ਰਾਜ ਦੇ ਵਿੱਚ ਇੱਕ ਨੂੰ ਵੀ ਫਾਂਸੀ ਨਹੀਂ ਦਿੱਤੀ। ਜੇ ਕਿਸੇ ਦਾ ਰਾਜ ਖੋਇਆ ਤਾਂ ਉਹਨੂੰ ਇੰਨਾ ਕੁਛ ਛੱਡ ਦਿੱਤਾ ਵੀ ਇਹਦੀਆਂ ਕਈ ਪੁਸ਼ਤਾਂ ਵਧੀਆ ਰੋਟੀ ਖਾਣ, ਜਿਸ ਤਰ੍ਹਾਂ ਬਹੁਤ ਸਾਰੇ ਮੁਸਲਮਾਨ ਸਰਦਾਰ ਹੋਏ ਨੇ, ਨਵਾਬ ਹੋਏ ਨੇ, ਉਹਨਾਂ ਨੂੰ ਦਿੰਦਾ ਰਹਿੰਦਾ ਸੀ। ਇਹਨੂੰ ਖੇਮਾ ਕਹਿੰਦੇ ਨੇ। ਇਹਦੇ ਨਾਲ ਰੂਹ ਉੱਚੀ ਹੋ ਜਾਇਆ ਕਰਦੀ ਹੈ ਇਸ ਜਜ਼ਬੇ ਨਾਲ। ਇਹਦੀ ਥਾਂ 'ਤੇ ਜੇ ਕ੍ਰੋਧ ਹੋਵੇ ਖੇਮਾ ਦੀ ਥਾਂ 'ਤੇ, ਫਿਰ ਨੀਵੀਂ ਹੋ ਜਾਇਆ ਕਰਦੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰਿਆ, ਇਹ ਗੁਣ ਨੇ, ਸੰਤੋਖ ਹੈ, ਅਹਿੰਸਾ ਹੈ, ਤਪ ਹੈ, ਦਾਨ ਹੈ, ਸੀਲ ਹੈ, ਸੋਚ ਹੈ, ਧੀਰਜ ਹੈ, ਮਿੱਠਾ ਬੋਲਣਾ ਹੈ, ਇਹਦੇ ਨਾਲ ਰੂਹ ਉੱਚੀ ਹੋਇਆ ਕਰਦੀ ਹੈ, ਉੱਚੇ ਮੰਡਲਾਂ ਨੂੰ ਜਾਂਦੀ ਹੈ, ਸੁੱਖ ਵਿੱਚ ਪਹੁੰਚਦੀ। ਇਹਦੀ ਥਾਂ 'ਤੇ ਜੇ ਚੋਰੀ ਹੈ, ਡਾਕੇ ਨੇ, ਤਾੜੇ ਨੇ, ਹੰਕਾਰ ਹੈ, ਹਿੰਸਾ ਹੈ, ਤ੍ਰਿਸ਼ਨਾ, ਭੋਗਾਂ ਦੀ ਰੁਚੀ ਹੈ, ਭੋਗਾਂ ਦੀ ਨਿੰਦਿਆ, ਚੁਗਲੀ, ਈਰਖਾ, ਲਾਲਚ, ਦੁੱਖ ਦੇਣਾ ਦੂਸਰਿਆਂ ਨੂੰ, ਝੂਠ ਬੋਲਣਾ, ਕਪਟ ਕਰਨਾ, ਛਲ ਕਰਨਾ, ਧੋਖੇ ਦੇਣੇ, ਮੋਹ ਦੇ ਵਿੱਚ ਪੈਣਾ, ਆਸ਼ਾਵਾਂ ਅਤੇ ਅੰਦੇਸ਼ਿਆਂ ਦੇ ਵਿੱਚ ਭਰਮਣਾ, ਭਜਨ ਤੋਂ ਮਨ ਦੂਰ ਰੱਖਣਾ, ਦਾਨ ਪੁੰਨ ਤੋਂ ਗਫਲਤ ਕਰਨੀ। ਕਹਿੰਦੇ ਪਿਆਰਿਆ ਇਹਦੇ ਨਾਲ ਬੁੱਧੀ ਨੀਵੀਂ ਹੋ ਜਾਇਆ ਕਰਦੀ ਹੈ।
ਸੋ ਉੱਚੀ ਜਿਹੜੀ ਉੱਚੀ ਹੈ ਉਹ ਉੱਚਤਾ ਉੱਚੇ ਮੰਡਲਾਂ 'ਚ ਪ੍ਰਵੇਸ਼ ਕਰਦੀ ਹੈ। ਜਦ ਇਹ ਰੂਹ ਨੀਵੀਂ ਹੋ ਜਾਵੇ, ਮੈਲੀ ਹੋ ਜਾਵੇ, ਫਿਰ ਇਹ ਨਰਕਾਂ ਨੂੰ ਜਾਂਦੀ ਹੈ ਅਤੇ ਫਿਰ ਜਦੋਂ ਪਹੁੰਚਦੀ ਹੈ ਉਸ ਥਾਂ ਦੇ ਉੱਤੇ, ਉਸ ਵੇਲੇ ਇਸ ਨੂੰ ਬੜਾ ਹੀ ਔਖਾ ਹੋ ਜਾਂਦਾ ਆਪਣੇ ਕੀਤੇ ਹੋਏ ਕਰਮਾਂ ਨੂੰ ਫੇਸ ਕਰਨਾ। ਜਿੰਦੇ ਰੋਵੇਂਗੀ ਤੇ ਰੋ ਰੋ ਪਛਤਾਵੇਂਗੀ, ਫਿਰ ਤੇਰਾ ਕੋਈ ਨਾ ਬਣੇ। ਜਨਮ ਲੰਘ ਜਾਣਾ, ਪਛਤਾਵਾ ਹੋ ਜਾਣਾ ਤੂੰ। ਆ ਦੇਹ ਜਿਹੜੀ ਹੈ ਨਰ ਨਰੈਣੀ ਦੇ, ਇਹ ਨਹੀਂ ਬਾਰ ਬਾਰ ਮਿਲਦੀ, ਬਾਰ ਬਾਰ ਨਾ ਮਿਲਣੀ। ਮਾਨਸ ਦੇਹੀ ਮਾਨਸ ਦੇਹੀ, ਬਾਰ ਬਾਰ ਨਾ ਮਿਲਣੀ। ਮਾਨਸ ਦੇਹੀ ਮਾਨਸ ਦੇਹੀ,
ਹੋਤ ਨਾ ਬਾਰੇ ਬਾਰ ਜਮਨ ਫਲ ਪਾ ਕੇ ਪੁਇੰਜਰੇ ਬਾਹਰ ਨਾ ਲੱਗੇ ਭੂਮੀਆਂ ਇਹ ਸਾਰੀ ਪ੍ਰਕਿਰਤੀ 'ਚੋਂ ਪਰਮੇਸ਼ੁਰ ਦੀ ਕਾਇਨਾਤ ਵਿੱਚੋਂ ਸਭ ਤੋਂ ਉੱਤਮ ਦੇਹੀ ਦੇਵਤੇ ਵੀ ਇਸ ਨੂੰ ਲੋਚਦੇ ਨੇ ਪਿਆਰਿਆ ਐਸੀ ਦੇਹੀ ਪ੍ਰਾਪਤ ਕਰਕੇ ਤੂੰ ਕੋਈ ਰਾਹ ਫੜਿਆ ਨਹੀਂ ਚੰਗਾ ਹਾਂ ਕੁਰਬਾਨਾ ਅਸੀਂ ਤੇਰੇ ਸੱਚ ਬੋਲਣ ਦੇ ਇਸ ਗੱਲ ਦੀ ਵੀ ਅਸੀਂ ਤੇਰੀ ਕਦਰ ਕਰਦੇ ਹਾਂ ਤੂੰ ਲੁੱਟਦਾ ਜ਼ਰੂਰ ਰਿਹਾ ਪਰ ਆਪ ਨਹੀਂ ਖਾਧਾ ਦੁਨੀਆਂ ਨੂੰ ਖਵਾਉਂਦਾ ਰਿਹਾ ਠੀਕ ਹੈ ਤੈਨੂੰ ਗਿਆਨ ਨਹੀਂ ਸੀ ਪਿਆਰਿਆ ਗਲਤੀ ਦੇ ਨਾਲ ਤੂੰ ਪੁੰਨ ਸਮਝਦਾ ਰਿਹਾ ਪਰ ਪਾਪ ਤੇਰੇ ਗਲ ਪੈ ਗਏ ਹੁਣ ਲੇਖਾ ਦੇਣਾ ਬੜਾ ਔਖਾ ਹੋ ਜਾਣਾ ਹੈ ਦਰਗਾਹ ਦੇ ਅੰਦਰ ਉਸ ਵੇਲੇ ਭੂਮੀਆਂ ਰੋ ਰਿਹਾ ਸੀ ਬੈਠਾ ਕਹਿਣ ਲੱਗਿਆ ਪਾਤਸ਼ਾਹ ਸੰਤ ਬੜੇ ਆਏ ਮੇਰੇ ਕੋਲ ਸਭ ਪ੍ਰਸ਼ੰਸਾ ਕਰਦੇ ਮੇਰੇ ਕੋਲੋਂ ਚਲੇ ਮੈਨੂੰ ਧੰਨ ਧੰਨ ਕਹਿੰਦੇ ਮੇਰੀ ਮਾਂ ਨੂੰ ਧੰਨ ਮੇਰੇ ਪਿਓ ਨੂੰ ਧੰਨ ਅੱਜ ਖਰੀਆਂ ਖਰੀਆਂ ਸੁਣਾਉਣ ਵਾਲਾ ਆ ਗਿਆ ਅਤੇ ਸੱਚ ਬੋਲ ਰਹੇ ਮੈਨੂੰ ਪਾ ਕਿਸੇ ਰਸਤੇ ਪਾਤਸ਼ਾਹ ਲਗਨ ਮੇਰੇ ਵਿੱਚ ਹੈ ਚਾਹੁੰਦਾ ਸੀ ਪਰ ਮੈਨੂੰ ਰਾਹ ਨਹੀਂ ਸੀ ਲੱਭਿਆ ਕੋਈ ਸਹੀ ਜਿਹਾ ਜਿਹਾ ਰਾਹ ਲੱਭਿਆ ਮੈਂ ਗਲਤੀਆਂ ਕੀਤੀਆਂ ਪਾਪ ਮੈਂ ਇੰਨੇ ਜਮ੍ਹਾਂ ਕਰ ਲਏ ਤੇਰੇ ਬਗੈਰ ਕੋਈ ਐਸਾ ਹੋਰ ਨਹੀਂ ਹੈ ਜਿਹੜਾ ਇਹਨਾਂ ਪਾਪਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਪਾ ਮੈਨੂੰ ਕਿਸੇ ਰਸਤੇ ਮੈਂ ਤਾਂ ਗਲਤ ਸਾਰੀ ਜ਼ਿੰਦਗੀ ਬਤੀਤ ਕਰ ਲਈ ਮਹਾਰਾਜ ਕਹਿੰਦੇ ਭੂਮੀਆਂ ਉਦਾਸ ਨਾ ਹੋ ਪਿਆਰਿਆ ਸਿਰਫ ਮਨ ਦੇ ਬਦਲਣ ਦੀ ਲੋੜ ਹੈ ਹੁਣ ਬਦਲ ਲੈ ਸਾਰਾ ਕੰਮ ਹੁਣ ਤੇਰਾ ਠੀਕ ਹੋ ਜਾਏਗਾ ਕਹਿੰਦੇ ਦੇਖ ਪਰਮੇਸ਼ੁਰ ਹੈ ਸੱਚ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਰਹਿਤਾਂ ਨੇ ਸੱਚੀਆਂ ਦੋ ਤਰ੍ਹਾਂ ਦੀਆਂ ਰਹਿਤਾਂ ਨੇ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਰਹਿਤ ਦੱਸਦੇ ਨੇ ਪੰਜ ਰਹਿਤਾਂ ਗ੍ਰਹਿਤਾਂ ਦੱਸਦੇ ਨੇ ਲੇਕਿਨ ਆਤਮਕ ਰਹਿਤਾਂ ਨੇ ਤਰੱਕੀ ਕਰਨ ਵਾਲੀਆਂ ਜਿਹੜੀਆਂ ਇਹਨੂੰ ਮਾਨਸਿਕ ਰਹਿਤਾਂ ਕਹਿੰਦੇ ਨੇ ਮਹਾਰਾਜ ਕਹਿੰਦੇ ਇਹਨਾਂ ਰਹਿਤਾਂ ਨੂੰ ਤੂੰ ਅਪਣਾ ਲੈ ਇਹਦੇ ਨਾਲ ਜਿਹੜੀ ਕਰੋੜਾਂ ਜਨਮਾਂ ਦੀ ਮੈਲ ਲੱਗੀ ਹੋਈ ਹੈ ਅੰਤਿਸ਼ ਕਰਨ ਦੇ ਅੰਦਰ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਕਾਲਾ ਹੋਇਆ ਸਿਆਹ ਖਨਲੀ ਧੋਤੀ ਉੱਜਲ ਨਾ ਹੋ ਬਈ ਜੇ ਸੋ ਤੋਂ ਗੁਣ ਪਾ ਉਹ ਝਗੜਾ ਸਾਰਾ ਮੈਲ ਦਾ ਹੈ ਜਦੋਂ ਮੈਲ ਲੈ ਗਈ ਉਸ ਵੇਲੇ ਅੰਤਿਸ਼ ਕਰਨ ਨਿਰਮਲ ਹੋ ਗਿਆ ਨਿਰਮਲ ਹੋਇਆ ਕਬੀਰ ਮਨ ਨਿਰਮਲ ਹੋਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਫਿਰ ਤਾਂ ਮਨ ਦੀ ਨਿਰਮਲਤਾ ਹੀ ਨਾਲ ਜਿਹੜਾ ਸੱਚ ਹੈ ਉਹ ਨਿਰਮਲ ਹੈ ਨਿਰਮਲ ਨਾਲ ਮਿਲਿਆ ਜਾਂਦਾ ਨਿਰਮਲ ਹੋ ਕੇ ਇਸ ਕਰਕੇ ਤੂੰ ਸੱਚ ਦੀਆਂ ਰਹਿਤਾਂ ਤੈਨੂੰ ਅਸੀਂ ਦੱਸਦੇ ਹਾਂ ਪਹਿਲੀ ਹੈ ਹਿਰਦੇ ਵਿੱਚ ਇਹ ਹਿਰਦੇ ਦੇ ਅੰਦਰ ਜਿਹਨੂੰ ਅੰਤਿਸ਼ ਕਰਨ ਕਹਿੰਦੇ ਨੇ ਇਹਦੇ ਵਿੱਚ ਬਹੁਤ ਕੁਛ ਪਿਆ ਕਰੋੜਾਂ ਜਨਮਾਂ ਦੇ ਸੰਸਕਾਰ ਪਏ ਨੇ ਕਹਿੰਦੇ ਭੂਤ ਬਿਰਤੀ ਇਹਦੇ ਵਿੱਚ ਪਈ ਹੈ ਛਲ ਕਰਨਾ ਕਪਟ ਕਰਨਾ ਧੋਖਾ ਦੇਣਾ ਇਹ ਭੂਤ ਬਿਰਤੀ ਗਾਇਆ ਕਰਦੀ ਹੈ ਸੱਚ ਨਾ ਬੋਲਣਾ ਸਾਥੀਆਂ ਨੂੰ ਵੀ ਧੋਖੇ ਦੇਣੇ ਦੂਸਰੀ ਹੈ ਜਾਨਵਰਾਂ ਦੀ ਜਿਹੜੇ ਮਾਰ ਧਾਰ ਕਰਦੇ ਹੈ ਬਘਿਆੜ ਹੈ ਸ਼ੇਰ ਨੇ ਚੀਤੇ ਨੇ ਇਸ ਤਰ੍ਹਾਂ ਦੇ ਜਾਨਵਰ ਨੇ ਜਿਹੜੇ ਉਹ ਪਾੜ ਪੜਾਈ ਕਰਦੇ ਨੇ ਕਹਿੰਦੇ ਉਹ ਵੀ ਸੁਭਾਅ ਇਹਦੇ ਅੰਦਰ ਹੀ ਪਿਆ ਤੀਸਰਾ ਸੁਭਾਅ ਹੈ ਕਪਟ ਦਾ ਛਲ ਦਾ ਭੂਤਾਂ ਦਾ ਸੁਭਾਅ ਉਹ ਭੂਤਾਂ ਵਾਲਾ ਸੁਭਾਅ ਵੀ ਇਹਦੇ ਅੰਦਰ ਹੀ ਪਿਆ ਚੌਥਾ ਸੁਭਾਅ ਇਹਦੇ ਵਿੱਚ ਪਸ਼ੂਆਂ ਦਾ ਦੂਸਰੇ ਤੋਂ ਖੋਹ ਕੇ ਆਪਣਾ ਬਣਾ ਲੈਣਾ ਆਪਣਾ ਕਰਕੇ ਖਾ ਲੈਣਾ ਪਿਆਰਿਆ ਇਹ ਸੁਭਾਅ ਇਹਦੇ ਵਿੱਚ ਪਏ ਨੇ ਪਰ ਇਹਦੇ ਵਿੱਚ ਹੇਠਾਂ ਨਿਰਮਲ ਸੁਭਾਅ ਪਿਆ ਜਿਹੜਾ ਜੇ ਉੱਪਰ ਆ ਜਾਵੇ ਸਾਰੀ ਮੈਲ ਨੂੰ ਕੱਢ ਕੇ ਬਾਹਰ ਮਾਰਦਾ ਅੰਤਿਸ਼ ਕਰਨ ਨਿਰਮਲ ਹੋ ਜਾਂਦਾ ਅਤੇ ਉਹ ਨਿਰਮਲ ਮੈਲ ਵਾਸਤੇ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਸੱਚ ਚਾਹੀਦਾ ਕਪਟ ਨਾ ਹੋਵੇ ਹਿਰਦੇ ਦੀ ਸਫਾਈ ਚਾਹੀਦੀ ਹਿਰਦੇ ਦੀ ਸਫਾਈ ਕਰਨੀ ਹੈ ਸੱਚ ਨਾਲ ਪਿਆਰ ਕੀਤਿਆਂ
ਸੱਚ ਤਾਂ ਪਰ ਜਾਣੀ ਹੈ ਜਾਂ ਹਿਰਦੇ ਸੱਚਾ ਹੋਏ। ਕੂੜ ਕੀ ਮਲ ਉਥਰੇ ਤਨ ਕਰੇ ਹੱਛਾ ਤੋਏ। ਕਹਿੰਦੇ ਜਦੋਂ ਹਿਰਦਾ ਸੱਚਾ ਹੋ ਗਿਆ, ਸੱਚ ਧਾਰ ਲਿਆ, ਸੱਚ ਤੂੰ ਇਹਨੇ ਅੰਦਰ ਵਸਾ ਲਿਆ, ਫਿਰ ਕਹਿੰਦੇ ਮੈਲ ਉਤਰਨੀ ਸ਼ੁਰੂ ਹੋ ਜਾਣੀ ਹੈ ਕੂੜ ਵਾਲੀ, ਇਹ ਅੰਤਸ਼ਕਰਨ ਨਿਰਮਲ ਹੋ ਜਾਣਾ। ਦੂਸਰਾ ਹੈ ਵੀ ਪਿਆਰਿਆ, ਇਹ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਕਿਤੇ ਗਿਆ ਨਹੀਂ, ਵਾਹਿਗੁਰੂ ਅੰਗ ਸੰਗ ਹੈ। ਜੈ ਜੈ ਪੇਖੋ ਤੈ ਹਦੂਰ, ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਤਿਸੇ ਤਿਆਈ। ਉਹ ਤੇਰੇ ਆਲੇ ਦੁਆਲੇ ਚਾਰੇ ਪਾਸੇ, ਅੰਦਰ ਵੀ ਹੋਈ ਹੈ ਬਾਹਰ ਵੀ ਹੋਈ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਪਵੇ। ਉਹ ਪਿਆਰ ਦਾ ਰੂਪ ਹੋ ਕੇ ਸੰਸਾਰ ਦੇ ਵਿੱਚ ਫੈਲਿਆ ਹੋਇਆ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਆ। ਜਿਹੜਾ ਪਿਆਰ ਹੈ ਪਿਆਰਿਆ, ਉਹਦੇ ਨਾਲ ਪਿਆਰ ਕਰ, ਉਹ ਨਿਰਾ ਹੀ ਪਿਆਰ ਹੈ। ਜਦ ਤੂੰ ਥੋੜ੍ਹਾ ਜਿਹਾ ਵੀ ਪਿਆਰ ਕਰੇਗਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ, ਉਹ ਤੇਰੇ ਉੱਤੇ ਪਿਆਰ ਦੀ ਦ੍ਰਿਸ਼ਟੀ ਕਰੇਗਾ। ਸੋ ਉਹ ਹੈ ਪਿਆਰ, ਸੱਚ ਤਾਂ ਪਰ ਜਾਣੀ ਹੈ ਜਾਂ ਸੱਚ ਤਰੇ ਪਿਆਰ। ਜਦ ਸੱਚ ਪਿਆਰ ਕਰਾਂਗੇ ਫਿਰ ਕੀ ਹੋਏਗਾ, ਜੇ ਕੋਈ ਉਹਦਾ ਨਾਂ ਅੱਲਾ ਕਹਿਤਾ, ਖੁਸ਼ੀ ਹੋ ਜਾਏਗੀ ਸਾਡੇ ਹਿਰਦੇ 'ਚ, ਮੇਰੇ ਪਿਆਰੇ ਦਾ ਨਾਂ ਲਿਆ। ਉਹਨੇ ਰਾਮ ਕਹਿਤਾ, ਉਹ ਤਾਂ ਮਾਰਨ ਨਹੀਂ ਜਾਏਗਾ, ਸੱਚ ਦਾ ਜਿਹੜਾ ਪੰਧਾਊ ਹੈ ਉਹ ਕਹੂ ਮੇਰੇ ਪਿਆਰੇ ਦਾ ਨਾਂ ਲੈਤਾ। ਵਾਹਿਗੁਰੂ ਕਹਿਤਾ, ਖੁਸ਼ ਹੋ ਜਾਏਗਾ। ਨਾਰਾਇਣ ਕਹਿਤਾ, ਨਾਵਾਂ ਪਿੱਛੇ ਨਹੀਂ ਉਹ ਲੜੇਗਾ, ਮੰਦਰ ਮਸਜਿਦਾਂ ਪਿੱਛੇ ਨਹੀਂ ਲੜੇਗਾ, ਮੰਦਰ ਨੂੰ ਵੀ ਨਮਸਕਾਰ ਕਰੇਗਾ, ਮਸਜਿਦ ਨੂੰ ਵੀ ਨਮਸਕਾਰ ਕਰੇਗਾ, ਇੱਥੇ ਮੇਰੇ ਪਿਆਰੇ ਦਾ ਨਾਮ ਲੈਣ ਵਾਲੇ ਇਕੱਠੇ ਹੁੰਦੇ। ਕਹਿੰਦੇ ਇਹ ਪਿਆਰ ਹਿਰਦੇ 'ਚ ਹੋਣਾ ਚਾਹੀਦਾ, ਸੱਚ ਤਰੇ ਪਿਆਰ, ਨਾਂ ਸੁਣ ਮਨ ਰਹਿਸੀਆ, ਖੇੜੇ 'ਚ ਆ ਜਾਵੇ ਨਾਂ ਸੁਣਦੀ ਸਾਰ ਪਾਏ ਮੋਕਦਾ। ਤੀਸਰੀ ਹੁੰਦੇ ਹੈ ਭਾਈ ਭੂਮੀਆਂ, ਆਹ ਸਰੀਰ ਹੈ ਧਰਤੀ, ਇਹ ਔਗਣਾਂ ਦੇ ਨਾਲ ਭਰੀ ਪਈ ਹੈ, ਜਿਵੇਂ ਖੇਤੀ ਬੀਜਦਾ ਨਾ ਤੂੰ, ਕਹਿੰਦੇ ਹਾਂ ਨਦੀਨ ਹੁੰਦਾ ਉਹਦੇ ਵਿੱਚ, ਕਹਿੰਦੇ ਬੜਾ ਹੁੰਦਾ ਮਹਾਰਾਜ, ਫਿਰ ਕੀ ਕਰਦਾ ਉਹਨੇ, ਕਹਿੰਦਾ ਮਹਾਰਾਜ ਪਹਿਲਾਂ ਤਾਂ ਬਹਾਈ ਨਾਲ ਕੱਢੀਦਾ, ਬੱਤਰ ਲਿਆ ਲਿਆ ਕੇ ਕੱਢੀਦਾ, ਫਿਰ ਜਿਹੜਾ ਰਹਿ ਜਾਵੇ ਉਹਨੂੰ ਫਿਰ ਖੁਰਪੇ ਨਾਲ ਕੱਢੀਦਾ। ਕਹਿੰਦੇ ਆਹ ਨਦੀਨ ਜਿਹੜਾ ਪਿਆ ਨਾ, ਇਹਦੇ ਵਿੱਚ ਝੂਠ ਹੈ, ਕਪਟ ਹੈ, ਬੇਅੰਤ ਮਾੜੀਆਂ ਚੀਜ਼ਾਂ, ਇਹਨੂੰ ਸੋਧ ਲੈ ਧਰਤੀ ਨੂੰ। ਜਾਂ ਤੂੰ ਧਰਤੀ ਨੂੰ ਸੋਧ ਕੇ ਬੀ ਪਾਏਗਾ ਫਿਰ ਬੀ ਫਲੇਗਾ, ਸੱਚ ਤਾਂ ਪਰ ਜਾਣੀ ਹੈ ਜਾਂ ਜੁਗਤ ਜਾਣਾ ਜੀਓ, ਤਰਤ ਕਾਇਆ ਸੋਧ ਕੈ ਵਿੱਚ ਦੇਹ ਕਰਤਾ ਵੀ, ਇਹਦੇ ਵਿੱਚ ਵਾਹਿਗੁਰੂ ਦਾ ਨਾਮ ਬੀਜ ਲੈ, ਇਹ ਫਿਰ ਖੇਤੀ ਤੇਰੀ ਫਲੇਗੀ। ਜੁਗਤ ਆਉਣੀ ਚਾਹੀਦੀ ਹੈ, ਜੁਗਤ ਮਿਲਦੀ ਹੈ ਸੰਤਾਂ ਤੋਂ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਦੇ ਦਾਤਾ ਮੁਗਤ ਕੋ ਸੰਤ ਜਵਾਬ ਹੈ ਨਾ। ਅਤੇ ਉਸ 'ਤੇ ਅੱਗੇ ਹੈ ਭਾਈ ਰਹਿਤ ਪਿਆਰਿਆ, ਉਹ ਹੈ ਕਿ ਸੱਚੀ ਸਿੱਖਿਆ ਹੋਣੀ ਚਾਹੀਦੀ, ਇਹ ਨਹੀਂ ਹੈ ਵੀ ਲੜਾਈਆਂ ਕਰੋ ਜੀ, ਇਹ ਮੁਸਲਮਾਨ ਹੈ ਜੀ, ਹਿੰਦੂ ਹੈ ਜੀ, ਇਹ ਫਲਾਣੀ ਸੰਪਰਦਾ ਦਾ ਹੈ, ਇਹ ਫਲਾਣੀ, ਇਹ ਤਾਂ ਬਿਲਕੁਲ ਹਨੇਰੇ ਵਾਲੇ ਲੋਕ, ਅੰਨੇ ਲੋਕ ਨੱਠੇ ਫਿਰਦੇ ਨੇ, ਜਿਨ੍ਹਾਂ ਦੇ ਨੇਤਰ ਖੁੱਲ੍ਹੇ ਆ ਉਹ ਤਾਂ ਪਿਆਰ ਕਰਦੇ ਨੇ ਸਾਰਿਆਂ ਨੂੰ, ਉਹ ਕੁਰਬਾਨ ਜਾਂਦੇ ਨੇ ਵੀ ਇਹ ਮੇਰੇ ਪਿਆਰੇ ਦਾ ਨਾਂ ਜਪਦੇ ਨੇ, ਇਹ ਵੀ ਜਪਦੇ ਆ, ਇਹ ਆਪਣੇ ਤਰੀਕੇ ਨਾਲ ਜਪਦੇ ਆ, ਨਵਾਜ਼ ਪੜ੍ਹਦੇ ਨੇ, ਇਹ ਗਾਇਤਰੀ ਪੜ੍ਹਦੇ ਨੇ, ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ, ਹਾਂ ਤਾਂ ਅਸੀਂ ਇੱਕ ਪਿਆਰੇ ਨੂੰ ਪਿਆਰ ਕਰਨ ਵਾਲੇ। ਕਹਿੰਦੇ ਆਪਸ ਵਿੱਚ ਨਹੀਂ ਝਗੜਾ ਝਾਟਾ ਹੁੰਦਾ, ਪਿਆਰ ਹੋਇਆ ਕਰਦਾ। ਸੋ ਪਿਆਰ ਹਿਰਦੇ 'ਚ ਕਹਿੰਦੇ ਸੱਚੀ ਸਿੱਖਿਆ ਹੋਣੀ ਚਾਹੀਦੀ ਹੈ ਵੀ ਵਾਹਿਗੁਰੂ ਮੇਰਾ ਜਿਹਨੂੰ ਮੈਂ ਪਿਆਰ ਕਰਦਾ ਇਹਦੇ ਹਿਰਦੇ 'ਚ ਵੀ ਵੱਸਦਾ, ਪਸ਼ੂਆਂ 'ਚ ਵੀ ਵੱਸਦਾ, ਦਰੱਖਤਾਂ 'ਚ ਵੀ ਵੱਸਦਾ, ਕੋਈ ਥਾਂ ਐਸਾ ਨਹੀਂ, ਬਣ ਤਿਰਨ ਪਰਬਤ ਸਾਰਿਆਂ ਦੇ ਵਿੱਚ ਪਰਮੇਸ਼ਰ ਵੱਲ, ਪੌਣ ਪਾਣੀ ਬੈ ਸੰਤਰ ਮਾਏ, ਚਾਰ ਕੁੰਡ ਦਹਿ ਤਿਸੇ ਸਮਾਏ, ਤਿਸਦੇ ਭਿੰਨ ਨਾਹੀਂ ਕੋ ਥਾਂ, ਗੁਰ ਪ੍ਰਸ਼ਾਦ ਮਾਨਸ। ਕਹਿੰਦੇ ਪਿਆਰਿਆ ਇਹ ਸੋਝੀ ਹੋਣੀ ਚਾਹੀਦੀ ਹੈ, ਸਿੱਖਿਆ ਸੱਚੀ ਹੋਣੀ ਚਾਹੀਦੀ ਹੈ, ਸਿਰ ਬਟੋਲ ਨਹੀਂ ਹੋਣੇ ਚਾਹੀਦੇ, ਉਹ ਕੱਚੀ ਸਿੱਖਿਆ, ਹਨੇਰੇ ਦੀ ਸਿੱਖਿਆ, ਪਰਮਾਂ ਦੀ ਸਿੱਖਿਆ, ਸੱਚੀ ਸਿੱਖਿਆ ਤੈਨ ਆਪਣਾ ਤੂੰ, ਦਇਆ ਜਾਣੇ ਜੀ ਕਿ ਕੁਛ ਪੁੰਨ ਦਾਨ ਕਰੇ, ਦੇ ਹੱਥੋਂ ਜਿਹੜਾ ਤੇਰੇ ਕੋਲ ਵਾਧੂ ਹੈ, ਦਮੜਾ ਤੁਸੀਂ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਬਹੀ ਪਿਸ਼ਤ ਜਾਏ, ਆਪਣਾ ਨਾ ਘਰ ਵੰਡ ਕੇ ਛਕ ਲੈ, ਜੇ ਤੇਰੇ ਕੋਲ ਬਹੁਤਾ ਹੋ ਗਿਆ ਇਹਦੇ ਦਾਤ ਦੇ ਹਿੱਸੇ ਕਰ ਲੈ, ਉਹਨਾਂ ਨੂੰ ਦੇ ਪਰਮੇਸ਼ੁਰ ਦਿਆਂ ਨੂੰ ਜਿਨ੍ਹਾਂ ਨੂੰ ਲੋੜ ਹੈ, ਜਿੰਨਾ ਕੁ ਤੇਰੇ 'ਚ ਬਲ ਹੈ, ਜਿੰਨੀ ਕੁ ਤੇਰੀ ਸ਼ਕਤੀ ਹੈ, ਦੇ ਕੇ ਵੰਡ ਕੇ ਖਾ, ਨਾਮ ਜਪਣਾ ਕਿਰਤ ਕਰਨੀ ਵੰਡ ਛਕਣਾ। ਕਹਿੰਦੇ ਇਹ ਰਹਿਤ ਹੈ, ਜਦੋਂ ਇਹ ਰਹਿਤ ਆ ਗਈ, ਦਇਆ ਤੇਰੇ ਹਿਰਦੇ 'ਚ ਆ ਜਾਏਗੀ, ਅਤੇ ਉਹ ਤੋਂ ਬਾਅਦ ਹੁੰਦੀ ਹੈ ਆਤਮ ਸਥਿਤੀ, ਆਤਮ ਸਥਿਤੀ ਹੋਇਆ ਕਰਦੀ ਹੈ, ਉਹਦੇ ਵਿੱਚ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਹੇ ਨਿਵਾਸ। ਕਹਿੰਦੇ ਇਹ ਪਿਆਰਿਆ ਤੈਨੂੰ ਅਸੀਂ ਅੰਦਰ ਦੀ ਗੱਲ ਦੱਸੀ ਹੈ, ਜਿੱਥੇ ਦੋਏ ਅੱਖਾਂ ਅਤੇ ਨੱਕ ਦੀ ਜੜ ਹੈ,
ਇਹ ਚੇਤਨ ਮੰਡਲ ਸ਼ੁਰੂ ਹੋ ਜਾਂਦਾ। ਇਸ ਸਥਾਨ ਦੇ ਉੱਤੇ ਜੀਵਾਤਮਾ ਦਾ ਨਿਵਾਸ ਹੈ। ਇਹਨੂੰ ਤ੍ਰਿਵੇਣੀ ਤੀਰਥ ਕਹਿੰਦੇ ਨੇ। ਇਸ ਤੀਰਥ ਦੇ ਵਿੱਚ ਇਸ਼ਨਾਨ ਕਰ, ਪੁੱਛ ਲੈ ਸੰਤਾਂ ਨੂੰ, ਪੁੱਛ ਕੇ ਪਤਾ ਲੱਗੇਗਾ, ਆਪਣੇ ਆਪ ਨਹੀਂ ਤੈਨੂੰ ਸੋਝੀ ਆਉਣੀ ਹੈ। ਇਸ ਸੋ ਆਤਮ ਤੀਰਥ ਦਾ ਸੱਚ ਸਤਿਗੁਰੂ ਨੂੰ ਪੁੱਛ ਕੇ, ਕਹਿੰਦੇ ਆਪ ਤਾਂ ਨਹੀਂ ਆਉਣਾ, ਬਹਿ ਰਹੇ ਕਰੇ ਨਿਵਾਸ, ਉੱਥੇ ਬੈਠ ਜਾ ਕੇ ਲਾਸਣ ਲਾ ਲੈ। ਉਹ ਆਸਣ ਬੜਾ ਉੱਚਾ ਹੈ, ਕਬੀਰ ਗੰਗ ਜਮਨ ਕੇ ਅੰਤਰੇ, ਸਹਿਜ ਸੁਣ ਕੇ ਕਾੜ, ਤੈ ਕਬੀਰਾ ਮੱਠ ਕੀਆ ਮੁਨਜਨ ਖੋਡੇ ਬਾਗ। ਕਹਿੰਦੇ ਕਿੱਥੇ ਰਹਿੰਦੇ ਹੋ? ਕਹਿੰਦੇ ਅਸੀਂ ਤਾਂ ਸਹਿਜ ਸੁਣਦੇ ਘਾਟ 'ਚ ਰਹਿੰਦੇ ਹਾਂ। ਟੋਲੀ ਜਾਓ ਹੁਣ, ਵੀ ਸਹਿਜ ਸੁਣਦਾ ਘਾਟ ਹੈ? ਕਹਿੰਦੇ ਅੰਦਰ ਹੀ ਹੈ, ਜਿੱਥੇ ਜਿਹੜਾ ਪਿੰਗਲਾ ਸੁਖਨਾ ਮਿਲਦੀਆਂ ਹੈ ਉਹ ਸਹਿਜ ਸੁਣ ਦਾ ਘਾਟ ਹੈ, ਅਤੇ ਉੱਥੇ ਨਿਵਾਸ ਹੈ ਸੰਤਾਂ ਦਾ, ਆਤਮ ਤੀਰਥ ਵਾਲਿਆਂ ਦਾ। ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ। ਕਹਿੰਦੇ ਭੂਈਆਂ ਜਦ ਐਂ ਤੂੰ ਕਰ ਲਏਗਾ ਨਾ, ਫਿਰ ਕੀ ਹੋਏਗਾ? ਸੱਚ ਤੇਰੇ ਅੰਦਰ, ਸੱਚ ਤੇਰੇ ਬਾਹਰ। ਕੁਰਬਾਨ ਜਾਂਦੇ ਹਾਂ, ਤੂੰ ਸੱਚ ਬੋਲਦੇ ਹਾਂ, ਇਹੀ ਸੱਚ ਤੇਰੇ ਅੰਦਰ ਬਾਹਰ ਤੇਰੇ ਜੀਵਨ 'ਚ ਪ੍ਰਵੇਸ਼ ਕਰ ਜਾਏ। ਜਦੋਂ ਸੱਚ ਤੇਰੇ ਜੀਵਨ 'ਚ ਪ੍ਰਵੇਸ਼ ਕਰ ਗਿਆ, ਉਹਨੇ ਕੰਮ ਕੀ ਕਰਨਾ ਹੈ? ਸੱਚ ਜਿਹੜਾ ਨਾ ਝੂਠ ਹੈ ਉਹਨੂੰ ਧੱਕ ਕੇ ਬਾਹਰ ਕੱਢ ਦੇਣ। ਜਿੰਨੇ ਤਾਂ ਤੇ ਤੋਂ ਅੱਜ ਤੱਕ ਪਾਪ ਹੋਏ ਨੇ ਉਹ ਸਾਰੇ ਬਾਹਰ ਨਿਕਲ ਜਾਣੇ ਨੇ। ਸੱਚ ਸਭਨਾ ਹੋਏ ਦਾਰੂ, ਪਾਪ ਕੱਢਾ ਤੋਏ, ਨਾਨਕ ਵਿਖਾਣਾ ਬੇਨਤੀ ਜਿਨ ਸੱਚ ਪੱਲੇ। ਸੋ ਹੁਣ ਤਾਂ ਅਸੀਂ ਤੈਨੂੰ ਪ੍ਰੈਕਟੀਕਲ ਦੱਸਦੇ ਹਾਂ। ਬਹਿਸ ਸਾਹਮਣੇ, ਸਾਡੇ ਸਾਹਮਣੇ ਬਿਠਾ ਲਿਆ। ਕਹਿੰਦੇ ਬੈਠ, ਸਿੱਧਾ ਹੋ, ਹੋ ਸਾਵਧਾਨ, ਕਹਿ ਵਾਹਿਗੁਰੂ, ਵਾਹਿਗੁਰੂ ਕਹਾ ਤਾਂ ਦੋ ਵਾਰੀ ਤਿੰਨ ਵਾਰੀ, ਰੋਮ ਰੋਮ ਦੇ ਵਿੱਚੋਂ ਚਰਨਾਟਾਂ ਨਿਕਲਣ ਲੱਗ ਗਈਆਂ। ਕਹਿੰਦੇ ਪਿਆਰਿਆ, ਇਹ ਭੁੱਲਣਾ ਨਹੀਂ ਹੈ, ਇਹਨੂੰ ਅੰਦਰ ਵਸਾ ਲੈ, ਪਰ ਇਹ ਵਸਣਾ ਐਂ ਸਖਾਲਾ ਜਿਹਾ ਨਹੀਂ ਵਸਣਾ, ਇਹਦੀ ਜੁਗਤ ਅਸੀਂ ਤੈਨੂੰ ਦੱਸ ਦਿੰਦੇ ਹਾਂ। ਪੀ ਅੰਮ੍ਰਿਤ ਏ ਮਨ ਤਨ ਤ੍ਰਪੀ। ਮੀਆਂ ਪਹਿਲਾਂ ਰਸਨਾ ਦੇ ਨਾਲ ਜਪਣਾ ਪੈਂਦਾ, ਵਾਹਿਗੁਰੂ 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 ਵਾਹਿਗੁਰੂ, ਪੰਜ ਪਿਆਰੇ ਨਾਮ ਦਿੰਦੇ ਨੇ ਸਾਧ ਸਿੰਘ ਜੀ। ਜੇ ਤਾਂ ਜਪਣਾ ਸ਼ੁਰੂ ਕਰ ਦਿਓ ਤਾਂ ਸਮਝ ਲਓ ਵੀ ਉਹਦੀ ਜੜ ਲੱਗ ਜਾਏਗੀ, ਜੇ ਨਹੀਂ ਜਪਣਾ ਤਾਂ ਫੂਟਾ ਮਰ ਜਾ ਜਾਂਦਾ।
ਫਿਰ ਨਹੀਂ ਪਤਾ ਲੱਗਦਾ ਨਾ ਸਿੱਖੀ ਰਹੇ ਨਾ ਕੋਈ ਹੋਰ ਗੱਲ। ਇਹ ਪ੍ਰੈਕਟੀਕਲ ਧਰਮ ਹੈ, ਥਰੋਟੀਕਲ ਨਹੀਂ ਹੈ, ਸਬਜੈਕਟਿਵ ਹੈ ਇਹ। ਅਤੇ ਇਹਦੇ ਵਿੱਚ ਚੜ੍ਹਾਈ ਹੈ, ਮਿਹਨਤ ਹੈ, ਜੇ ਮਿਹਨਤ ਕਰੇਗਾ ਤਾਂ ਤਰੱਕੀ ਹੁੰਦੀ ਹੈ। ਕਹਿੰਦੇ ਪਿਆਰਿਆ ਰਸਨਾ ਦੇ ਨਾਲ ਤੂੰ ਜਪੇਂਗਾ ਨਾ, ਇਹ ਰਸਨਾ ਸਾਰੇ ਸਰੀਰ ਦੇ ਵਿੱਚ ਵਾਹਿਗੁਰੂ 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 ਦੀ ਧੁਨ ਕਾਇਮ ਕਰਦੇ, ਫਿਰ ਕੰਠ ਵਿੱਚ ਹੋਣ ਲੱਗ ਜਾਏਗਾ, ਜੀਭ ਹਟ ਜਾਏਗੀ, ਹਿਰਦੇ ਵਿੱਚ ਹੋਣ ਲੱਗ ਜਾਏਗਾ, ਨਾਭੀ ਵਿੱਚ ਹੋਣ ਲੱਗ ਜਾਏਗਾ, ਫਿਰ ਤੂੰ ਸਵਾਸ ਦੇ ਨਾਮ ਚਾਲਣੀ। ਸਵਾਸ ਦੇ ਅੰਦਰ ਨੂੰ ਜਾਂਦਾ, ਸਵਾਸ ਬਾਹਰ ਨੂੰ ਆਉਂਦਾ, ਅੰਦਰ ਅਤੇ ਬਾਹਰ ਨੂੰ ਜਾਂਦੇ ਨੂੰ ਪਰਮੇਸ਼ੁਰ ਦਾ ਨਾਮ ਅੰਦਰ ਜਾਂਦਾ ਵੀ ਲੋਡ ਕਰਕੇ ਲੈ ਕੇ ਜਾ, ਬਾਹਰ ਨੂੰ ਆਉਂਦਾ ਖਾਲੀ ਸਵਾਸ ਨਾ ਭੇਜ, ਉਹ ਵੀ ਲੋਡ ਕਰਕੇ ਭੇਜ ਵਾਹਿਗੁਰੂ ਮੰਤਰ ਦੇ ਨਾਲ। ਸਾਸ ਦੇ ਗੇੜੇ ਜਪ ਲੈ ਬਾਈ, ਸਾਸ ਸਾਸ ਦੇ ਗੇੜੇ ਜਪ ਲੈ ਬਾਈ ਗੁਰੂ, ਸਾਸ ਸਾਸ ਦੇ ਗੇੜੇ ਜਪ ਲੈ ਬਾਈ, ਸਾਸ ਸਾਸ ਦੇ ਗੇੜੇ ਜਪ ਲੈ ਬਾਈ ਗੁਰੂ। ਰਸਨਾ ਦੇ ਨਾਲ ਨਾਮ ਜਪਿਆ ਜਾਂਦਾ, ਲੇਕਿਨ ਸਵਾਸ ਗਹਿਰਾ ਜਾਂਦਾ। ਸਵਾਸ ਨੂੰ ਜੇ ਦਸਵੇਂ ਦੁਆਰ ਵੱਲ ਨੂੰ ਖਿੱਚ ਲਵੇਂ ਤਾਂ ਉੱਥੇ ਵੀ ਪਹੁੰਚ ਜਾਂਦਾ, ਨਾਭੀ ਵੱਲ ਨੂੰ ਖਿੱਚ ਲਵੇਂ ਉੱਥੇ ਵੀ ਪਹੁੰਚ ਜਾਂਦਾ। ਸੋ ਸਵਾਸ ਦੇ ਉੱਤੇ ਲੋਡ ਕਰ, ਨਾਮ ਵਾਹਿਗੁਰੂ ਮੰਤਰ ਲੱਤ ਦੇ ਉਹਦੇ ਉੱਤੇ, ਨੱਕ ਕੋਲ ਪਹਿਰਾ ਦੇ ਸੁਰਤ ਲੈ ਕੇ। ਜਦ ਅੰਦਰ ਨੂੰ ਸਵਾਸ ਜਾਂਦਾ ਨੱਕ ਕੋਲੋਂ, ਤੈਨੂੰ ਪਤਾ ਲੱਗ ਜੂ ਵੀ ਹੁਣ ਚੱਲਿਆ ਅੰਦਰ ਨੂੰ, ਉਹਦੇ ਉੱਤੇ ਵਾਹਿਗੁਰੂ ਲੋਡ ਕਰ ਦੇ। ਬਾਹਰ ਨੂੰ ਆਉਣ ਲੱਗਿਆ ਤੈਨੂੰ ਪਤਾ ਲੱਗ ਜੂ, ਬਾਹਰ ਨੂੰ ਜਾਂਦੇ ਦੇ ਉੱਤੇ ਫਿਰ ਲੱਦ ਦੇ ਵਾਹਿਗੁਰੂ। ਕਹਿੰਦੇ ਐਂ ਨਾਮ ਜਪਣਾ, ਚੁੱਪ ਕਰਕੇ ਨਹੀਂ ਬੈਠਣਾ। ਸਾਹ ਸਾਹ ਸਿਮਰੈ ਗੋਬਿੰਦ, ਮਨ ਅੰਤਰ ਕੀ ਉਤਰੈ। ਇਹਦੇ ਬਾਅਦ ਜਦ ਸਵਾਸ 'ਤੇ ਆਇਆ ਤਾਂ ਮਿਹਨਤ ਕਰਦੇ ਕਰਦੇ ਇੱਕ ਐਸੀ ਅਵਸਥਾ ਹੁੰਦੀ ਹੈ ਕਿ ਸਾਰੇ ਸਰੀਰ ਦੇ ਵਿੱਚੋਂ 3.5 ਕਰੋੜ ਜਿਹੜਾ ਰੋਮ ਹੈ, ਉਹਨਾਂ ਰੋਮਾਂ ਦੇ ਵਿੱਚੋਂ ਵੀ ਉਹ ਧੁਨੀ ਬਾਹਰ ਆਉਣ ਲੱਗ ਜਾਂਦੀ ਹੈ। ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ। ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਸਗਲੀ ਗੰਤ ਮਿਟਾਵੇ। ਇਕੱਲੇ ਇਕੱਲੇ ਰੋਮ ਦੇ ਵਿੱਚੋਂ ਸਾਰੇ ਸਰੀਰ ਦੇ ਵਿੱਚੋਂ ਨਾਮ ਦੀ ਧੁਨ ਪ੍ਰਗਟ ਹੋ ਜਾਇਆ ਕਰੇ। ਇੱਕ ਵਾਰੀ ਮਹਾਂਪੁਰਸ਼ ਬਾਬਾ ਸੁੰਦਰ ਸਿੰਘ ਬਿਮਾਰ ਹੋ ਗਏ, ਡਾਕਟਰ ਟੂਟੀਆਂ ਲਾ ਕੇ ਦੇਖਣ ਲੱਗਿਆ, ਅਖੀਰ ਨੂੰ ਟੂਟੀਆਂ ਚੁੱਕ ਲਈਆਂ। ਕਹਿੰਦੇ ਕੀ ਗੱਲ ਡਾਕਟਰ ਸਾਹਿਬ, ਦੀਵਾਨ ਸਿੰਘ ਡਾਕਟਰ ਦਾ ਨਾਂ ਸੀ। ਕਹਿਣ ਲੱਗੇ ਕੀ ਗੱਲ, ਕਹਿੰਦਾ ਮਹਾਰਾਜ ਬਿਮਾਰੀ ਕਿੱਥੋਂ ਟੋਲਾਂ,
ਕਹਿੰਦੇ ਕੀ ਗੱਲ? ਕਹਿੰਦੇ ਇੱਥੇ ਤਾਂ ਮੈਂ ਜਿੱਥੇ ਲਾਉਂਦਾ ਉੱਥੇ ਆਵਾਜ਼ ਆਉਂਦੀ ਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਮੈਨੂੰ ਤਾਂ ਕੋਈ ਬਿਮਾਰੀ ਲੱਭਦੀ ਨਹੀਂ ਸੱਚੇ ਮਹਾਰਾਜ, ਇਹ ਤਾਂ ਸਾਰੇ ਸਰੀਰ 'ਚ ਮੈਂ ਲਾ ਲਾ ਕੇ ਦੇਖ ਲਿਆ, ਤਾਂ ਇੱਕੋ ਹੀ ਆਵਾਜ਼ ਚੱਲ ਰਹੀ ਆ ਸਾਰੇ ਸਰੀਰ 'ਚ। ਮਹਾਰਾਜ ਜੀ ਦੀਵਾਨ ਲਾ ਕੇ ਚੰਡੀਗੜ੍ਹ ਵਾਪਸ ਗਏ ਤਾਂ ਉੱਥੇ ਸਾਡਾ ਸਾਰਿਆਂ ਨਾਲੋਂ ਛੋਟਾ ਜਿਹੜਾ ਲੜਕਾ ਸੀ ਉਹ ਚਰਨ ਦਬਾਉਂਦੇ ਸੀ, ਤਾਂ ਉਹ ਵੀ ਚਲੇ ਗਿਆ, ਜਾ ਕੇ ਚਰਨ ਦੱਬਣ ਲੱਗ ਗਿਆ, ਕੰਨ ਲਾ ਤਾ, ਵਾਰ ਵਾਰ ਕੰਨ ਲਾਈ ਗਿਆ। ਮਹਾਰਾਜ ਕਹਿੰਦੇ ਆ ਕੀ ਕਰਦਾ? ਉੱਠ ਕੇ ਬੈਠ ਕੇ ਕਹਿੰਦੇ ਕੀ ਕਰਦਾ? ਕਹਿੰਦਾ ਮਹਾਰਾਜ ਮੈਂ ਤਾਂ ਕੁਝ ਹੋਰ ਹੀ ਸੁਣਦਾ, ਛੋਟਾ ਜਿਹਾ ਸੀ, ਬਹੁਤਾ ਸਿਆਣਾ ਨਹੀਂ ਸੀਗਾ। ਕਹਿੰਦੇ ਕੀ ਸੁਣਦਾ? ਕਹਿੰਦੇ ਮਹਾਰਾਜ ਮੈਂ ਜਿੱਥੇ ਕੰਨ ਲਾਉਂਦਾ ਵਾਹਿਗੁਰੂ 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 ਦੀ ਆਵਾਜ਼ ਇਹ ਆਈ ਜਾਂਦੀ। ਮੈਂ ਕਿੰਨੀ ਵਾਰੀ ਲਾ ਕੇ ਦੇਖਿਆ? ਕਹਿੰਦੇ ਜਥੇਦਾਰ ਤੂੰ ਲਾ ਕੇ ਦੇਖਦਾ? ਉਹ ਕਹਿੰਦਾ ਮੈਨੂੰ ਤਾਂ ਸੁਣਦੀ ਨਹੀਂ। ਕਹਿੰਦੇ ਤੂੰ ਲਾ। ਉਹ ਕਹਿੰਦਾ ਮਹਾਰਾਜ ਮੈਨੂੰ ਤਾਂ ਚੰਗੀ ਤਰ੍ਹਾਂ ਸੁਣਦੀ, ਆਵਾਜ਼ ਆ ਰਹੀ ਹੈ, ਵਾਹਿਗੁਰੂ ਦੀ ਨਾਮ ਦੀ ਧੁਨ ਚੱਲ ਰਹੀ ਹੈ। ਕਹਿੰਦੇ ਇਹ ਬੱਚਾ ਹੈ ਨਿਰਮਲ ਹੈ, ਇਹਦਾ ਚਿੱਤ ਅਜੇ ਖਿੰਡਿਆ ਹੋਇਆ ਨਹੀਂ ਹੈ, ਇਹਨੂੰ ਸੁਣ ਰਹੀ ਹੈ, ਤੈਨੂੰ ਸੁਣ ਨਹੀਂ ਰਹੀ। ਸੋ ਗੁਰਮੁਖ ਰੋਮ ਰੋਮ ਹਰ ਧਿਆ ਵਾ, ਇੱਕ ਇੱਕ ਰੋਮ 'ਚੋਂ ਆਵਾਜ਼ ਆਇਆ ਕਰਦੀ। ਫਿਰ ਜਿੰਨੀਆਂ ਦੁਨੀਆ ਭਰ ਦੀਆਂ ਆਵਾਜ਼ਾਂ ਨੇ ਨਾ, ਚਾਹੇ ਟਾਈਮ ਪੀਸ ਟਿਕ 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 ਕਰਦਾ, ਉਹਨੂੰ ਟਿਕ ਟਿਕ ਨਹੀਂ ਸੁਣਦੀ, ਉਹਨੂੰ ਵਾਹਿਗੁਰੂ ਵਾਹਿਗੁਰੂ ਸੁਣਦਾ। ਚਾਹੇ ਜਾਨਵਰ ਆਪਣੀ ਬੋਲੀ ਬੋਲਦੇ ਨੇ, ਉਹ ਵੀ ਪਰਮੇਸ਼ਰ ਦਾ ਨਾਮ ਜਪਦੇ ਪ੍ਰਦੀਪ ਦਿੰਦੇ ਨੇ। ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਮੁਝੇ, ਨਾਮ ਹਰੀ ਦਾ ਜਪਦੇ ਸਾਰੇ ਬਣਾ ਦੇ ਮੁਝੇ। ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ ਪੁਜੇਰੂ। ਮਿਰਗ ਮੀਨ ਖੇਰੂ ਸੁਬਿਨ ਹਰ ਜਾਪਤ ਹੈ ਨਹੀਂ ਹੋਰ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣੀ। ਦੂਜਿਆਂ ਨੂੰ ਕੂੰ ਕੂੰ ਸੁਣਦੀ ਹੈ, ਗੁਰੂ ਨਾਨਕ ਕਹਿੰਦੇ ਸਾਨੂੰ ਤਾਂ ਤੂੰ 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 ਆ ਜਾਂਦੀ। ਸੋ ਇਹ ਨਾਮ ਦੀਆਂ ਵਸਤਾਵਾਂ ਨੇ, ਫਿਰ ਉਹਦੀ ਉਹਦਾ ਉਹਦੀ ਪਦਵੀ ਕਿੱਡੀ ਹੁੰਦੀ ਹੈ, ਉਹਦੀ ਅਵਸਥਾ ਕਿੰਨੀ ਉੱਚੀ ਹੋ ਜਾਂਦੀ ਹੈ। ਕਹਿੰਦੇ ਭੂਮੀਆਂ ਪਰਮੇਸ਼ਰ ਦਾ ਗੁਰੂ ਦਾ ਉਹਦਾ ਕੋਈ ਵੀ ਫਰਕ ਨਹੀਂ ਰਿਹਾ ਕਰਦਾ। ਸਾਈਂ ਹੀ ਵਰਗੇ ਨੇ ਵਿਸਰੇ ਨਾ ਨਾਮ ਜਿਨ੍ਹਾਂ ਨੂੰ, ਸਾਈਂ ਹੀ ਵਰਗੇ ਨੇ ਵਿਸਰੇ
ਸੇਕ ਨੇ ਭੇਦ ਨਾ ਜਾਣੋ ਮੂਲ ਸਾਈ ਦੇ ਕਹਿੰਦੇ ਪਰਮੇਸ਼ੁਰ ਵਿੱਚ ਅਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ ਭਾਈ ਉਹ ਅਵਸਥਾ ਤੈਅ ਕਰਕੇ ਪਰਮੇਸ਼ੁਰ ਦਾ ਰੂਪ ਬਣ ਜਾਇਆ ਕਰਦਾ ਸੋ ਇਸ ਤਰ੍ਹਾਂ ਭਾਈ ਪੂਣੀਆਂ ਕੁਛ ਰੁਕਾਵਟਾਂ ਨੇ ਸਾਡੇ ਅੰਦਰ ਉਹ ਨਾਮ ਨਹੀਂ ਜਪਣ ਦਿੰਦੀਆਂ ਉਸ ਥਾਂ 'ਤੇ ਪਹੁੰਚਣ ਨਹੀਂ ਦਿੰਦੀਆਂ ਪਰ ਨਾਮ ਦਾ ਬਲ ਇੰਨਾ ਹੈ ਕਿ ਉਹ ਨਾਮ ਜਪਣ ਤੋਂ ਬਾਅਦ ਉਹ ਜਿਹੜੇ ਕਰੜੇ ਕਵਾੜ ਲੱਗੇ ਹੋਏ ਨੇ ਉਹ ਖੁੱਲ੍ਹ ਜਾਇਆ ਕਰਦੇ ਆ ਨਾਮ ਕੁੰਜੀ ਹੋਇਆ ਕਰਦੀ ਹੈ ਇਸ ਤਰ੍ਹਾਂ ਨਾਲ ਪੜ੍ਹ ਲਓ ਖੁੱਲ੍ਹ ਜਾਂਦੇ ਨੇ ਕਪਾਟ ਬੱਜਰ ਕਰੜੇ ਨਾਮ ਦੀਆਂ ਲਾ ਕੇ ਚਾਬੀਆਂ ਜਾਂਦੇ ਨੇ ਕਪਾਟ ਬੱਜਰ ਕਰ ਨਾਮ ਦੀਆਂ ਲਾ ਕੇ ਚਾਬੀਆਂ ਕਪਾਟ ਨਾ ਖੁੱਲਣੀ ਨਾ ਖੁੱਲਣੀ ਨਾ ਖੁੱਲਣੀ ਗੁਰ ਸ਼ਬਦ ਕਲੀਜੈ ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀਜੈ ਬਾਜੇ ਧੁਨ ਵੱਜਦੇ ਉਹ ਵੱਜਦੇ ਵੱਜਦੇ ਗੁਰ ਸ਼ਬਦ ਸਮੀਜੈ ਅਨਹਦ ਬਾਜੇ ਧੁਨ ਵੱਜਦੇ ਗੁਰ ਸ਼ਬਦ ਸਮੀਜੈ ਚਿੱਤ ਘਟ ਅੰਤਰ ਚਾਨਣਾ ਉਹ ਚਾਨਣਾ ਚਾਨਣਾ ਕਰ ਭਗਤ ਮਲੀਜੈ ਚਿੱਤ ਘਟ ਅੰਤਰ ਚਾਨਣਾ ਕਰ ਭਗਤ ਮਲੀਜੈ ਸਭ ਮੈਂ ਇੱਕੋ ਵਰਤਦਾ ਉਹ ਵਰਤਦਾ ਵਰਤ ਜਿਹਨੇ ਆਪੇ ਰਚਨ ਰਚਾਈ ਸਭ ਮੈਂ ਇੱਕੋ ਵਰਤਦਾ ਉਹ
بابا سچے پاتشاہ 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 سچی نائی بابا سچے پاتشاہ سچی نائی کہنے لگے پونیا آسان دیشیاں دے بجر کپاڑ چڑھ گئے دکھ دروازہ رو رخوالا آسان دیشا پٹ چڑھ گئے ਇਹ ਨਾਮ ਜਪਣ ਦੇ ਨਾਲ ਇਸ ਮੰਤਰ ਦੇ ਨਾਲ ਜਿਹੜਾ ਤੈਨੂੰ ਵਾਹਿਗੁਰੂ ਦਿੱਤਾ ਹੈ ਜਿਵੇਂ ਕਹਾਣੀ ਹੈ ਕਿ ਸਮ ਸਮ ਕਰਨ ਦੇ ਨਾਲ ਪਹਾੜ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਸੀ ਅਲੀ ਬਾਬਾ 40 ਚੋਰ ਐਂ ਵਾਹਿਗੁਰੂ ਵਾਹਿਗੁਰੂ ਕਰਕੇ ਅੰਦਰਲੇ ਦਰਵਾਜ਼ੇ ਖੁੱਲ੍ਹ ਜਾਂਦੇ ਅੰਦਰ ਕੀ ਹੁੰਦਾ ਇਹ ਕਹਿੰਦੇ ਅਨਹਤ ਵਾਜੇ ਤੁਹਾਨੂੰ ਵੱਜਦੇ ਗੁਰ ਸ਼ਬਦ ਸੁਣੀ ਗਿਆ ਵਾਜੇ ਵੱਜ ਰਹੇ ਨੇ ਮਿਊਜ਼ਿਕ ਹੋ ਰਿਹਾ ਆਤਮਿਕ ਸੰਗੀਤ ਹੋ ਰਿਹਾ ਸੁਣਦਾ ਕਿਉਂ ਨਹੀਂ ਮਹਾਰਾਜ ਕਹਿੰਦੇ ਮਾਇਆ ਧਾਰੀ ਆ ਤੰਨਾ ਬੋਲਾ ਸ਼ਬਦ ਨਾ ਸੁਣੀ ਬੋਲ ਕੇ ਚੋ ਹਮੇ ਦੇ ਇਨਫਲੂਐਂਸ 'ਚ ਆਇਆ ਹੋਇਆ ਆਦਮੀ ਮਾਇਆ ਧਾਰੀ ਆ ਉਹਨੂੰ ਨਹੀਂ ਸੁਣਦਾ ਕਿਉਂਕਿ ਉਹਦੇ ਅੰਦਰ ਰੌਲਾ ਕਚੋਲਾ ਮੱਚਿਆ ਪਿਆ ਖਿਆਲਾਂ ਦਾ ਅਤੇ ਫਿਰ ਉੱਥੇ ਪ੍ਰਕਾਸ਼ ਹੈ ਤਿੱਤ ਘੰਟਾ ਅੰਦਰ ਚਾਨਣਾ ਘਰ ਭਗਤ ਮਲੀਜਾ ਉਹ ਚਾਨਣੇ 'ਚ ਕੀ ਦਿਸਦਾ ਸਮੇਂ ਇੱਕੋ ਵਰਤਦਾ ਵਾਹਿਗੁਰੂ ਤਾਂ ਸਾਰਿਆਂ 'ਚ ਇੱਕੋ ਹੀ ਵਰਤ ਰਿਹਾ ਜਿਹਨੇ ਰਚਨਾ ਰਚਾਈ ਹੈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਸੋ ਭਾਈ ਭੂਮੀਆਂ ਇਹ ਹੈ ਰਸਤਾ ਜਿਹੜਾ ਤੈਂ ਪੁੱਛਿਆ ਸੀ ਵੀ ਰਸਤਾ ਕਿਵੇਂ ਹੈ ਮਹਾਰਾਜ ਪਾਤਸ਼ਾਹ ਮੈਂ ਤਾਂ ਰਿਹਾ ਹੀ ਨਹੀਂ ਹੁਣ ਮੇਰੇ 'ਚ ਤਾਂ ਤਿਨਕਾ ਤੋੜਨ ਦੀ ਵੀ ਸ਼ਕਤੀ ਨਹੀਂ ਰਹੀ ਮੈਂ ਤਾਂ ਐਂ ਸਮਝ ਲਓ ਮਰ ਗਿਆ ਕਹਿੰਦੇ ਜਿਹੜਾ ਮਰ ਜਾਂਦਾ ਨਾ ਦੁਨੀਆਂ 'ਚੋਂ ਉਹ ਰੂਹਾਨੀ ਮੰਡਲ ਦੇ ਵਿੱਚ ਜਿਉਂਦਾ ਹੋ ਜਾਇਆ ਕਰਦਾ ਹੁਣ ਤੂੰ ਇਹ ਜਿਹੜੇ ਮਾੜੇ ਕੰਮ ਨੇ ਛੱਡ ਦੇ ਕਹਿੰਦਾ ਪਾਤਸ਼ਾਹ ਮੈਨੂੰ ਡਰ ਲੱਗਦਾ ਬਹੁਤ ਤੇਰਾ ਵਚਨ ਮੇਤੇ ਜੇ ਮਿਥਿਆ ਹੋ ਗਿਆ ਤਾਂ ਮੈਂ ਲੇਖੇ ਕਿੱਥੇ ਦੇਵਾਂ ਕਿਉਂ ਭਾਈ ਭੂਮੀਆਂ ਕੀ ਗੱਲ ਹੈ ਕਹਿੰਦਾ ਮਹਾਰਾਜ ਮੇਰਾ ਪਿਓ ਵੀ ਚੋਰੀ ਕਰਦਾ ਸੀ ਮੇਰਾ ਦਾਦਾ ਵੀ ਮੇਰਾ ਪੜਦਾਦਾ ਵੀ ਮੇਰਾ ਨਿਕਲ ਸਾਡਾ ਤਾਂ ਖਾਨਦਾਨ ਹੈ ਧਾੜੇ ਮਾਰਨ ਵਾਲਾ ਉਹਨਾਂ ਦੀ ਬਲੱਡ ਵੇਨ ਮੇਰੇ ਵਿੱਚ ਹੈ ਮਹਾਰਾਜ ਮੈਨੂੰ ਕੋਈ ਪਤਾ ਨਹੀਂ ਕਿਹੜੇ ਵੇਲੇ ਉਹ ਸਵਾ ਜਾਗ ਪਵੇ ਕਿਰਪਾ ਕਰੋ ਮੇਰੇ ਉੱਤੇ ਮੈਨੂੰ ਕੋਈ ਜੁਗਤ ਦੇ ਕੇ ਕੱਢ ਲਓ ਇਸ ਨਰਕ 'ਚ ਕਹਿੰਦੇ ਲੈ ਭੂਮੀਆਂ ਤੂੰ ਵਚਨ ਕਮਾ ਲਏਗਾ ਕਹਿੰਦੇ ਹਾਂ ਪਹਿਲੀ ਗੱਲ ਦਿੰਦੇ ਹਾਂ ਚੋਰੀ ਕਰਨ ਤੋਂ ਤੂੰ ਹਟਣਾ ਨਹੀਂ ਹੈ ਕਿਉਂਕਿ ਤੇਰਾ ਸੁਭਾਅ ਪੈ ਗਿਆ ਉਹ ਸੁਭਾਅ ਠੀਕ ਹੋ ਜਾਏਗਾ ਕੋਈ ਗੱਲ ਨਹੀਂ ਪਰ ਇੱਕ ਗੱਲ ਕਰੀ ਗਰੀਬ ਦੇ ਚੋਰੀ ਨਾ ਕਰੀ ਕਹਿੰਦਾ ਮੈਂ ਤਾਂ ਮਹਾਰਾਜ ਪਹਿਲਾਂ ਹੀ ਨਹੀਂ ਕਰਦਾ ਗਰੀਬ ਦੇ ਘਰ ਹੈ ਕੀ ਤਗੜੇ ਬੰਦੇ ਦਾ ਹੀ ਘਰ ਬਣੀਏ ਤਾਂ ਹੀ ਕੁਛ ਮਿਲਦਾ ਹੈ ਕਹਿੰਦੇ ਨਾ ਦੇਖ ਕੇ ਵਿਚਾਰ ਸਭ ਤੋਂ ਜਿਹੜਾ ਅਮੀਰ ਆ ਉਹਦੇ 'ਚ ਕਰ ਲਈ ਦੂਸਰਾ ਸੱਚ ਬੋਲਣਾ ਤੀਸਰਾ ਕਹਿੰਦੇ ਨਮਕ ਖਾ ਕੇ ਬੁਰਾ ਨਹੀਂ ਕਰਨਾ ਚੌਥਾ ਕਹਿੰਦੇ ਚੌਥਾ ਇਹ ਹੈ ਕਿ ਤੇਰੀ ਥਾਂ 'ਤੇ ਜੇ ਦੂਏ ਫਸ ਜਾਣ ਤਾਂ ਛਡਾਉਣੇ ਨੇ ਸਜ਼ਾ ਆਪ ਕੱਟਣੀ ਸੋ ਮਹਾਰਾਜ ਨੇ ਜਾਗ ਲਾ ਤੀ ਕੁਛ ਦਿਨ ਮਹਾਰਾਜ ਜੀ ਉਹਦੇ ਕੋਲ ਰਹੇ ਸੁਰਤ ਟੇਕੀ ਜਾਗ ਪੀ ਅੰਦਰਲੀ ਰੂਹ ਮਹਾਰਾਜ ਨੇ ਕਿਹਾ ਪੂਮੀਆਂ ਹੁਣ ਸਤਸੰਗ ਕਰਿਆ ਕਰ ਤੇਰੇ ਕੋਲ ਜਗੈਸੂ ਆਉਣਗੇ ਮਹਾਰਾਜ ਦੇ ਆਲੇ ਦੁਆਲੇ ਬਹੁਤ ਇਕੱਠ ਆਉਣ ਲੱਗ ਗਿਆ ਕਹਿੰਦੇ ਆਹ ਸੰਗਤ ਦਾ ਹੈਡ ਅਸੀਂ ਤੈਨੂੰ ਬੁਲਾਉਂਦੇ ਹਾਂ ਇਹ ਸੰਗਤ ਨੂੰ ਸਾਂਭ ਮਹਾਰਾਜ ਜੀ ਚਲੇ ਜਾਂਦੇ ਨੇ ਅਤੇ ਉਹਦੇ ਬਾਅਦ ਕਾਫੀ ਮਹੀਨੇ ਲੰਘ ਗਏ ਤਾਂ ਸਟੋਰ ਵਾਲਿਆਂ ਨੇ ਕਿਹਾ ਕਿ ਸਰਦਾਰ ਜੀ ਇਸ ਵੇਲੇ ਅਨਾਜ ਬਹੁਤ ਥੋੜ੍ਹਾ ਰਹਿ ਗਿਆ ਖਰਚ ਵੱਧ ਗਿਆ ਸੰਗਤ ਬਹੁਤ ਆਉਣ ਲੱਗ ਗਈ ਅਤੇ ਲੰਗਰ ਦੇ ਕੰਮ ਦੇ ਵਾਸਤੇ ਕੁਛ ਉਪਰਾਲਾ ਕਰੋ ਕਹਿਣ ਲੱਗਿਆ ਵੀ ਮਹਾਰਾਜ ਨੇ ਚੋਰੀ ਬੰਦ ਤਾਂ ਕਰੀ ਨਹੀਂ ਹੈ ਪਰ ਗਰੀਬ ਦਾ ਨਹੀਂ ਕਰਨੀ ਦੇਖਣ ਲੱਗ ਗਿਆ ਘਰ ਕਹਿੰਦਾ ਇਹਦੇ ਨਾਲੋਂ ਤਾਂ ਫਲਾਣਾ ਅਮੀਰ ਹੈ ਇਹਦੇ ਨਾਲ ਫਲਾਣਾ ਅਖੀਰ ਰਾਜੇ ਦਾ ਘਰ ਸਭ ਤੋਂ ਅਮੀਰ ਦਿੱਤਾ ਵਿਉਂਤ ਬਣਾ ਲਈ ਸ਼ਾਮ ਦੇ ਮੌਕੇ ਬਹੁਤ ਸੁੰਦਰ ਘੋੜੇ 'ਤੇ ਚੜ੍ਹਿਆ ਅਤੇ ਇੱਕ ਜਗ੍ਹਾ ਕਲੰਗੀ ਲਾ ਲਈ ਰੇਸ਼ਮ ਦੇ ਵਸਤਰ ਪਹਿਨ ਲਏ ਅਤੇ ਜਾ ਕੇ ਜਿੱਥੇ ਮੇਨ ਗੇਟ ਸੀ ਉੱਥੇ ਚਲਿਆ ਗਿਆ ਦੂਰੋਂ ਸਿਪਾਹੀਆਂ ਨੇ ਦੇਖਿਆ ਕਿ ਕੋਈ ਰਾਜਕੁਮਾਰ ਆ ਰਿਹਾ ਉਹਨਾਂ ਨੇ ਜਦ ਨੇੜੇ ਆਇਆ ਉਹਨਾਂ ਨੇ ਸਲਿਊਟ ਕਰੇ ਨਾਲ ਸਵਾਲ ਕਰਤਾ ਵੀ ਤੁਸੀਂ ਕੌਣ ਹੋ ਉਹ ਕਹਿੰਦਾ ਮੈਂ ਚੋਰ ਡਰ ਗਏ ਵੀ ਇਹ ਤਾਂ ਕੋਈ ਰਾਜਕੁਮਾਰ ਹੈ ਅਸੀਂ ਐਵੇਂ ਹੀ ਇਹਨੂੰ ਰੋਕ ਦਿੱਤਾ ਅਤੇ ਕਿਤੇ ਸਰਕਾਰ ਨਾਰਾਜ਼ ਨਾ ਹੋ ਜਾਵੇ ਕਹਿੰਦੇ ਜਾਓ ਮਹਾਰਾਜ ਜਾਓ ਕਹਿੰਦੇ ਇਹ ਘੋੜਾ ਸਾਡਾ ਸਾਂਭੇ ਅਸੀਂ ਹੁਣੇ ਆਉਂਦੇ ਘੋੜਾ ਸੰਭਾਲਤਾ ਅੰਦਰ ਚਲਿਆ ਗਿਆ ਰਾਤ ਗੱਡੀ ਹੋ ਗਈ ਪਹਿਲਾਂ ਵੀ ਮਹਿਲਾਂ 'ਚ ਆਉਂਦਾ ਸੀ ਗਾਹੇ ਬਗਾਹੇ ਖਾਣਾ ਖੂਨ ਵਗੈਰਾ ਜਦ ਰਾਜਾ ਦਿੰਦਾ ਸੀ
ਵੱਡਾ ਚ ਭੂਮੀਆਂ ਸੀ, ਜ਼ਬਰਦਸਤ ਸਰਕਾਰ ਸੀ, ਵੱਡਾ ਸਰਦਾਰ ਅਤੇ ਸਾਰੇ ਜਾਣਦਾ ਸੀ। ਅਖੀਰ ਉੱਥੇ ਚੜ ਗਿਆ ਜਿੱਥੇ ਰਾਣੀ ਦਾ ਬੈਡਰੂਮ ਸੀ। ਉੱਥੇ ਜਾ ਕੇ ਗਹਿਣੇ ਆਉਂਦੇ, ਪਟਾਰੀ ਇਕੱਠੀ ਕਰ ਲਈ, ਹੋਰ ਵੀ ਕਰ ਲਏ, ਅਤੇ ਇੱਕ ਰਕੇਬੀ ਦੇ ਵਿੱਚ ਨਮਕ ਪਿਆ, ਚੂਰਨ ਪਿਆ ਸੀ। ਉਹ ਜਦ ਹੱਥ ਲਾ ਕੇ ਮੂੰਹ ਨੂੰ ਲਾਇਆ ਵੀ ਕੀ ਹੈ, ਉਹਦੇ 'ਚ ਨਮਕ ਦਾ ਸਵਾਦ ਆ ਗਿਆ। ਉਹ ਪੋਟਲੀਆਂ ਬੰਨੀਆਂ ਬਣਾਈਆਂ, ਉੱਥੇ ਹੀ ਛੱਡ ਕੇ ਵਾਪਸ ਆਇਆ ਅਤੇ ਘੋੜੇ 'ਤੇ ਚੜ੍ਹ ਕੇ ਵਿਦਾ ਹੋ ਗਿਆ। ਸਵੇਰ ਹੋਈ, ਉਸ ਵੇਲੇ ਪਤਾ ਲੱਗਿਆ, ਰਾਣੀ ਨੇ ਕਿਹਾ ਮੇਰੇ ਤਾਂ ਸਾਰੇ ਗਹਿਣੇ ਬੰਨ ਲਏ ਕਿਸੇ ਨੇ, ਪੋਟਲੀ ਬੰਨੀ ਪਈ ਹੈ। ਰਾਜੇ ਨੇ ਕਿਹਾ ਵੀ ਛੱਡ ਕਿਉਂ ਗਿਆ ਇਹ, ਕੋਈ ਭੇਤ ਹੈ ਇਸ ਗੱਲ 'ਚ? ਚੋਰ ਬੜਾ ਕੋਈ ਕਮਾਲ ਹੈ। ਸਿਪਾਹੀਆਂ ਨੇ ਕਿਹਾ ਕਿ ਮਹਾਰਾਜ ਆਇਆ ਸੀ ਬਹੁਤ ਸੁੰਦਰ ਨੌਜਵਾਨ, ਅਸੀਂ ਉਹਨੂੰ ਪੁੱਛਿਆ, ਉਹਨੇ ਕਿਹਾ ਮੈਂ ਚੋਰ ਹਾਂ, ਅਸੀਂ ਡਰ ਗਏ ਮਹਾਰਾਜ। ਕਹਿਣ ਲੱਗੇ ਚੋਰ ਦੀ ਤਲਾਸ਼ ਕਰੋ। ਪੁਲਿਸ ਨੇ ਆਪਣਾ ਬਸਤੇ ਖੋਲ੍ਹ ਲਏ, 10 ਨੰਬਰ ਵਾਲੇ ਫੜ ਲਏ ਬੰਦੇ, ਕੁਟਾਈ ਸ਼ੁਰੂ ਹੋ ਗਈ। ਭੂਮੀਏ ਨੂੰ ਕੋਈ ਨਾ ਬੁਲਾਵੇ, ਕਿਉਂਕਿ ਵੱਡਾ ਅਮੀਰ ਸੀ, ਸਤਸੰਗ ਕਰਦਾ ਸੀ। ਉਸ ਵੇਲੇ ਭੂਮੀਏ ਨੂੰ ਪਤਾ ਲੱਗਿਆ ਕਿ ਮਾਰ ਕੁਟਾਈ ਹੋਣੀ ਸ਼ੁਰੂ ਹੋ ਗਈ, ਬੜੇ ਗਰੀਬ ਮਾਰ ਹੋ ਰਹੇ। ਭੂਮੀਆਂ ਤਿਆਰ ਹੋਇਆ, ਰਾਜੇ ਦੀ ਕਚਹਿਰੀ ਲੱਗੀ ਹੋਈ ਸੀ। ਉਸ ਵੇਲੇ ਤਿਆਰ ਹੋ ਕੇ ਦਿਨ ਵਿੱਚ ਉੱਥੇ ਚਲਿਆ ਗਿਆ। ਕਹਿੰਦੇ ਭੂਮੀਆਂ ਕਿਵੇਂ ਆ ਬਈ, ਕੋਈ ਸ਼ਿਕਾਇਤ ਹੈ ਤੇਰੀ? ਕਹਿੰਦਾ ਨਾ ਮਹਾਰਾਜ, ਮੇਰੀ ਕੋਈ ਸ਼ਿਕਾਇਤ ਨਹੀਂ। ਕਿਵੇਂ ਆਇਆ? ਕਹਿੰਦਾ ਇਹਨਾਂ ਨੂੰ ਛੱਡ ਦਿਉ, ਤੇਰਾ ਚੋਰ ਤਾਂ ਮੈਂ ਹਾਂ। ਹੈ ਤੂੰ ਚੋਰ? ਕਹਿੰਦੇ ਹਾਂ। ਬੜਾ ਹੈਰਾਨ ਹੋ ਗਿਆ, ਵਜ਼ੀਰ ਬੁਲਾ ਲਏ, ਇੱਕ ਲਵਾਂਝੇ ਬੈਠ ਗਏ ਅਤੇ ਇਕਾਂਤ ਬੈਠ ਕੇ ਰਾਜਾ ਪੁੱਛਣ ਲੱਗਿਆ ਵੀ ਸਾਨੂੰ ਇੱਕ ਗੱਲ ਦੱਸ, ਵੀ ਤੂੰ ਚੋਰੀ ਕਰਨ ਆਇਆ ਸਾਡੇ? ਕਹਿੰਦੇ ਨੇ ਵੀ ਉਹਨੇ ਕਿਹਾ ਮੈਂ ਚੋਰ ਹਾਂ, ਇਸ ਗੱਲ 'ਤੇ ਹੀ ਅਸੀਂ ਹੈਰਾਨ ਹਾਂ। ਅਤੇ ਫਿਰ ਚੱਕ ਕੇ ਕਿਉਂ ਨਾ ਲੈ ਗਿਆ? ਕਹਿੰਦਾ ਰਾਜਨ, ਮੈਨੂੰ ਪੂਰਾ ਸਤਿਗੁਰੂ ਮਿਲ ਗਿਆ, ਜਿਹਨੇ ਜੁਗਤ ਦੇ ਨਾਲ ਮੈਨੂੰ ਚੋਰੀ ਤੋਂ ਹਟਾ ਤਾ, ਮੈਂ ਨਹੀਂ ਸੀ ਹਟਦਾ। ਕਹਿਣ ਲੱਗਿਆ ਉਹਨੇ 4 ਵਚਨ ਲਏ। ਪਹਿਲਾ ਸੀ ਸੱਚ ਬੋਲਣਾ, ਮੈਂ ਤੇਰੇ ਚੌਬਦਾਰਾਂ ਨੂੰ, ਪਹਿਰੇਦਾਰਾਂ ਨੂੰ ਜਦ ਉਹਨਾਂ ਪੁੱਛਿਆ, ਮੈਂ ਚੋਰ ਨਹੀਂ ਬੋਲਿਆ, ਮੈਂ ਕਿਹਾ ਮੈਂ ਚੋਰ ਹਾਂ, ਉਹਨਾਂ ਨੇ ਮੈਨੂੰ ਲੰਘਣ ਦੇ ਤਾ। ਫਿਰ ਮੈਂ ਗਰੀਬ ਦੇ ਚੋਰੀ ਨਹੀਂ ਸੀ ਕਰਨੀ, ਤੂੰ ਸਾਰਿਆਂ ਤੋਂ ਅਮੀਰ ਸੀ, ਮੈਂ ਇਸ ਕਰਕੇ ਤੇਰੇ ਆ ਗਿਆ। ਮੇਰੇ ਗੁਰੂ ਨੇ ਕਿਹਾ ਸੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਇਸ ਕਰਕੇ ਰਾਜਨ ਮੈਂ ਜਦ ਚੋਰੀ ਕਰ ਬੰਨ ਲਿਆ ਸਾਰਾ ਸਮਾਨ, ਤੇਰੀ ਰਕੇਬੀ ਦੇ ਵਿੱਚ ਚੂਰਨ ਪਿਆ ਸੀ, ਉਹ ਮੇਰੇ ਮੂੰਹ ਨੂੰ ਲੱਗ ਗਿਆ, ਮੈਂ ਉੱਥੇ ਹੀ ਛੱਡ ਦਿੱਤਾ। ਗੁਰੂ ਦਾ ਹੁਕਮ ਮੰਨਿਆ, ਹੁਣ ਮੇਰੇ ਗੁਰੂ ਦਾ ਹੁਕਮ ਹੈ ਗਰੀਬ ਮਾਰਨੀ ਹੋਣ ਦੇਣੀ, ਸੋ ਮੈਂ ਹਾਜ਼ਰ ਹਾਂ, ਚਾਹੇ ਮੈਨੂੰ ਫਾਂਸੀ ਦੇ ਦੇ, ਚਾਹੇ ਜਿਹੜਾ ਕੁਛ ਕਰਨਾ ਕਰ ਲੈ, ਮੈਂ ਸੱਚ ਬੋਲ ਦਿੱਤਾ, ਕਿਉਂਕਿ ਮੇਰੇ ਗੁਰੂ ਨੇ ਕਿਹਾ ਝੂਠ ਨਹੀਂ ਬੋਲਣਾ। ਰਾਜਾ ਹੈਰਾਨ ਹੋ ਗਿਆ, ਸੋਚਣ ਲੱਗ ਗਿਆ, ਕਹਿੰਦਾ ਕਿੱਡਾ ਕਾਮਲ ਗੁਰੂ ਹੈ, ਜੁਗਤ ਦੇ ਨਾਲ ਚੋਰੀ ਹਟਾਤੀ, ਵੱਡੇ ਚੋਰ ਕਮਾਲ ਕਰਤੀ। ਕਹਿੰਦਾ ਸਾਡਾ ਸਜਾਵਾਂ ਦੇਣ ਦਾ ਮਤਲਬ ਹੁੰਦਾ ਬੰਦੇ ਨੂੰ ਸੁਧਾਰਨਾ, ਉਹ ਤਾਂ ਗੁਰੂ ਹੈ ਦੇ ਗਿਆ ਸਜ਼ਾ ਇਹਨੂੰ। ਉਸ ਵੇਲੇ ਉਸਨੇ ਬੜੀ ਵਿਚਾਰ ਕੀਤੀ, ਵਿਚਾਰ ਕਰਨ ਤੋਂ ਬਾਅਦ ਆਪਣੇ ਵਜ਼ੀਰਾਂ ਨੂੰ ਕਿਹਾ ਕਿ ਦੇਖੋ, ਮੇਰੇ ਰਾਜ ਦਾ ਵਾਰਸ ਨਹੀਂ ਹੈ ਕੋਈ, ਦੂਸਰੀ ਗੱਲ ਇਹ ਹੈ ਕਿ ਮੇਰੇ ਮਨ ਦੇ ਮੇਰੇ ਅੰਦਰ ਧੁੜਕੂ ਰਹਿੰਦਾ ਵੀ ਮੇਰੇ ਵਫ਼ਾਦਾਰ ਨਹੀਂ ਹੈ ਸਾਰੇ। ਉਹ ਆਹ ਜਿਹਦੇ ਮੂੰਹ ਨੂੰ ਜ਼ਰਾ ਕਾਨੂੰਨ ਲੱਗ ਗਿਆ ਅਤੇ ਮੇਰੀ ਚੋਰੀ ਨਹੀਂ ਕਰੀ, ਇਹ ਮੇਰੇ ਨਾਲ ਕਾ ਧੋਖਾ ਕਰਦਾ, ਇਹਦੇ ਗੁਰੂ ਨੇ ਜਾਂ ਵਚਨ ਲੈ ਲਿਆ। ਕਹਿਣ ਲੱਗਿਆ ਵੀ ਮੈਂ ਭੂਮੀਆਂ ਤੇਰੇ ਗੁਰੂ ਦੀ ਕਦਰ ਕਰਦਾ, ਅਤੇ ਤੇਰੇ ਸੱਚ ਬੋਲਣ ਦੀ ਅਤੇ ਨਮਕ ਹਲਾਲੀ ਦੀ ਮੈਂ ਕਦਰ ਕਰਕੇ ਤੈਨੂੰ ਆਪਣਾ ਵੱਡਾ ਵਜ਼ੀਰ ਬਣਾਉਣਾ, ਅਤੇ ਅੱਜ ਤੋਂ ਬਾਅਦ ਤੂੰ ਬਜ਼ਾਰਤ ਦਾ ਕੰਮ ਕਰ, ਤੂੰ ਮੈਨੂੰ ਧੋਖਾ ਨਹੀਂ ਦੇਵੇਂਗਾ, ਤੂੰ ਮੇਰਾ ਵਫ਼ਾਦਾਰ ਰਹੇਗਾ, ਅਤੇ ਮੈਂ ਤੇਰੇ ਗੁਰੂ ਦੇ ਜੋ ਬਚਨ ਨੇ ਉਹ ਸੁਣਨ ਵਾਸਤੇ ਮੈਂ ਤੇਰੇ ਘਰ ਆਇਆ ਕਰਾਂਗਾ, ਸਤਸੰਗ ਕਰਿਆ ਕਰਾਂ। ਸੋ ਇਸ ਤਰ੍ਹਾਂ ਦੇ ਨਾਲ ਇੱਕ ਬਹੁਤ ਵੱਡਾ ਕਿਲ੍ਹਾ ਫਤਿਹ ਕਰ ਲਿਆ ਮਹਾਰਾਜ ਜੀ ਨੇ, ਸਾਰੇ ਇਲਾਕੇ 'ਚ ਧੰਨ ਧੰਨ ਹੋ ਗਈ। ਭੂਮੀਏ ਨੇ ਸਤਸੰਗ ਕਰੀ, ਰਾਜਾ ਸਤਸੰਗੀ ਹੋ ਗਿਆ, ਗੁਰਸਿੱਖੀ ਮੰਡਲ 'ਚ ਪ੍ਰਵੇਸ਼ ਕਰ ਗਿਆ, ਪਰਜਾ ਪ੍ਰਵੇਸ਼ ਕਰ ਗਈ। ਇਸ ਤਰ੍ਹਾਂ ਜੁਗਤ ਦੇ ਨਾਲ ਮਹਾਰਾਜ ਨੇ ਨਾਮ ਦੀ ਮਹਿਮਾ ਦੱਸ ਕੇ ਉਹ ਜਿਹੜੇ ਵਿਅਰਥ ਜੀਵਨ ਜਾ ਰਹੇ ਸੀ ਸਾਰਿਆਂ ਨੂੰ ਰਸਤਾ ਦੱਸ ਕੇ ਪਰਮੇਸ਼ਰ ਦੇ ਰਾਹ 'ਤੇ ਤੁਰ।
ਸੋ ਗੁਰੂ ਮਹਾਰਾਜ ਨੇ ਤਾਂ ਇੱਕ ਕੌਤਕ ਕਰਿਆ, ਇਹ ਸਾਡੇ ਨਾਲ ਵੀ ਜਿਉਂ ਕਿ ਤਿਉਂ ਸੰਬੰਧ ਰੱਖਦਾ। ਅਸੀਂ ਵੀ ਚੋਰੀ ਕਰਦੇ ਹਾਂ, ਇੱਕ ਗਲਤੀ ਤਾਂ ਨਹੀਂ ਕਰਦੇ, ਹਜ਼ਾਰਾਂ ਦੀ ਕਰਦੇ ਹਾਂ, ਪਾਪ ਅਸੀਂ ਕਰਦੇ ਹਾਂ, ਚੋਰੀ ਕਰਦੇ ਹਾਂ, ਕਿਸੇ ਦੇ ਸਾਹਮਣੇ ਨਹੀਂ ਕਰਦੇ, ਉਹ ਵੀ ਚੋਰ ਹਾਂ ਅਸੀਂ, ਝੂਠ ਵੀ ਅਸੀਂ ਬੋਲਦੇ ਹਾਂ, ਧੋਖਾ ਵੀ ਅਸੀਂ ਦਿੰਦੇ ਹਾਂ, ਕਪਟ ਵੀ ਅਸੀਂ ਕਰਦੇ ਹਾਂ, ਬੇਵਿਸ਼ਵਾਸੀ ਵੀ ਅਸੀਂ ਕਰਦੇ ਹਾਂ, ਗੁਰੂ ਦਾ ਹੁਕਮ ਨਹੀਂ ਮੰਨਦੇ। ਮਹਾਰਾਜ ਕਿਰਪਾ ਕਰਨ, ਇਸ ਭੂਮੀਆਂ ਦੀ ਬਦੌਲਤ ਸਾਨੂੰ ਸੱਚ ਦਾ ਜੀਵਨ ਅਪਣਾਉਣ ਦਾ ਬਲ ਬਖਸ਼ਣ। ਜਿਹੜੀਆਂ ਰਹਿਤਾਂ ਗੁਰੂ ਮਹਾਰਾਜ ਨੇ ਸੱਚ ਦੀਆਂ ਦੱਸੀਆਂ ਨੇ, ਉਹ ਅਸੀਂ ਕਮਾਈਏ ਅਤੇ ਆਪਣਾ ਜੀਵਨ ਸਫਲ ਕਰੀਏ। ਹੁਣ ਸਾਧ ਸੰਗਤ ਜੀ ਸਮਾਂ ਜਾਚ ਨਹੀਂ ਦਿੰਦਾ, ਸਾਰੇ ਪ੍ਰੇਮੀ ਗੁਰਸ ਉੱਤਰ 'ਚ ਬੋਲੋ।